हाँ जी, वाहेगुरू जी का खालसा, वाहेगुरू जी की फतेह जी। सारियां नूं बहुत बहुत मेहरबानी सारियां दी जिहड़े अज साडे नाल जुड़े आ। ते एक बेनती है कि मैं तुहानूं फेसबुक लाइव का एक लिंक सांझा कीता चैट दे विच, उह तुसीं जिथे जिथे भी सांझा कर सकते हैं तुसीं अपने पेजां ते कर दिओ। ते हुण आपां अज दा जिहड़ा अपना सैशन है उहदा टाइटल हैगा तीजा घल्लू घरा ते पंजाबी कविता। आपां जिवें पिछले सैशन दे विच वी इह गल ते विचारां कीतियां सीगियां कि पंजाब दी धरती दा कविता नाल नाता बहुत गहरा है। कॉलोनाइजेशन तो पहलां अपनी सारी दी सारी जिहड़ी परंपरा उह कविता दे आले दुआले घुमदी है। हिस्टरी है जिहड़ी उहदी रैप्रजेंटेशन भी साडी कविता दे राहीं हुई है। प्रोज दे राहीं बाद दे विच कम चलिया जदों कॉलोनाइजेशन हो चुकी सी। अज आपां ये देखांगे कि तीजे घल्लू घरे की कविता राही किहो जी पेशकारी हुई ते किहो जी नहीं हुई। सो जिवें कि आपां पिछली वारी भी देखिया कि पंजाबी साहित्यक हल्कियां दे विच एक खास विचारधारा वाले लोगों की जिहड़ी उन्हां दा दबदबा कायम रहा पिछली एक सदी तों, ते उन्होंने इस घल्लू घरे की पीड़ नूं पछाणन की थां इहदी गल करन की थां जिहड़ी सरकार दी सुर है उहनूं दोहराउण ते ज़्यादा जोर दिता। पर कुछ एक कवी आ जिहड़े उह इहो जिहे सीगे जिवें हरिंदर सिंह महबूब, जिन्हां ने इस घल्लू घरे की पीड़ नूं बहुत ही कमाल दे तरीके दे नाल पेश कीता। ते उहदे उहनां ने तुसीं कह लो वी सिखर करती इस दी पेशकारी दी, जिहो जी पेशकारी आ जिहड़ी उह कितें किसी भी हिस्टोरिकल अट्रोसिटी की हुई नहीं होनी गी। इस तरीके की उन्होंने पेशकारी की, खास करके शहीदी चना की रात की जिहड़ी अखीरली किताब है शहीदी अरदास उहदे अपना विच। सो ये बेनतियां इन्नियां करदा होया मैं हुण बेनती करदा भाई प्रभ शरणदीप सिंह उन्हां नूं कि वह शुरू करन अपनी गलबात तीजा घल्लू घरा ਅਤੇ ਪੰਜਾਬੀ ਕਵਿਤਾ ਦੇ ਵਿਸ਼ੇ ਤੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦੀ ਬਹੁਤ ਮਿਹਰਬਾਨੀ ਆਪਣੀ ਜ਼ੂਮ ਮੀਟਿੰਗ 'ਚ ਸ਼ਾਮਿਲ ਹੋਣ ਲਈ, ਅਤੇ ਜਿਹੜੇ ਫੇਸਬੁੱਕ ਰਾਹੀਂ ਜੁੜ ਰਹੇ ਆ ਉਹਨਾਂ ਦੀ ਵੀ ਬਹੁਤ ਮਿਹਰਬਾਨੀ। ਜੂਨ 84 ਦਾ ਘੱਲੂ ਘਰ ਕੋਈ ਆਮ ਘਟਨਾ ਨਹੀਂ, ਭਾਵੇਂ ਕਿ ਜਿਹੜੇ
ਵੱਡੇ ਸਿੱਖ ਵਿਦਵਾਨ ਤੇ ਸ਼ਾਇਰ ਹੈ ਹਰਿੰਦਰ ਸਿੰਘ ਮਹਿਬੂਬ ਜਾਂ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਉਹ ਦਹਾਕਿਆਂ ਪਹਿਲਾਂ ਇਹਨੂੰ ਵੇਖ ਸਕਦੇ ਸੀ ਕਿ ਇਸ ਤਰ੍ਹਾਂ ਦਾ ਹਮਲਾ ਹੋਣ ਜਾ ਰਿਹਾ ਹੈ, ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ। ਪਰ ਤਾਂ ਵੀ ਜਿਹੜਾ ਜੂਨ 84 ਦਾ ਘੱਲੂਘਾਰ ਆ, ਤੀਜਾ ਘੱਲੂਘਾਰ ਆ, ਉਹ ਸਿੱਖਾਂ ਲਈ ਇੱਕ ਬਹੁਤ ਵੱਡਾ ਸ਼ੌਕ ਸੀ ਅਤੇ ਉਹਨੂੰ ਜਿਵੇਂ ਉਹਨੇ ਕੌਮ ਨੂੰ ਝੰਜੋੜਿਆ ਧੁਰ ਅੰਦਰੋਂ। ਸੋ ਉਹਦੇ ਤੋਂ ਜਿਹੜੀ ਕਵਿਤਾ ਪੈਦਾ ਹੋਈ ਹੈ, ਉਹ ਕਵਿਤਾ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖਾਂ ਅੰਦਰ ਕੀ ਅਨੁਭਵ ਚੱਲ ਰਹੇ ਸੀ ਅਤੇ ਇਸ ਪੱਧਰ ਦੀ ਹਿੰਸਾ ਨੇ ਸਿੱਖਾਂ ਨੂੰ ਮਤਲਬ ਕਿੱਥੋਂ ਝੰਜੋੜਿਆ ਅਤੇ ਉਹਦਾ ਕਿਸ ਤਰ੍ਹਾਂ ਦਾ ਜਵਾਬ ਸਿੱਖਾਂ ਦੇ ਵੱਲੋਂ ਪੋਇਟਰੀ ਦੇ ਵਿੱਚ ਆਇਆ। ਜਿਵੇਂ ਕਿ ਆਪਾਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹਾਂ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਪੰਜਾਬੀ ਸਾਹਿਤਕ ਹਲਕੇ ਆ, ਪੰਜਾਬੀ ਸਾਹਿਤ ਦੇ ਵਿੱਚ ਇੱਕ ਮੇਜਰ ਸ਼ਿਫਟ ਆਈ 1935 ਤੋਂ ਬਾਅਦ, ਜਿਹਨੂੰ ਪ੍ਰਗਤੀਵਾਦੀ ਜਾਂ ਪ੍ਰੋਗਰੈਸਿਵ ਮੂਵਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ, ਅਤੇ ਉਹ ਧਿਰ ਜਿਹੜੀ ਸੀ ਹੌਲੀ ਹੌਲੀ ਉਹ ਪਹਿਲਾਂ ਸਿੱਖੀ ਤੋਂ ਜਿਵੇਂ ਦੂਰੀ ਬਣਾਉਂਦੀ ਗਈ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਿੱਖੀ ਤੋਂ ਸਿੱਖੀ ਨਾਲ ਜਿਵੇਂ ਬਹੁਤ ਤਿੱਖਾ ਵਿਰੋਧ ਪਾਲ ਲਿਆ। ਸੋ ਜਿਹੜੇ ਸਥਾਪਿਤ ਸਾਹਿਤਕ ਹਲਕੇ ਸੀ ਪੰਜਾਬੀ ਦੇ, ਉਹਨਾਂ ਵੱਲੋਂ ਕੋਈ ਹੁੰਗਾਰਾ ਨਹੀਂ ਆਇਆ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਵੱਡੇ ਸ਼ਾਇਰ ਸੀ ਅਤੇ ਬਹੁਤ ਲੰਬੇ ਸਮੇਂ ਤੋਂ 1950 ਤੋਂ ਉਹ ਕਾਵਿ ਰਚਨਾ ਸੀ, ਪਰ ਉਹਨਾਂ ਦੀ ਕਵਿਤਾ ਛਪੀ ਹੈ 1990 ਦੇ ਵਿੱਚ। ਥੋੜੀਆਂ ਬਹੁਤੀਆਂ ਕਵਿਤਾਵਾਂ ਇੱਕਾ ਦੁੱਕਾ ਇੱਧਰ ਉੱਧਰ ਉਹਨਾਂ ਨੇ ਛਪਾਈਆਂ, ਪਰ ਬਹੁਤੀ ਕਵਿਤਾ ਉਹਨਾਂ ਦੀ 1990 ਦੇ, ਸਾਰੀ ਕਵਿਤਾ ਝਨਾਉਂ ਦੀ ਰਾਤ ਦੇ ਰੂਪ ਦੇ ਵਿੱਚ 7 ਕਿਤਾਬਾਂ ਉਹ 1990 ਦੇ ਵਿੱਚ ਡਾਕਟਰ ਹਰਭਜਨ ਸਿੰਘ ਦਿੱਲੀ ਵਾਲੇ ਸੀ, ਉਹਨਾਂ ਨੇ ਵੀ ਕਵਿਤਾਵਾਂ ਲਿਖੀਆਂ 84 ਬਾਰੇ। ਉਹਨਾਂ ਦੀਆਂ ਕਵਿਤਾਵਾਂ ਵੀ ਇੱਕਾ ਦੁੱਕਾ ਬਹੁਤ ਥੋੜਾ ਸਮਾਂ ਪਹਿਲਾਂ ਉਹ ਛਪ ਕੇ ਆਈਆਂ। ਸੋ ਇਹ ਜਿਹੜੇ ਜਿਹੜੇ ਨੁਮਾਇੰਦਾ ਬਾਕੀ ਕਵੀ ਸੀਗੇ ਪੰਜਾਬੀ ਦੇ, ਉਹਨਾਂ ਚੋਂ ਬਹੁਤਿਆਂ ਨੇ ਨਹੀਂ ਲਿਖੀਆਂ। ਜਸਬੀਰ ਸਿੰਘ ਆਲੂਵਾਲੀਆ ਨੇ ਇੱਕ ਕਵਿਤਾ ਲਿਖੀ ਹੈ। ਸੋ ਅੱਜ ਆਪਾਂ ਜਿਹੜੀਆਂ ਡਾਕਟਰ ਹਰਭਜਨ ਸਿੰਘ ਦੀਆਂ ਕਵਿਤਾਵਾਂ ਅਤੇ ਹਰਿੰਦਰ ਸਿੰਘ ਮਹਿਬੂਬ ਦੀਆਂ ਕਵਿਤਾਵਾਂ, ਉਹਨਾਂ ਨੂੰ ਉਹਨਾਂ 'ਤੇ ਆਪਾਂ ਵਿਚਾਰ ਕਰਾਂਗੇ। ਸੋ ਪਹਿਲਾਂ ਇੱਕ ਦੋ ਕਵਿਤਾਵਾਂ ਪੜ੍ਹਦੇ ਹਾਂ ਆਪਾਂ, ਅਤੇ ਫਿਰ ਆਪਾਂ ਉਸ 'ਤੇ ਗੱਲ ਚਲਾਉਂਦੇ ਹਾਂ। ਜਿਵੇਂ ਅਫਜ਼ਲ ਐਸਲ ਰੰਧਾਵਾ ਦੀ ਕਵਿਤਾ ਵੀ ਬਹੁਤ ਅਹਿਮ ਹੈ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਆਪਾਂ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਦੇ ਕੁਛ ਹਿੱਸੇ ਪੜ੍ਹਦੇ ਹਾਂ। ਫੌਜਾਂ ਕੌਣ ਦੇਸ਼ ਤੋਂ ਆਈਆਂ, ਫੌਜਾਂ ਕੌਣ ਦੇਸ਼ ਤੋਂ ਆਈਆਂ, ਕਿਹੜੇ ਦੇਸ਼ ਤੋਂ ਕਹਿਰ ਲਿਆਈਆਂ, ਕਿੱਥੋਂ ਜ਼ਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਕਿ ਜਿਸਨੇ ਪੱਕੀਆਂ ਕੰਧਾਂ ਢਾਈਆਂ, ਅੱਗਾਂ ਪੱਥਰਾਂ ਵਿੱਚ ਲਾਈਆਂ, ਹਰ ਕੇ ਮੰਦਰ ਵਿਆਹਦੀਆਂ ਨਦੀਆਂ, ਬੁੱਕਾਂ ਭਰ ਵਰਤਾਈਆਂ, ਫੌਜਾਂ ਕੌਣ ਦੇਸ਼ ਤੋਂ ਆਈਆਂ। ਸੋ ਇਹ ਕਵਿਤਾ ਮਤਲਬ ਕਵੀ ਦਾ ਅਹਿਸਾਸ ਇਹ ਹੈ ਕਿ ਕਵੀ ਦੇ ਅੰਦਰ ਰਜਿਸਟਰ ਨਹੀਂ ਹੋ ਰਹੀ ਗੱਲ ਕਿ ਫੌਜਾਂ ਕਿੱਥੋਂ ਆਈਆਂ। ਇਹਦਾ ਅਰਥ ਕੀ ਹੈ? ਸਭ ਨੂੰ ਪਤਾ ਕਿ ਫੌਜਾਂ ਦਿੱਲੀ ਤੋਂ ਆਈਆਂ, ਸਭ ਨੂੰ ਪਤਾ ਕਿ ਫੌਜਾਂ ਭਾਰਤ ਦੇਸ਼ ਤੋਂ ਆਈਆਂ, ਭਾਰਤੀ ਹਕੂਮਤ ਨੇ ਫੌਜਾਂ ਭੇਜੀਆਂ, ਉਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ। ਫਿਰ ਕਵੀ ਜੀ ਇਹ ਸਵਾਲ ਕਿਉਂ ਕਰ ਰਹੇ ਹੈ ਕਿ ਫੌਜਾਂ ਕੌਣ ਦੇਸ਼ ਤੋਂ ਆਈਆਂ? ਇੱਕ ਤਾਂ ਇਹਦਾ ਅਰਥ ਇਹ ਹੈ ਕਿ ਕਵੀ ਦੇ ਵਿੱਚ ਕਮਜ਼ੋਰੀ ਹੈ ਅਤੇ ਉਹ ਨਿਸ਼ਾਨਦੇਹੀ ਕਰਨ ਤੋਂ
ਕਿਨਾਰਾਕਸ਼ੀ ਕਰ ਰਹੇ ਹੈ। ਦੂਜਾ ਅਰਥ ਜਿਹੜਾ ਮੈਂ ਲੈਣਾ ਚਾਹੁੰਦਾ ਉਹ ਇਹਦਾ ਇਹ ਹੈ ਕਿ ਫੌਜਾਂ ਉਸ ਦੇਸ਼ ਤੋਂ ਆਈਆਂ ਜਿਹੜੇ ਦੇਸ਼ ਨੂੰ ਕਵੀ ਡਾਕਟਰ ਹਰਭਜਨ ਸਿੰਘ ਨੇ ਆਪਣਾ ਦੇਸ਼ ਸਮਝਿਆ ਸੀ, ਪਰ ਉਹ ਆਪਣਾ ਦੇਸ਼ ਤਾਂ ਰਿਹਾ ਨਹੀਂ, ਉਹ ਬੇਗਾਨਾ ਹੋ ਗਿਆ। ਸੋ ਜਿਹੜੀ ਉਹ ਬੇਗਾਨਗੀ ਦਾ ਅਹਿਸਾਸ ਇਸ ਹਮਲੇ ਨੇ ਕਰਾਇਆ, ਉਹਦੇ ਚੋਂ ਇਹ ਕਵੀ ਦਾ ਨਿਹੋਰਾ ਹੈ ਕਿ ਅਸੀਂ ਤਾਂ ਹੁਣ ਇਹ ਦੇਸ਼ ਨੂੰ ਪਛਾਣ ਵੀ ਨਹੀਂ ਰਹੇ, ਅਸੀਂ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਉਂ ਹੋਇਆ। ਇਹ ਇੱਕ ਰਿਸਪੋਂਸ ਹੈ ਜਿਹਦੀ ਆਪਣੀ ਪ੍ਰਸੰਗਿਕਤਾ, ਜਿਹਦੀ ਆਪਣੀ ਅਹਿਮੀਅਤ ਹੈ, ਅਤੇ ਇਹ ਕਵੀ ਨੂੰ ਇਸ ਤਰ੍ਹਾਂ ਦਾ ਜਿਹੜਾ ਦਾ ਰਿਸਪੋਂਸ ਦੇਣ ਦਾ ਹੱਕ ਵੀ ਹੈ। ਜਿਹੜੇ ਦੂਜੇ ਦੋ ਕਵੀ ਆਪਾਂ ਡਿਸਕਸ ਕਰਨਾ ਚਾਹੁੰਦੇ ਹਾਂ, ਉਹਨਾਂ ਚੋਂ ਇੱਕ ਕਵਿਤਾ ਜਿਹੜੀ ਓੜਕ ਮੁੱਕੇਗੀ ਇਹ ਰਾਤ, ਅਫਸਰ ਐਸ ਐਨ ਰੰਧਾਵਾ ਦੀ, ਉਹ ਕਵਿਤਾ ਸਾਰਿਆਂ ਨੇ ਪੜ੍ਹੀ ਹੈ, ਮੈਂ ਉਹਨੂੰ ਦੁਹਰਾਉਣਾ ਨਹੀਂ ਚਾਹੁੰਦਾ, ਪਰ ਉਹ ਕਵਿਤਾ ਦੇ ਦਾ ਇੱਕ ਬੰਦ ਦੋ ਤੁਕਾਂ ਦਾ ਮੈਂ ਸਾਂਝਾ ਕਰਦਾ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾ ਲਿਆ ਹਾਏ 5 ਸਦੀਆਂ ਦਾ ਵੈਰ। ਸੋ ਇੰਡੀਆ ਦੀ ਹਿੰਦੂ ਸਟੈਬਲਿਸ਼ਮੈਂਟ ਨੇ ਦਰਬਾਰ ਸਾਹਿਬ ਤੇ ਤੇ ਹੋਰ ਗੁਰਧਾਮਾਂ ਤੇ ਹਮਲਾ ਕੀਤਾ, ਤੇ ਅਫਸਰ ਐਸ ਐਮ ਰੰਧਾਵਾ ਦੀ ਪਹੁੰਚ ਇਹ ਹੈ ਕਿ ਉਹਨਾਂ ਨੇ ਮੁਲਕ ਦੀ ਕੋਈ ਪਰਵਾਹ ਨਹੀਂ ਕੀਤੀ ਕਿਹੜਾ ਦੇਸ਼ ਹੈ ਜਾਂ ਨਹੀਂ ਹੈ, ਉਹਨਾਂ ਨੇ ਜਿਹੜੀ ਦੇਸ਼ ਦੀ ਹਾਕਮ ਧਿਰ ਹੈ ਉਹਦੀ ਪਰਵਾਹ ਕੀਤੀ, ਤੇ ਉਹਨਾਂ ਨੇ ਹੱਥ ਪਾਇਆ ਮਸਲੇ ਦੇ ਮੁੱਢ ਨੂੰ ਕਿ 5 ਸਦੀਆਂ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਹਨਾਂ ਨੇ ਬ੍ਰਾਹਮਣਵਾਦ ਨੂੰ ਚੁਣੌਤੀ ਦਿੱਤੀ, ਉਹ ਚੁਣੌਤੀ ਦੇ ਕਰਕੇ ਇੱਕ ਖੁਣਸ ਜਿਹੜੀ ਬ੍ਰਾਹਮਣਵਾਦ ਦੇ ਅੰਦਰ ਪਲ ਰਹੀ ਸੀ ਉਹਦੇ ਵਿੱਚੋਂ ਜਿਹੜਾ ਵੈਰ ਸੀ ਉਹ ਅੱਜ ਇਹਨਾਂ ਨੇ ਕੱਢ ਕੇ ਵਿਖਾਇਆ। ਗੁਸਤਾਖੀ ਮਾਫ ਜੀ, ਮੈਂ 1 ਮਿੰਟ ਚਾਹੁੰਦਾ। ਉਹ ਵੈਰੀ ਦੀ ਨਿਸ਼ਾਨਦੇਹੀ ਕਰ ਰਹੇ ਹੈ, ਤੇ ਉਹ ਕਵਿਤਾ ਦੇ ਹੋਰ ਵਿਸਥਾਰ ਦੇ ਵਿੱਚ ਵੀ ਆਪਾਂ ਬਾਅਦ 'ਚ ਆਪਾਂ ਗੱਲਬਾਤ ਦੇ ਰਾਹੀਂ ਵੇਖਾਂਗੇ। ਸੋ ਉਹ ਜਿਹੜੀ ਕਵਿਤਾ ਹੈ ਉਹ ਸਾਰੇ ਮਸਲੇ ਦੇ ਮੁੱਢ ਦੀ ਜਿਹੜੀ ਹੈ ਉਹ ਪਛਾਣ ਕਰ ਰਹੀ ਹੈ। ਤੀਜੇ ਕਵੀ ਹੈ ਹਰਿੰਦਰ ਸਿੰਘ ਮਹਿਬੂਬ। ਹਰਿੰਦਰ ਸਿੰਘ ਮਹਿਬੂਬ ਦੀ ਜਿਹੜੀ ਮਹਿਬੂਬ ਸਾਹਿਬ ਦੀ ਕਵਿਤਾ ਦਾ ਜਿਹੜਾ ਸੰਦਰਭ ਹੈ ਉਹ ਸਾਡੇ ਖਾਸ ਧਿਆਨ ਦੀ ਮੰਗ ਕਰਦਾ ਹੈ। ਸੋ ਉਹਨਾਂ ਨੇ ਜਿਹੜੀ ਮੁੱਖ ਕਿਤਾਬ ਲਿਖੀ ਜੂਨ 84 ਤੋਂ ਬਾਅਦ ਉਹ ਹੈ ਸ਼ਹੀਦੀ ਅਰਦਾਸ। ਸ਼ਹੀਦੀ ਅਰਦਾਸ ਦੇ ਵਿੱਚ ਇੱਕ ਲੰਮੀ ਕਵਿਤਾ ਸ਼ਹੀਦੀ ਅਰਦਾਸ ਤੇ ਕੁਛ ਛੋਟੀਆਂ ਕਵਿਤਾਵਾਂ। ਉਹ ਕਵਿਤਾਵਾਂ ਬਾਰੇ ਮਹਿਬੂਬ ਸਾਹਿਬ ਨੇ ਇੱਕ ਸਫ਼ੇ ਦੀ ਭੂਮਿਕਾ ਲਿਖੀ ਹੈ ਸ਼ਹੀਦੀ ਅਰਦਾਸ ਕਿਤਾਬ ਦੇ ਸ਼ੁਰੂ ਦੇ ਵਿੱਚ, ਉਹਦੇ ਵਿੱਚੋਂ ਕੁਛ ਹਿੱਸੇ ਆਪਾਂ ਪੜ੍ਹਦੇ ਹਾਂ। ਉਸ ਤੋਂ ਬਾਅਦ ਫਿਰ ਸ਼ਹੀਦੀ ਅਰਦਾਸ ਲੰਮੀ ਕਵਿਤਾ ਦੇ ਵਿੱਚੋਂ ਕੁਛ ਹਿੱਸੇ ਪੜ੍ਹਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਇਸ ਕਾਵਿ ਸੰਗ੍ਰਹਿ ਦੀਆਂ ਨਿੱਕੀਆਂ ਕਵਿਤਾਵਾਂ ਸ਼ਹੀਦ ਦੇ ਅਸੀਮ ਕਰਮ ਖੇਤਰ ਦੀਆਂ ਝਲਕਾਂ ਦਿੱਤੀਆਂ ਹਨ। ਮਹਾਨ ਸ਼ਹੀਦਾਂ ਦਾ ਚਿੰਤਨ ਧਰਤੀ ਦੀ ਖੂਬਸੂਰਤੀ ਤੋਂ ਸ਼ੁਰੂ ਹੋ ਕੇ ਮੌਤ ਨੂੰ ਸਰ ਕਰਦਾ ਹੋਇਆ ਉੱਪਰ ਪ੍ਰਕਿਰਤਿਕ ਮੰਡਲਾਂ ਤੱਕ ਪਹੁੰਚਦਾ ਹੈ। ਇੱਕੋ ਸਮੇਂ ਇਹ ਰੂਹਾਨੀ, ਕੌਮੀ, ਸਮਾਜਿਕ ਅਤੇ ਵਿਸ਼ਵ ਵਿਆਪੀ ਬਰਕਤਾਂ ਦਾ ਸੁਆਮੀ ਹੁੰਦਾ ਹੈ। ਜਦੋਂ ਸ਼ਹੀਦ ਦੇ ਅਮਲ ਨੂੰ ਰੂਹ ਦੀ ਨਿਰੰਕੁਸ਼ ਸੁਤੰਤਰਤਾ ਸਿਦਕੀ ਜਲਾਲ ਨਾਲ ਅੰਦਰੋਂ ਬਾਹਰੋਂ ਰੰਗ ਦੇਵੇ ਅਤੇ ਜਦੋਂ ਸੰਤ ਵਾਂਗ ਹਰ ਕਿਸਮ ਦੀ ਜਾਤੀ ਗਰਜ਼ ਤੋਂ ਪਾਕ ਹੋ ਜਾਵੇ
ਤਾਂ ਉਹ ਸ਼ਹੀਦਾਂ ਦਾ ਸਰਤਾਜ ਹੋ ਜਾਂਦਾ ਹੈ ਜਿਵੇਂ ਮਨਸੂਰ ਜਾਂ ਸ਼ਾਮ ਸਿੰਘ ਅਟਾਰੀ ਵਾਲਾ। ਜਦੋਂ ਸ਼ਹੀਦ ਨਿੱਜੀ ਲਾਲਸਾਵਾਂ ਦਾ ਬੰਧਨ ਅਪਣਾ ਲਵੇ ਜਿਵੇਂ ਹਰ ਪੱਖੋਂ ਸੱਚ ਨੂੰ ਪ੍ਰਗਟਾਉਂਦੀ ਸੰਤ ਰਣਧੀਰ ਸਿੰਘ ਦੀ ਚਿੱਠੀ ਭਗਤ ਸਿੰਘ ਬਾਰੇ ਦੱਸਦੀ ਹੈ ਤਾਂ ਉਸਦੀ ਅਹਿਮੀਅਤ ਆਮ ਨੇਕ ਆਦਮੀ ਨਾਲੋਂ ਕੁਝ ਹੀ ਵੱਧ ਰਹਿ ਜਾਂਦੀ ਹੈ। ਇਹੋ ਕਾਰਨ ਹੈ ਕਵੀ ਸ਼ਹੀਦ ਦੀ ਅਰਦਾਸ ਵਿੱਚ ਭਗਤ ਸਿੰਘ ਦਾ ਜ਼ਿਕਰ ਕਰਨਾ ਅਚੇਤ ਹੀ ਭੁੱਲ ਗਿਆ। ਜਦੋਂ ਮਾਨਵਤਾ ਨੂੰ ਇਤਿਹਾਸਿਕ ਪ੍ਰਬੰਧ ਵਿੱਚ ਚਲਾਉਂਦੀਆਂ ਰੂਹਾਨੀ ਕੀਮਤਾਂ ਦਾ ਸਿਲਸਿਲਾ ਟੁੱਟ ਜਾਂਦਾ ਹੈ ਤਾਂ ਸ਼ਹੀਦ ਦੇ ਇਸ਼ਕ ਦੀ ਇੰਤਹਾ ਦੁਨੀਆਂ ਦੇ ਸਭ ਤਬਕੇ ਦੇ ਇਨਸਾਨਾਂ ਨੂੰ ਆਪਣੇ ਵਿਸ਼ਾਲ ਬੁੱਕਲ ਵਿੱਚ ਘੁੱਟ ਲੈਂਦੀ ਹੈ। ਉਸਦੀ ਸਰੀਰਕ ਹਸਤੀ ਮਿਟ ਕੇ ਮਾਨਵਤਾ ਦਾ ਅਨੰਤ ਸਰੀਰ ਹੋ ਜਾਂਦੀ ਹੈ ਉਦੋਂ ਉਸਦੀ ਅਰਦਾਸ ਨਾਲ ਪੈਗੰਬਰ ਧਰਮ ਅਤੇ ਕਬੀਲੇ ਕਤਾਰਾਂ ਬੰਨ ਕੇ ਖਲੋ ਜਾਂਦੇ ਹਨ। ਕਵੀ ਸ਼ਹੀਦ ਦੇ ਅਜਿਹੇ ਸੱਚ ਦੇ ਪ੍ਰਗਟਾ ਲਈ ਕਿਸੇ ਵੀ ਵਿਸ਼ਵ ਤ੍ਰਾਸਤੀ ਦਾ ਕੋਈ ਲਘੂ ਜਾਂ ਲੰਮਾ ਦ੍ਰਿਸ਼ਟਾਂਤ ਚੁਣ ਸਕਦਾ ਹੈ। ਇਹ ਕਵਿਤਾ ਵੀ ਮੈਂ ਕਿਸੇ ਐਸੇ ਹੀ ਆਵੇਸ਼ ਵਿੱਚੋਂ ਲਿਖੀ ਸੀ ਜਦੋਂ ਮੈਂ ਆਪਣੇ ਅਜ਼ੀਮ ਦੋਸਤ ਪਾਲ ਅਤੇ ਦੋ ਹੋਰ ਯਾਰਾਂ ਨਾਲ ਰਾਜਸਥਾਨ ਦੇ ਸ਼ਹਿਰਾਂ, ਕਿਲ੍ਹਿਆਂ ਅਤੇ ਥਲ ਨੂੰ ਵੇਖ ਕੇ ਗੁਰੂ ਰਾਹਾਂ ਦੀ ਦੈਵੀ ਝਲਕ ਲੈ ਕੇ ਪੰਜਾਬ ਪਰਤਿਆ ਸਾਂ। ਸੋ ਇਹ ਜਿਹੜਾ ਹਿੱਸਾ ਹੈ, ਇਹ ਜਿਹੜੀ ਭੂਮਿਕਾ ਹੈ, ਇਹ ਬਹੁਤ ਅਹਿਮ ਹੈ। ਇਹਦੇ 'ਚੋਂ ਪਤਾ ਕੀ ਲੱਗਦਾ ਹੈ ਕਿ ਸ਼ਹੀਦ ਦੇ ਅਸੀਮ ਕਰਮ ਖੇਤਰ ਦੀ ਝਲਕੀ ਝਲਕ ਦਿੰਦੀਆਂ ਇਹ ਕਵਿਤਾਵਾਂ। ਸੋ ਇਹਦਾ ਅਰਥ ਇਹ ਹੈ ਕਿ ਸ਼ਹੀਦ ਦਾ ਕਰਮ ਖੇਤਰ, ਸ਼ਹੀਦ ਕੋਈ ਲੜਾਈ ਲੜਦਾ ਜਿਹੜੀ ਕਿ ਲੌਕਿਕ ਸੰਸਾਰ ਦੇ ਵਿੱਚ, ਦਸਤੇ ਸੰਸਾਰ ਦੇ ਵਿੱਚ ਵਾਪਰਦੀ ਹੈ। ਤੇ ਸ਼ਹੀਦ ਦਾ ਕਰਮ ਖੇਤਰ ਫਿਰ ਜਿਹੜਾ ਉਹ ਖਾਸ ਜੰਗ ਦਾ ਮੈਦਾਨ ਹੈ ਜਿੱਥੇ ਉਹ ਲੜਾਈ ਲੜ ਰਿਹਾ, ਉਹ ਸ਼ਹੀਦ ਦਾ ਕਰਮ ਖੇਤਰ ਹੋਇਆ। ਪਰ ਮਹਿਬੂਬ ਸਾਹਿਬ ਕਹਿ ਰਹੇ ਹੈ ਇਹ ਕਵਿਤਾਵਾਂ ਸ਼ਹੀਦ ਦੇ ਅਸੀਮ ਕਰਮ ਖੇਤਰ ਬਾਰੇ ਹੈ, ਉਹਦੀਆਂ ਝਲਕਾਂ ਦਿੰਦੀਆਂ। ਸੋ ਅਸੀਮ ਕਰਮ ਖੇਤਰ ਤੋਂ ਕੀ ਭਾਵ ਹੈ? ਜਿਹੜਾ ਕਰਮ ਖੇਤਰ ਜਿਹਦੀ ਕੋਈ ਲਿਮਿਟ ਨਹੀਂ, ਸ਼ਹੀਦ ਕਿੱਥੇ ਐਕਟ ਕਰ ਰਿਹਾ, ਇਹਦਾ ਮਤਲਬ ਹੁਣ ਜਿਵੇਂ ਹਾਈਡੇਗਰ ਦੇ ਵਿਚਾਰ ਹੈ ਡੀਪ ਹਿਸਟਰੀ ਬਾਰੇ, ਵੀ ਇਤਿਹਾਸ ਦੇ ਅੰਦਰ ਇਤਿਹਾਸ ਚੱਲ ਰਿਹਾ, ਉਸ ਤਰ੍ਹਾਂ ਇਹਨੂੰ ਸਮਝਣ ਦੀ ਲੋੜ ਹੈ ਕਿ ਸ਼ਹੀਦ ਦਾ ਜਿਹੜਾ ਐਕਟ ਹੈ ਜਦੋਂ ਦੁਨੀਆਂ ਦੇ ਵਿੱਚ ਕੋਈ ਕੰਮ ਕਰ ਰਿਹਾ, ਉਹਦੇ ਅੰਦਰ ਉਹਦੀਆਂ ਤਹਿਾਂ ਕਿੰਨੀਆਂ, ਉਹਦੀਆਂ ਪਰਤਾਂ ਕਿੰਨੀਆਂ, ਉਹਦੇ ਨਾਲ ਹੋਰ ਕੀ ਪ੍ਰੋਸੈਸ ਚੱਲ ਰਹੇ ਹੈ, ਹੋਰ ਪ੍ਰੋਸੈਸਿਸ ਤੋਂ ਕੀ ਭਾਵ ਹੈ। ਜੰਗ ਦੇ ਮੈਦਾਨ ਵਿੱਚ ਜਾਣਾ ਬਹੁਤ ਆਮ ਗੱਲ ਵੀ ਹੋ ਸਕਦੀ ਹੈ। ਜੰਗ ਦੇ ਮੈਦਾਨ ਵਿੱਚ ਜਾਣ ਵੇਲੇ ਬੰਦੇ ਕੋਲ, ਕਿਸੇ ਯੋਧੇ ਕੋਲ ਜ਼ਿੰਦਗੀ ਦਾ ਵਿਜ਼ਨ ਕੀ ਹੈ, ਉਹ ਜ਼ਿੰਦਗੀ ਨੂੰ ਵੇਖਦਾ ਕਿਵੇਂ ਹੈ, ਉਹ ਜ਼ਿੰਦਗੀ ਨੂੰ ਪੇਸ਼ ਕੀ ਕਰਦਾ, ਉਹਦੇ ਅੰਦਰੋਂ ਫਿਰ ਜਿਹੜਾ ਸ਼ਹੀਦ ਦਾ ਕਰਮ ਖੇਤਰ ਹੈ ਉਹ ਆਉਂਦਾ ਹੈ। ਜਿਵੇਂ ਸ਼ਹੀਦ ਦਾ ਕਰਮ ਖੇਤਰ ਕੀ ਹੈ? ਸ਼ਹੀਦ ਦਾ ਕਰਮ ਖੇਤਰ ਹੈ ਹਿਊਮਨ ਕੌਨਸ਼ੀਅਸਨੈਸ। ਹਿਊਮਨ ਕੌਨਸ਼ੀਅਸਨੈਸ ਦੇ ਵਿੱਚ ਜਿਹੜੇ ਸਾਨੂੰ ਟੋਰਮੈਂਟ ਕਰ ਰਹੇ ਹੈ ਪੰਜ, ਉਹ ਕੌਣ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਗੁਰਬਾਣੀ ਦਾ ਫਰਮਾਨ ਹੈ ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰਹੇ। ਜਿਹੜੀ ਜੰਗ ਹੈ ਉਹ ਦੋ ਧਰਾਤਲਾਂ 'ਤੇ ਚੱਲ ਰਹੀ ਹੈ। ਇੱਕ ਤਾਂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਐਬਸਟ੍ਰੈਕਟ ਰੂਪ ਹੈ, ਬੰਦੇ ਦੀ ਕੌਨਸ਼ੀਅਸਨੈਸ ਦੇ ਅੰਦਰ ਚੱਲ ਰਹੇ ਹੈ, ਬੰਦੇ ਦੀ ਦੇਹੀ ਨਾਲ ਸੰਬੰਧ ਰੱਖਦੇ ਹੈ, ਉਹਨਾਂ ਦੇ ਨਾਲ ਇੱਕ ਜੰਗ ਚੱਲ ਰਹੀ ਹੈ ਜਿਹਦੇ 'ਚ ਗਿਆਨ ਖੜਗ ਨੂੰ ਵਰਤਣਾ ਸਿੱਖ ਨੇ। ਗਿਆਨ ਖੜਗ ਹੈ ਜਿਹੜੀ, ਉਹ ਗਿਆਨ ਇਨ ਸੈਂਸ ਆਫ ਨੌਲੇਜ ਨਹੀਂ, ਗਿਆਨ ਜਿਹੜੇ ਅੰਦਰਲੇ ਬੰਦੇ ਦੇ ਕਪਾਟ ਖੁੱਲਦੇ ਹੈ ਆਤਮਕ ਅਨੁਭਵ ਨਾਲ, ਆਤਮਕ ਕਮਾਈ ਨਾਲ, ਉਸ ਗਿਆਨ ਦੀ ਖੜਗ। ਦੂਜੇ ਧਰਾਤਲ ਦੇ ਉੱਤੇ ਜਿਹੜੇ ਪੰਜ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਫਿਨੋਮੀਨਲ ਐਂਟੀਟੀਜ਼ ਹੈ। ਉਹ ਧਰਤੀ ਦੇ ਉੱਤੇ ਚੱਲ ਰਹੇ ਵੱਖੋ ਵੱਖਰੇ ਵਰਤਾਰਿਆਂ ਦੀ ਨੁਮਾਇੰਦਗੀ ਕਰਦੇ ਆ।
ਸੋ ਉਹ ਬਾਹਰੋਂ ਵੀ ਸਾਡੇ ਤੇ ਜਿਹੜੀ ਹਿੰਸਾ ਕਰ ਰਹੇ ਹੈ, ਉਹ ਅੰਦਰੋਂ ਵੀ ਬੰਦੇ ਤੇ ਹਿੰਸਾ ਕਰ ਰਹੇ ਹੈ। ਜਿਹੜੀ ਬਾਹਰੀ ਦੁਨੀਆ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਦੀਆਂ ਨੁਮਾਇੰਦਾ ਧਿਰਾਂ ਤੋਂ ਜਿਹੜੀ ਹਿੰਸਾ ਹੋ ਰਹੀ ਹੈ, ਉਹ ਹਿੰਸਾ ਦੇ ਖਿਲਾਫ ਜਦੋਂ ਸ਼ਹੀਦ ਨੇ ਲੜਨਾ ਹੈ, ਉਦੋਂ ਸ਼ਹੀਦ ਨੇ ਆਪਣੇ ਨਾਲ ਕਿਹੋ ਜਿਹੀ ਜ਼ਿੰਦਗੀ ਦਾ ਅਨੁਭਵ ਲੈ ਕੇ ਜਾਣਾ ਹੈ। ਜਦੋਂ ਮੈਂ ਕਹਿ ਰਿਹਾ ਬੈਟਲ ਫੀਲਡ ਹਿਊਮਨ ਕੌਨਸ਼ੀਅਸਨੈਸ ਹੈ, ਉਦੋਂ ਜਿਹੜਾ ਸ਼ਹੀਦ ਹੈ ਉਹ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਫਾਈਟ ਕਰ ਰਿਹਾ ਹੈ, ਉਹ ਆਪਣੇ ਨਿੱਜੀ ਆਪੇ ਤੱਕ ਮਹਿਦੂਦ ਨਹੀਂ ਗਾ, ਉਹ ਹਿਊਮਨ ਕੌਨਸ਼ੀਅਸਨੈਸ ਤੋਂ ਭਾਵ ਹੈ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਹੈ ਕਿਸੇ ਕੌਮ ਦੀ, ਹੋਰ ਲੋਕਾਂ ਦੇ ਮਨਾਂ ਦੇ ਵਿੱਚ ਹੈ, ਜੋ ਕਿਸੇ ਲੋਕਾਂ ਦੇ ਮਨਾਂ ਦੇ ਵਿੱਚ ਉਜਾੜ ਹੈ, ਉਹਦੇ ਅੰਦਰ ਰੌਣਕ ਲਿਆ ਰਿਹਾ ਹੈ, ਜਿਹੜੀ ਕਿਤੇ ਬੇਆਸੀ ਹੈ ਉਹ 'ਚ ਆਸ ਲੈ ਕੇ ਆ ਰਿਹਾ ਹੈ। ਸ਼ਹੀਦ ਦਾ ਇਹ ਕਰਮ ਖੇਤਰ ਹੈ, ਸੋ ਇਹ ਕਰਮ ਖੇਤਰ ਕਿਹੋ ਜਿਹਾ, ਇਹ ਸ਼ਹੀਦ ਕੀ ਕਰਦਾ ਹੈ, ਇਹਨਾਂ ਗੱਲਾਂ ਦੇ ਉੱਤੇ ਆਪਾਂ ਜਿਹੜੀ ਹੈ ਉਹ ਵਿਚਾਰ ਕਰਨੀ ਹੈ। ਸੋ ਉਹ ਕਹਿੰਦੇ ਆ ਮਹਾਨ ਸ਼ਹੀਦਾਂ ਦਾ ਚਿੰਤਨ ਧਰਤੀ ਦੀ ਖੂਬਸੂਰਤੀ ਤੋਂ ਸ਼ੁਰੂ ਹੋ ਕੇ ਮੌਤ ਨੂੰ ਸਰ ਕਰਦਾ ਹੋਇਆ ਉੱਪਰ ਪ੍ਰਕਿਰਤਿਕ ਮੰਡਲਾਂ ਤੱਕ ਪਹੁੰਚਦਾ ਹੈ। ਸੋ ਇਹ ਵਾਕ ਮੈਂ ਦੁਬਾਰਾ ਕਿਉਂ ਪੜ੍ਹ ਰਿਹਾ, ਮਹਾਨ ਸ਼ਹੀਦਾਂ ਦਾ ਚਿੰਤਨ। ਚਿੰਤਨ ਕੀ ਹੈ? ਰਿਫਲੈਕਸ਼ਨ। ਰਿਫਲੈਕਸ਼ਨ ਦਾ ਮਤਲਬ ਕੀ ਹੈ? ਜਦੋਂ ਕਿਸੇ ਵਿਸ਼ੇ ਦੇ ਉੱਤੇ ਆਪਾਂ ਸੋਚ ਵਿਚਾਰ ਕਰਦੇ ਹਾਂ, ਜਿਹੜੀ ਥੋਟ ਦੀ ਐਕਸਰਸਾਈਜ਼ ਹੈ, ਜਿਹੜਾ ਥੋਟ ਦੇ ਲੈਵਲ ਦਾ ਐਕਸਪੀਰੀਅੰਸ ਹੈ ਰਿਐਲਿਟੀ ਦੇ ਨਾਲ ਤੇ। ਸੋ ਸ਼ਹੀਦ ਦਾ, ਮਹਿਬੂਬ ਸਾਹਿਬ ਸ਼ਹੀਦ ਦੇ ਚਿੰਤਨ ਦੀ ਗੱਲ ਕਰ ਰਹੇ ਹੈ, ਉਹ ਸ਼ਹੀਦ ਦੇ ਚਿੰਤਨ ਦੀ ਗੱਲ ਕਿਉਂ ਕਰ ਰਹੇ ਹੈ? ਕਿਉਂਕਿ ਚਿੰਤਨ ਹੈ ਜਿਹੜਾ, ਫਿਲੋਸਫਰ ਉਹਦੇ 'ਚ ਸਪੈਸ਼ਲਾਈਜ਼ ਕਰਦੇ ਆ, ਜਿਹੜੇ ਫਿਲੋਸਫੀ ਦੇ ਡਿਸਿਪਲਿਨ ਦੇ ਵਿੱਚ ਟ੍ਰੇਨਡ ਲੋਕ ਹੁੰਦੇ ਆ, ਪਰ ਇਹ ਉਹਨਾਂ ਦੀ ਮਲਕੀਅਤ ਨਹੀਂ ਹੁੰਦਾ। ਚਿੰਤਨ ਜਿਹੜਾ ਉਹ ਹਰ ਬੰਦੇ ਦੇ ਅੰਦਰ ਹਰ ਵੇਲੇ ਚੱਲਦਾ। ਅਸੀਂ ਸਾਰੇ ਜਿਵੇਂ ਜਿਵੇਂ ਦਿਸਦੇ ਸੰਸਾਰ ਦੇ ਸੰਪਰਕ 'ਚ ਆਉਂਦੇ ਹਾਂ, ਉਹ 'ਚ ਸਾਨੂੰ ਬਹੁਤ ਸਾਰੇ ਚੰਗੇ ਮਾੜੇ, ਖੁਸ਼ੀ ਦੇਣ ਵਾਲੇ, ਉਦਾਸੀ ਦੇਣ ਵਾਲੇ, ਦੁੱਖ ਦੇਣ ਵਾਲੇ, ਸੁੱਖ ਦੇਣ ਵਾਲੇ ਅਨੁਭਵ ਹੁੰਦੇ ਆ। ਉਹਨਾਂ ਅਨੁਭਵ ਜਿਹੜੇ, ਉਹ ਅਨੁਭਵ ਸਾਨੂੰ ਪ੍ਰੇਰਨਾ ਦਿੰਦੇ ਆ, ਉਹ ਜਿਹੜੀ ਦਿਸਦੀ ਅਸਲੀਅਤ ਹੈ ਉਹਦੇ ਨਾਲ ਜਿਹੜੀ ਕੋਈ ਨਾ ਕੋਈ ਸੰਬੰਧ ਜੋੜਨ ਦੀ, ਉਹਨੂੰ ਹੁੰਗਾਰਾ ਦੇਣ ਦੀ। ਸੋ ਉਹ ਸੰਸਾਰ ਦੇ ਅੰਦਰ ਅਸੀਂ ਜਿਹੜੇ ਵੀ ਸਾਡੇ ਅੰਦਰੋਂ ਹੁੰਗਾਰੇ ਆਉਂਦੇ ਆ, ਉਹ ਕਿਸੇ ਨਾ ਕਿਸੇ ਰੂਪ ਸਾਡਾ ਚਿੰਤਨ ਹੈ। ਜਿਹੜੀ ਸ਼ਹੀਦ ਦੀ ਜ਼ਿੰਦਗੀ ਦੇ ਵਿੱਚ ਸ਼ਮੂਲੀਅਤ ਹੈ, ਉਹ ਜ਼ਿਆਦਾ ਸ਼ਿੱਦਤ ਭਰੀ ਹੈ, ਉਹ ਕਿਸੇ ਵੱਡੇ ਥਾਂ ਤੋਂ ਆ ਰਹੀ ਹੈ। ਸੋ ਸ਼ਹੀਦ ਦੀ ਜਿਹੜੀ ਰਿਫਲੈਕਸ਼ਨ ਹੈ ਜ਼ਿੰਦਗੀ ਦੇ ਉੱਤੇ, ਉਹ ਖਾਸ ਤੌਰ ਦੇ ਉੱਤੇ ਮਤਲਬ ਉਹ ਅਹਿਮ ਹੈ। ਕਿਉਂ? ਜਿਵੇਂ ਇੱਕ ਮੇਰੇ ਵਰਗਾ ਆਮ ਬੰਦਾ ਹੈ, ਉਹ ਜਦੋਂ ਜ਼ਿੰਦਗੀ ਬਾਰੇ ਸੋਚ ਵਿਚਾਰ ਕਰੂਗਾ, ਤੇ ਉਹਦਾ ਨਿੱਜ ਹੈ ਜਿਹੜਾ, ਉਹ ਆਮ ਤੌਰ ਤੇ ਮਨਫੀ ਨਹੀਂ ਹੁੰਦਾ, ਮੈਂ ਧਰਤੀ ਦੇ ਉੱਤੇ ਕਿੱਥੇ ਖੜਾ, ਮੇਰੀ ਖਾਸ ਥਾਂ ਕੀ ਹੈ, ਮੇਰੇ ਸਾਹਮਣੇ ਚੁਣੌਤੀਆਂ ਕਿਹੜੀਆਂ, ਮੇਰੇ ਜ਼ਿੰਦਗੀ ਦੇ ਲਕਸ਼ ਕੀ ਹੈ, ਮੈਂ ਕੀ ਸਿਰਜਣਾ ਚਾਹੁੰਦਾ ਹਾਂ, ਜਾਂ ਕੀ ਹਾਸਲ ਕਰਨਾ ਚਾਹੁੰਦਾ ਹੈ, ਜਾਂ ਕੀ ਪ੍ਰਾਪਤੀਆਂ ਕਰਨੀਆਂ ਚਾਹੁੰਦਾ ਮੈਂ, ਇਹ ਸਾਰਾ ਕੁਛ ਆ ਜਿਹੜਾ, ਜਦੋਂ ਇਹ ਤੁਹਾਡੇ ਮਨ ਦੇ ਪਿੱਛੇ ਚੱਲ ਰਿਹਾ, ਤੁਹਾਡੇ ਮਨ ਅੰਤਰ ਦੇ, ਉਦੋਂ ਜ਼ਿੰਦਗੀ ਨੂੰ ਜਿਹੜਾ ਵੇਖਣ ਦਾ ਜ਼ਾਵੀਆ ਹੈ ਉਹ ਬਹੁਤ ਸੀਮਿਤ ਹੋ ਜਾਂਦਾ। ਸ਼ਹੀਦ ਕੀ ਕਰ ਰਿਹਾ? ਉਹ ਖਿਣਾਂ ਦੇ ਵਿੱਚ ਜਿਉਂ ਰਿਹਾ, ਤੇ ਇਕੱਲਾ ਇਕੱਲਾ ਖਿਣ ਉਹਦੇ ਲਈ ਅਹਿਮ ਹੈ। ਉਹਨੇ ਫੈਸਲਾ ਕਰ ਲਿਆ ਕਿ ਜਿਹੜੀ ਦੁਸ਼ਵਾਰੀਆਂ ਦੀ ਜ਼ਿੰਦਗੀ ਹੈ, ਜ਼ਲਾਲਤ ਦੀ ਜਾਂ ਬੇਪਤੀ ਦੀ ਜ਼ਿੰਦਗੀ ਹੈ, ਉਹ ਮੇਰਾ ਜੀਵਨ ਨਹੀਂ। ਮੇਰਾ ਕੰਮ ਹੈ ਜਿਹੜੀ ਥਾਂ ਤੇ ਮੈਂ ਖੜਨਾ ਹੈ, ਮੈਂ ਉੱਥੇ ਖੜਨਾ। ਉਹਦੇ ਲਈ ਜਦੋਂ ਵੀ ਸ਼ਹੀਦੀ ਆਊਗੀ, ਉਹ ਗੁਰੂ ਦੀ ਬਖਸ਼ਿਸ਼ ਹੋਊਗੀ।
ਸੋ ਜਿਹਦੇ ਲਈ ਜ਼ਿੰਦਗੀ ਜਿਹੜੀ ਹੈ ਉਹਦੀਆਂ ਚੁਣੌਤੀਆਂ ਸਾਰੀਆਂ ਖਤਮ ਹੈ, ਜਿਹੜੇ ਨਿੱਕੇ ਨਿੱਕੇ ਲਕਸ਼ ਲੋਕਾਂ ਨੇ ਬਣਾਏ ਹੁੰਦੇ ਆ ਉਹ ਸਾਰੇ ਲਕਸ਼ ਵੀ ਖਤਮ ਹੈ ਉਹ 'ਚ। ਉਹਦੇ ਕੋਲ ਤਾਂ ਜ਼ਿੰਦਗੀ ਜਿਹੜੀ ਆ ਉਹ ਸਿੱਧੀ ਸਿੱਧੀ ਖੜੀ ਹੈ ਤੇ ਉਹਨੂੰ ਸਿੱਧਾ ਉਹਦਾ ਹੁੰਗਾਰਾ ਆ ਰਿਹਾ। ਸੋ ਇਹ ਸ਼ਹੀਦ ਦਾ ਚਿੰਤਨ ਹੈ, ਸ਼ਹੀਦ ਦਾ ਚਿੰਤਨ ਉਹ ਸੰਸਾਰ ਦੇ ਨਾਲ ਵਿੱਚੋਂ ਆਉਂਦਾ ਜਿਹੜੇ ਸੰਸਾਰ ਤੋਂ ਉਹਨੇ ਡਿਟੈਚਮੈਂਟ ਤਾਂ ਪਾ ਲਈ ਹੈ ਪਰ ਉਹ ਜੋਗੀਆਂ ਵਰਗੀ ਉਪਰਾਮਤਾ ਨਹੀਂ, ਇੱਕ ਤਿਆਗ ਹੈ, ਬਿਨਾਂ ਤਿਆਗ ਤੋਂ ਤਿਆਗ ਹੈ, ਬਿਨਾਂ ਉਪਰਾਮ ਹੋਏ ਤੋਂ ਉਪਰਾਮਤ ਹੈ। ਮਤਲਬ ਸ਼ਹੀਦ ਦਾ ਚਿੱਤ ਸੰਸਾਰ ਤੋਂ ਉਪਰਾਮ ਨਹੀਂ ਪਰ ਸ਼ਹੀਦ ਦੀ ਨਾ ਹੀ ਸੰਸਾਰ ਦੇ ਨਾਲ ਕੋਈ ਉਹਨੂੰ ਮੋਹ ਹੈ, ਨਾ ਹੀ ਉਹ ਸੰਸਾਰ ਦੇ ਵਿੱਚ ਗਲਤਾਨ ਹੈ, ਨਾ ਹੀ ਉਹਦਾ ਚਿੱਤ ਸੰਸਾਰ ਤੋਂ ਉਪਰਾਮ ਹੈ। ਉਹਨੂੰ ਜ਼ਿੰਦਗੀ ਨਾਲ ਬਹੁਤ ਗੂੜੀ ਬਹੁਤ ਡੂੰਘੀ ਮੁਹੱਬਤ ਵੀ ਹੈ, ਉਹ ਮੁਹੱਬਤ ਨੂੰ ਪਾਲਣ ਲਈ ਉਹ ਆਪਣੇ ਆਪ ਨੂੰ ਕੁਰਬਾਨ ਕਰਨ ਦੇ ਰਾਹ 'ਤੇ ਤੁਰਦਾ ਪਰ ਉਹ ਜ਼ਿੰਦਗੀ ਤੋਂ ਕੋਈ ਜੋਗੀਆਂ ਵਰਗੀ ਜਿਹੜੀ ਡਿਟੈਚਮੈਂਟ ਹੈ ਕੋਈ ਉਪਰਾਮਤ ਹੈ ਉਹ ਨਹੀਂ ਪਾਲ ਰਿਹਾ ਅਤੇ ਉਹਦੇ 'ਚ ਗਲਤਾਨ ਵੀ ਨਹੀਂ ਹੋ ਰਿਹਾ। ਇਹ ਸ਼ਹੀਦ ਦੇ ਚਿੰਤਨ ਦੀ ਸ਼ੁਰੂਆਤ ਹੈ। ਸੋ ਮਹਿਬੂਬ ਸਾਹਿਬ ਕਹਿੰਦੇ ਆ ਮਹਾਨ ਸ਼ਹੀਦਾਂ ਦਾ ਚਿੰਤਨ ਧਰਤੀ ਦੀ ਖੂਬਸੂਰਤੀ ਤੋਂ ਸ਼ੁਰੂ ਹੋ ਕੇ ਮੌਤ ਨੂੰ ਸਰ ਕਰਦਾ ਹੋਇਆ ਉੱਪਰ ਪ੍ਰਕਿਰਤਕ ਮੰਡਲਾਂ ਤੱਕ ਪਹੁੰਚਦਾ ਹੈ। ਜਿਹੜਾ ਮੈਟਾਫਿਜ਼ੀਕਲ ਰੈਲਮ ਹੈ ਮੌਤ ਨੂੰ ਫਤਿਹ ਕਰਕੇ ਉੱਥੋਂ ਤੱਕ ਸ਼ਹੀਦ ਪਹੁੰਚ ਰਿਹਾ ਹੈ। ਇੱਕੋ ਸਮੇਂ ਇਹ ਰੂਹਾਨੀ ਕੌਮੀ ਸਮਾਜਿਕ ਅਤੇ ਵਿਸ਼ਵ ਵਿਆਪੀ ਬਰਕਤਾਂ ਦਾ ਸੁਆਮੀ ਹੁੰਦਾ ਹੈ। ਸੋ ਸ਼ਹੀਦ ਹੈ ਜਿਹੜਾ ਉਹਨੂੰ ਮਹਿਬੂਬ ਸਾਹਿਬ ਫਿਲੋਸਫੀ ਦੇ ਅਲਟਰਨੇਟਿਵ ਤੋਂ ਵੇਖ ਰਹੇ ਆ ਵਜੋਂ ਵੇਖ ਰਹੇ ਆ ਵੀ ਜਿਹੜੀ ਫਿਲੋਸਫੀ ਐਸ ਸੱਚ ਹੈ ਜਦੋਂ ਕੋਈ ਫਿਲੋਸਫਰ ਫੋਰ ਦਾ ਸੇਕ ਆਫ ਫਿਲੋਸਫੀ ਕਰਦਾ ਹੈ ਜਦੋਂ ਉਹ ਫਿਲੋਸਫੀ ਨੂੰ ਕਮਿਟਡ ਹੈ ਉਹਦੀਆਂ ਲਿਮੀਟੇਸ਼ਨਸ ਹੈ। ਸੋ ਚਿੰਤਨ ਦੇ ਜਿਹੜੇ ਨਵੇਂ ਦਿਸਹੱਦੇ ਹੈ ਉਹ ਖੋਜਣ ਲਈ ਉਹਨਾਂ ਦੇ ਅੰਦਰ ਡੂੰਘੇ ਲੈਣ ਲਈ ਜਿਹੜਾ ਸ਼ਹੀਦ ਦਾ ਚਿੰਤਨ ਹੈ ਉਹ ਲੋੜੀਂਦਾ। ਸੋ ਇਹ ਕਵਿਤਾ ਦੇ ਇਹਨਾਂ ਕਵਿਤਾਵਾਂ ਦੇ ਵਿੱਚ ਕੀ ਹੋਇਆ, ਪਹਿਲੀ ਕਵਿਤਾ ਦੇ ਵਿੱਚ ਕੀ ਹੈ ਵੀ ਕਵੀ ਦੇ ਅੰਦਰ ਕੋਈ ਮਿਹਣੇ ਵਰਗੇ ਪੱਧਰ ਦੇ ਉੱਤੇ ਡਾਕਟਰ ਹਰਭਜਨ ਸਿੰਘ ਦੁਸ਼ਮਣ ਦੀ ਨਿਸ਼ਾਨਦੇਹੀ ਕਰ ਰਹੇ ਹੈ, ਸਿੱਧਾ ਦੁਸ਼ਮਣ 'ਤੇ ਉਂਗਲ ਧਰੇ ਬਗੈਰ ਨਿਸ਼ਾਨਦੇਹੀ ਕਰ ਰਹੇ ਹੈ, ਆਪਣੀ ਬੇਗਾਨਗੀ ਦਾ ਨਿਹੋਰਾ ਵੀ ਦੇ ਰਹੇ ਹੈ ਪਰ ਸਿੱਧਾ ਉਹਨੂੰ ਕਨਫਰੰਟ ਨਹੀਂ ਕਰ ਰਹੇ। ਅਫਸਰ ਅਹਿਸਨ ਰੰਧਾਵਾ ਦੁਸ਼ਮਣ ਨੂੰ ਸਿੱਧਾ ਕਨਫਰੰਟ ਕਰ ਰਹੇ ਹੈ ਅਤੇ ਸਿੱਧੀ ਉਹਦੀ ਨਿਸ਼ਾਨਦੇਹੀ ਕਰ ਰਹੇ ਹੈ ਵੀ ਇਹ ਖੁਣਸ ਇਹ ਵੈਰ ਭਾਵ ਇਹਦਾ ਤਤਕਾਲੀ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ। 1978 'ਚ ਕੀ ਹੋਇਆ ਜਾਂ ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਦਾ ਮਤਾ ਕੀ ਸੀ ਜਾਂ ਉਸ ਤੋਂ ਪਹਿਲਾਂ ਪੰਜਾਬੀ ਸੂਬਾ ਮੂਵਮੈਂਟ ਕੀ ਸੀ, ਇਹ ਸਾਰੇ ਦੇ ਸਾਰੇ ਇਤਿਹਾਸ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਇਹਦਾ ਸੰਬੰਧ ਸਿੱਖੀ ਦੇ ਪ੍ਰਕਾਸ਼ ਨਾਲ ਹੈ। ਸਿੱਖੀ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੋਇਆ ਅਤੇ ਉਹ 500 ਸਾਲ ਪਹਿਲਾਂ ਹੋਇਆ। ਉਦੋਂ ਤੋਂ ਇਹਨੇ ਵੈਰ ਪਾਲਿਆ ਅਤੇ ਉਹ 500 ਸਾਲਾਂ ਦਾ ਵੈਰ ਇਹਨਾਂ ਨੇ ਉਹ ਕੱਢ ਕੇ ਵਿਖਾਇਆ। ਮਹਿਬੂਬ ਸਾਹਿਬ ਕੀ ਕਰ ਰਹੇ ਹੈ, ਮਹਿਬੂਬ ਸਾਹਿਬ ਕਹਿ ਰਹੇ ਹੈ ਧਰਤੀ ਦੇ ਉੱਤੇ ਜੋ ਕੁਝ ਇਸ ਮੌਜੂਦਾ ਇਤਿਹਾਸ ਦੇ ਵਿੱਚ ਵਰਤਿਆ ਦੁਖਾਂਤ ਇਹਦਾ ਇੱਕ ਹਿੱਸਾ, ਸ਼ਾਨਾ ਮਤੀਆਂ ਸ਼ਹਾਦਤਾਂ ਇਹਦਾ ਦੂਜਾ ਹਿੱਸਾ। ਸੋ ਉਹ ਸ਼ਹਾਦਤ ਵਾਲੇ ਪੱਖ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰ ਰਹੇ ਆ ਤੇ ਉਹ ਕਹਿ ਰਹੇ ਆ ਇਹ ਸ਼ਹਾਦਤਾਂ ਅਰਥ ਭਰਪੂਰ ਹੈ ਤੇ ਇਹਨਾਂ ਸ਼ਹਾਦਤਾਂ ਦੀ ਅਰਥ ਭਰਪੂਰਤਾ ਨੂੰ ਸਾਨੂੰ ਸਮਝਣ ਦੀ ਲੋੜ ਹੈ। ਸ਼ਹੀਦ ਧਰਤੀ ਦੇ ਉੱਤੇ ਜੀਵਨ ਦਾ ਕੋਈ ਵੱਖਰਾ ਅਨੁਭਵ ਲੈ ਕੇ ਆ ਰਹੇ ਆ, ਸਾਨੂੰ ਉਸ ਅਨੁਭਵ ਦੇ ਨਾਲ ਬਗਲਗੀਰ ਹੋਣ ਦੀ ਲੋੜ ਹੈ, ਸਾਨੂੰ ਉਸ ਅਨੁਭਵ ਦੇ ਨਾਲ ਸਫ਼ਰ ਕਰਨ ਦੀ ਲੋੜ ਹੈ। ਇਹ ਉਹਨਾਂ ਦੀ ਕਵਿਤਾ ਦੀ ਸ਼ੁਰੂਆਤ ਹੈ, ਉਹਨਾਂ ਦੀ ਕਵਿਤਾ ਦਾ ਸੰਦਰਭ ਹੈ। ਤੁਸੀਂ ਜਦੋਂ ਵੀ ਵਿੱਚੋਂ ਮੈਨੂੰ ਟੋਕ ਕੇ
कोई सवाल पूछना हो तो मैं जरूर पूछो, नहीं तो मैं अपना जारी रखूंगा। पर जे आप इनू गलबात दे रहे अगे वधाईए तो वो बेहतर तरीका है ये मसले नू विचारन दा। अद्धी रात सी उम्र दा पैर दूजा बालपन दा बिरच पछाणिया मैं डूंगी नींद दे मुल्क मासूम मुड़के पत्तन फेर चना दा छाणिया मैं कच्चे वेड़िया विच त्रिंजणा दा यारो राग अनोखड़ा माणिया मैं कौमां बहुत जहान दे विच आईआं पंथ जेड़ ना किसे नू जाणिया मैं। सो ये बंद है शहीदी अरदास चों जिहड़ा मैं एक पढ़िया। इहदे विच महबूब साहब ने जिहड़ियां अंतलियां तुकां बंद दियां वो कह रही हैं कौमां बहुत जहान दे विच आईआं पंथ जेड़ ना किसे नू जाणिया मैं। दुनिया ते कौमां बहुत आईआं पर मेरी नज़र च खालसा पंथ वर्गी उहदे पद्धर दी होर कोई कौम नहीं। पर खालसा पंथ दे पद्धर दी दुनिया ते होर कोई कौम नहीं जिहड़ी ए रियलाइजेशन है ए समझ तक पहुंचन लई कवि किहड़े अनुभव चो लंघ रहा उहदे वल दुबारा ध्यान दईए। अद्धी रात सी उम्र दा पैर दूजा बालपन दा बिरच पछाणिया मैं। सो अद्धी रात है जदों लुकाई सारी सुती है दुनिया दे जिहड़े रौले रप्पे है वो सारे बंद है। उम्र जिहड़ी है उस जवानी बीत चुकी है ते अगला पैर है जिहड़ा वो शुरू हो गया। सो जवानी बीतन दा अर्थ है उम्र दे नाल बंदे दी देही च वी कोई टका आया। अद्धी रात नूं जिहड़ा सृष्टि है सारी आले दुआले वातावरण है उहदे विच वी कोई टका है। सो अद्धी रात नूं उम्र दे दूजे पैर च बंदे दे अंदर भी टका है ते बाहर भी टका है। टका दी इस अवस्था दे विच चुप दी इस अवस्था दे विच जिहड़ा अंदर दा सफर है वह बालपन वल नूं लैके जा रहा। हुण कवि लई बालपन की है? कवि ने बालपन लई मैटाफर वरत्या दरख्त दा। अद्धी रात सी उम्र दा पैर दूजा बालपन दा बिरच पछाणिया मैं। हुण शब्दां वल ध्यान देईए। जिहड़ा बिरच शब्द है वह पूरे भरमे वड्डे पुराने दरख्त लई वरत्या जांदा, नवें छोटे दरख्त लई बूटा वरत्या जांदा जां पौधा। सो वह बालपन नूं ना बूटा कह रहे है ना पौधा कह रहे है, वह बालपन नूं बिरच कह रहे है। सो जिंदगी दी भरपूरता ते जिंदगी दी मैच्योरिटी बालपन दे विच पई है। सो अद्धी रात सी उम्र दा पैर दूजा बालपन दा बिरच पछाणिया मैं। बालपन दे विच वापस जाके उन्हूं एक संघने शानदार भरपूर दरख्त दे तौर ते वेख्या। सो कवि नूं उम्र दे दूजे पैर च जिंदगी दी भरपूरता बालपन चों क्यों लभ रही है? क्योंकि जिहड़े जिंदगी दे आम दुनियावी अमल है वह जिंद बंदे अंदरली जिंदगी की भरपूरता नूं खांदे है। उम्र दे नाल जो सो कॉल्ड मैच्योरिटी आउंदी है बंदे दे विच उहदे नाल कोई निश्चित तौर पर विकास नहीं हुंदा, बहुत सारे बिगाड़ भी पैंदे है। कोई निश्चित तौर पर उम्र वधन नाल बंदा हासिल नहीं करता बहुत कुछ गुआंदा भी है। सो जिहड़ी भरपूरता
ਚਲੰਤ ਜ਼ਿੰਦਗੀ ਦੇ ਰੌਲੇ ਰੱਪਿਆਂ ਦੇ ਵਿੱਚ ਕਵੀ ਨੇ ਗੁਆਈ ਹੈ, ਉਹ ਬਾਲਪਣ ਦੇ ਵਿੱਚ ਜਾ ਕੇ ਕਿਸੇ ਟਕਾ ਦੇ ਪਲ ਤੇ ਉਹ ਉਹਨਾਂ ਨੇ ਪਛਾਣੀ ਹੈ। ਡੂੰਗੀ ਨੀਂਦ ਦੇ ਮੁਲਕ ਮਾਸੂਮ ਮੁੜ ਕੇ ਪੱਤਣ ਫੇਰ ਚਨਾ ਦਾ ਛਾਣਿਆ ਮੈਂ, ਡੂੰਗੀ ਨੀਂਦ ਦੇ ਮੁਲਕ ਮਾਸੂਮ ਮੁੜ ਕੇ। ਸੋ ਜਾਗਦਿਆਂ ਦੀ ਦੁਨੀਆਂ ਜਿਹਦੇ ਚੋਂ ਮਾਸੂਮੀਅਤ ਗੁਆਚ ਚੁੱਕੀ ਹੈ, ਡੂੰਗੀ ਨੀਂਦ ਇੱਕ ਵੱਖਰੀ ਦੁਨੀਆ ਜਿਹਦੇ ਚ ਮਾਸੂਮੀਅਤ ਜਿਉਂਦੀ ਹੈ, ਜਿਹਦੇ ਚ ਬਾਲਪਨ ਹੈ, ਬਾਲਪਨ ਦੀ ਭਰਪੂਰਤਾ ਤੇ ਮਾਸੂਮੀਅਤ ਹੈ। ਪੱਤਣ ਫੇਰ ਚਨਾ ਦਾ ਛਾਣਿਆ ਮੈਂ, ਚਨਾ ਦਾ ਪੱਤਣ ਕੀ ਹੈ? ਚਨਾ ਦਾ ਪੱਤਣ ਉਹ ਹੈ ਥਾਂ ਜਿੱਥੇ ਪੰਜਾਬ ਦੀਆਂ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਵਾਪਰੀਆਂ ਤੇ ਉਹਦੇ ਦੁਆਲੇ ਬਹੁਤ ਸਾਰੇ ਜਿਹੜੇ ਕਿੱਸੇ ਹੈ ਉਹ ਲਿਖੇ ਗਏ। ਸੋ ਜਿਹੜੇ ਪ੍ਰੇਮ ਦੇ ਭਾਵ ਹੈ ਉਹ ਵੀ ਮਨੁੱਖ ਦੇ ਅੰਦਰ ਦੀ ਜਿਹੜੀ ਨਿਰਛਲਤਾ ਤੇ ਮਾਸੂਮੀਅਤ ਤੇ ਜਿਹੜੇ ਕੁਦਰਤੀ ਮਨੁੱਖੀ ਭਾਵਨਾਵਾਂ ਉਹਨਾਂ ਦੀ ਸ਼ਿੱਦਤ, ਉਹਨਾਂ ਦਾ ਜ਼ੋਰ ਝਨਾ ਦੇ ਪੱਤਣਾਂ ਦੇ ਉੱਤੇ ਪ੍ਰਗਟ ਹੋਇਆ। ਸੋ ਡੂੰਗੀ ਨੀਂਦ ਦੇ ਮੁਲਕ ਮਾਸੂਮ ਮੁੜ ਕੇ ਪੱਤਣ ਫੇਰ ਝਨਾ ਦਾ ਛਾਣਿਆ ਮੈਂ, ਡੂੰਗੀ ਨੀਂਦ ਦੇ ਮੁਲਕ ਜਾ ਕੇ ਜਿਹੜੀਆਂ ਜ਼ਿੰਦਗੀ ਦੇ ਮੁਹੱਬਤ ਦੇ ਰੰਗ, ਪ੍ਰੇਮ ਦੇ ਰੰਗ ਜਿਹੜੀ ਧਰਤੀ ਤੇ ਵਾਪਰ ਰਹੇ ਹੈ, ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਵਾਪਰ ਰਹੇ ਹੈ, ਉਹ ਉੱਥੇ ਜਾ ਰਹੇ ਹੈ। ਸੋ ਜਿਹੜੀ ਚਲੰਤ ਜ਼ਿੰਦਗੀ ਹੈ ਉਹ ਸਾਰਾ ਕੁਛ ਬੰਦੇ ਤੋਂ ਖੋਹਦੀ ਹੈ, ਉਹ ਹਰ ਕਿਸੇ ਚੀਜ਼ ਨੂੰ ਸਧਾਰਨ ਬਣਾ ਦਿੰਦੀ ਹੈ, ਉਹ ਹਰ ਕਿਸੇ ਚੀਜ਼ ਨੂੰ ਅਖਬਾਰ ਦੀ ਖਬਰ ਵਾਂਗੂ ਬਣਾ ਦਿੰਦੀ ਹੈ, ਹਰ ਚੀਜ਼ ਜਿਹੜੀ ਹੈ ਉਹ ਆਪਣੀ ਇੰਟੈਂਸਿਟੀ ਗੁਆ ਲੈਂਦੀ ਹੈ। ਪਰ ਕਵੀ ਇਹ ਜਿਹੜੀ ਚੱਲ ਰਹੀ ਦੁਨੀਆ ਉਹਦੇ ਸਮਾਨ ਅੰਤਰ ਆਪਣਾ ਉਹ ਜਹਾਨ ਮਹਿਬੂਬ ਸਾਹਿਬ ਸਿਰਜ ਰਹੇ ਹੈ ਤੇ ਇਹ ਉਹ ਜਹਾਨ ਹੈ। ਅਗਲੀ ਉਹ ਜਹਾਨ ਦੀ ਡਾਇਮੈਂਸ਼ਨ ਕਿਹੜੀ ਹੈ? ਉੱਚੇ ਵਿਹੜਿਆਂ ਵਿੱਚ ਤ੍ਰਿੰਗਣਾ ਦਾ ਯਾਰੋ ਰਾਗ ਅਨੋਖੜਾ ਮਾਣਿਆ ਮੈਂ। ਕੱਚੇ ਵਿਹੜੇ, ਇੱਕ ਘਰ ਦਾ ਕੱਚਾ ਵਿਹੜਾ, ਉਸ ਘਰ ਦੀ ਸਾਦਗੀ, ਉਸ ਘਰ ਦੀ ਜਿਹੜੀ ਸੱਭਿਆਚਾਰਕ ਪਾਕੀਜ਼ਗੀ, ਉਸ ਘਰ ਦੀ ਕਿਰਤ ਦੀ ਸੁੱਚਮਤਾ, ਉਹ ਸਾਰੇ ਕਾਸੇ ਦੀ ਨੁਮਾਇੰਦਗੀ ਕਰ ਰਿਹਾ। ਤੇ ਤ੍ਰਿੰਝਣ ਕੀ ਹੈ? ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਬਹਿ ਕੇ ਬੀਬੀਆਂ ਭੈਣਾਂ ਚਰਖਾ ਕੱਤਦੀਆਂ ਤੇ ਚਰਖਾ ਕੱਤਦੀਆਂ ਕੱਤਦੀਆਂ ਉਹ ਆਪਣੇ ਭਵਿੱਖ ਨੂੰ ਚਿਤਵਦੀਆਂ, ਭਵਿੱਖ ਦੇ ਨਾਲ ਜੁੜੇ ਜਿਹੜੀ ਲੋਕ ਧਾਰਾ ਉਹਨਾਂ ਦੇ ਨਾਲ ਸਫ਼ਰ ਕਰਦੀ ਹੈ, ਉਹ ਗੀਤ ਗਾਉਂਦੀਆਂ, ਉਹ ਧੜਕਦੀ ਜ਼ਿੰਦਗੀ ਦੀ ਰੁਣ ਝੁਣ, ਉਹ ਧੜਕਦੀ ਜ਼ਿੰਦਗੀ ਦਾ ਰਾਗ ਕਵੀ ਲਈ ਅਨੋਖਾ ਰਾਗ ਹੈ ਜਿਹੜਾ ਉਹਨੇ ਮਾਣਿਆ। ਜਿਹੜੇ ਆਮ ਰਾਗ ਹੈ ਉਹਨਾਂ ਰਾਗਾਂ ਦੇ ਵਿੱਚ ਉਸ ਅਨੁਭਵ ਦੀ ਰੌਣਕ ਨਹੀਂ ਆਉਂਦੀ ਜਿਹੜਾ ਮਾਸੂਮ ਕੁੜੀਆਂ ਚਿੜੀਆਂ ਵਾਂਗੂ ਬੈਠੀਆਂ ਚਹਿਚਹਾ ਰਹੀਆਂ, ਅੰਤਾਂ ਦੀ ਉਹਨਾਂ ਦੇ ਅੰਦਰ ਜ਼ਿੰਦਗੀ ਦੀ ਮੁਹੱਬਤ ਹੈ, ਅੰਤਾਂ ਦਾ ਜ਼ਿੰਦਗੀ ਦਾ ਚਾਅ ਹੈ, ਨਾਲੇ ਉਹ ਕਿਰਤ ਕਰ ਰਹੀਆਂ, ਨਾਲੇ ਉਹ ਭਵਿੱਖ ਦੀ ਜ਼ਿੰਦਗੀ ਚਿਤਵ ਰਹੀਆਂ, ਤੇ ਨਾਲੇ ਉਹ ਆਪਣੇ ਜਿਹੜੇ ਪੈਸ਼ਨ ਹੈ ਉਹ ਗੀਤਾਂ ਰਾਹੀਂ ਇੱਕ ਦੂਜੇ ਨਾਲ ਸਾਂਝੇ ਕਰ ਰਹੀਆਂ। ਸੋ ਇਹ ਸਾਰੇ ਕੁਛ ਚੋਂ ਬਾਅਦ ਕੌਮਾਂ ਬਹੁਤ ਜਹਾਨ ਦੇ ਵਿੱਚ ਆਈਆਂ, ਪੰਥ ਜਿਹੜਾ ਨਾ ਕਿਸੇ ਨੂੰ ਜਾਣਿਆ ਮੈਂ। ਕੌਮਾਂ ਬਹੁਤ ਜਹਾਨ ਦੇ ਵਿੱਚ ਆਈਆਂ, ਪੰਥ ਜਿਹੜਾ ਨਾ ਕਿਸੇ ਨੂੰ ਜਾਣਿਆ ਮੈਂ। ਪੰਥ ਦੀ ਵਿਲੱਖਣਤਾ ਇਹ ਹੈ ਕਿ ਜਿਹੜਾ ਲੌਕਿਕ ਸੰਸਾਰ ਹੈ ਉਸੇ ਦੇ ਵਿੱਚ ਹੀ ਅਲੌਕਿਕ ਲੱਭਿਆ ਸਿੱਖੀ ਨੇ। ਇਹ ਕੋਈ ਕੰਸੈਪਚੁਅਲ ਐਕਸਰਸਾਈਜ਼ ਨਹੀਂ, ਜ਼ਿੰਦਗੀ ਦੇ ਧੜਕਦੇ ਰੰਗ, ਜ਼ਿੰਦਗੀ ਦੀ ਰੌਣਕ, ਜ਼ਿੰਦਗੀ ਦੇ ਮੁਹੱਬਤ ਦੀਆਂ ਥਾਵਾਂ, ਦਰਿਆਵਾਂ ਦੇ ਘਾਟ, ਉਹ ਅਸਲ 'ਚ ਹੀ ਰੱਬ ਦੇ ਰੰਗ ਆ ਤੇ ਉਹਦੀ ਪ੍ਰਤੀਤੀ ਦੇ ਵਿੱਚੋਂ, ਉਹਦੇ ਸਿੱਧੇ ਅਨੁਭਵ ਦੇ ਵਿੱਚੋਂ, ਉਹਦੇ ਨੰਗੇ ਚਿੱਟੇ ਅਨੁਭਵ ਦੇ ਵਿੱਚੋਂ ਜਿਹੜਾ ਖਾਲਸਾ ਪੰਥ ਉਦੇ ਹੋਇਆ।
ਇਸ ਕਰਕੇ ਉਹ ਕਹਿ ਰਹੇ ਹੈ ਕੌਮਾਂ ਬਹੁਤ ਜਹਾਨ ਦੇ ਵਿੱਚ ਆਈਆਂ, ਪੰਥ ਜਿਹੜਾ ਨਾ ਕਿਸੇ ਨੂੰ ਜਾਣਿਆ ਮੈਂ। ਪੰਥ ਹੈ ਜਿਹੜਾ ਉਹ ਕਨਸੈਪਚੁਅਲ ਫਾਰਮੇਸ਼ਨ ਨਹੀਂ, ਪੰਥ ਕਨਸੈਪਚੁਅਲ ਐਕਟੀਵਿਟੀ ਦਾ ਰਿਜ਼ਲਟ ਨਹੀਂ, ਪੰਥ ਜ਼ਿੰਦਗੀ ਨਾਲ ਮੁਹੱਬਤ ਕਰਨ ਦੇ ਅਨੇਕ ਰੰਗਾਂ ਦਾ ਇੱਕ ਥਾਂ 'ਤੇ ਇਕੱਠਾ ਹੋਇਆ ਰੂਪ ਹੈ। ਇਸ ਕਰਕੇ ਇਹਦੇ ਬਰਾਬਰ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ। ਮੈਂ ਹੁਣ ਪੜ੍ਹਨਾ ਤਾਂ ਕੁਛ ਹੋਰ ਸੀ, ਪਰ ਇਹਦੇ ਨਾਲ ਦਾ ਬੰਦ ਮੇਰਾ ਪੜ੍ਹਨ ਨੂੰ ਜੀ ਕਰਿਆ ਆ, ਉਹ ਮੈਂ ਪੜ੍ਹਦਾ, ਫਿਰ ਆਪਾਂ ਅਗਾਂਹ ਤੁਰਦੇ ਹਾਂ। ਤੇਰੇ ਬਾਜ਼ ਨੂੰ ਰਹੇ ਉਡੀਕਦੇ ਸੀ ਮਿੱਟੀ ਵਿੱਚ ਗੁਨਾਹਾਂ ਦੇ ਬੋਲ ਮੇਰੇ, ਲੁੱਟੀ ਪੱਤ ਨਾਲ ਕੌਮ ਨੇ ਕੌਲ ਕੀਤੇ, ਨੈਣ ਬਣੇ ਗਵਾਹ ਅਨਭੋਲ ਮੇਰੇ, ਗਿਆ ਸਬਰ ਅਸਮਾਨ ਨੂੰ ਚੀਰ ਜਿਹੜਾ, ਰਿਹਾ ਬਿਖੜੇ ਪੈਂਡੇ ਫਰੋਲ ਮੇਰੇ, ਸੌਂ ਗਏ ਨਾਲ ਮਸੂਮੀਆਂ ਵਾਂਗ ਬਾਲਾਂ, ਵੈਰ ਤੂਤੀਆਂ ਵਾਲੜੇ ਕੋਲ ਮੇਰੇ। ਤੇਰੇ ਬਾਜ਼ ਨੂੰ ਰਹੇ ਉਡੀਕਦੇ ਸੀ ਮਿੱਟੀ ਵਿੱਚ ਗੁਨਾਹਾਂ ਦੇ ਬੋਲ ਮੇਰੇ। ਬਾਜ਼ ਕੀ ਹੈ? ਬਾਜ਼ ਜਿਹੜੀ ਗੁਰੂ ਦਾ, ਗੁਰੂ ਦਰਬਾਰ ਦਾ ਪਾਤਸ਼ਾਹੀ ਰੰਗ ਹੈ, ਉਹਦਾ ਇੱਕ ਮੈਟਾਫਰ ਹੈ। ਬਾਜ਼ ਸ਼ਿਕਾਰੀ ਪੰਛੀ ਹੈ, ਕਵੀ ਦੇ ਉੱਤੇ, ਧਰਤੀ ਦੇ ਉੱਤੇ ਜਿਹੜੀ ਪੰਥ ਦੇ ਉੱਤੇ ਹਿੰਸਾ ਵਰਤ ਰਹੀ ਹੈ, ਕਵੀ ਉਸ ਹਿੰਸਾ ਦੇ ਵਿੱਚ ਇਕੱਲਾ, ਉਹਨੂੰ ਬਾਜ਼ ਦੇ ਆਸਰੇ ਦੀ ਲੋੜ ਹੈ, ਗੁਰੂ ਦੇ ਆਸਰੇ ਦੀ ਲੋੜ ਹੈ, ਸ਼ਹਿਨ ਸ਼ਾਹਦ ਦੇ ਉਸ ਅਨੁਭਵ ਦੀ ਲੋੜ ਹੈ। ਸੋ ਕਵੀ ਕਹਿੰਦਾ, ਮੈਂ ਬੰਦਾ ਤਾਂ ਗੁਨਾਹਗਾਰ ਹਾਂ, ਮੈਂ ਖਾਕ ਦੇ ਵਿੱਚ ਬੈਠਾ, ਪਰ ਉੱਥੇ ਬੈਠੇ ਨੂੰ ਮੇਰੇ ਬੋਲ ਤੇਰੇ ਬਾਜ਼ ਨੂੰ ਉਡੀਕ ਰਹੇ ਆ। ਲੁੱਟੀ ਪੱਤ ਨਾਲ ਕੌਮ ਨੇ ਕੌਲ ਕੀਤੇ, ਨੈਣ ਬਣੇ ਗਵਾਹ ਅਨਭੋਲ ਮੇਰੇ। ਸੋ ਇਹਦਾ ਕੀ ਅਰਥ ਹੈ? ਲੁੱਟੀ ਪੱਤ ਨਾਲ ਕੌਮ ਨੇ ਕੌਲ ਕੀਤੇ, ਨੈਣ ਬਣੇ ਗਵਾਹ ਅਨਭੋਲ ਮੇਰੇ। ਲੁੱਟੀ ਪੱਤ ਨਾਲ ਕੌਮ ਨੇ ਕੌਲ ਕੀਤੇ, ਨੈਣ ਬਣੇ ਗਵਾਹ ਅਨਭੋਲ ਮੇਰੇ। ਸੋ ਜਿਸ ਵੇਲੇ ਕੌਮ ਦੀ ਪੱਤ ਲੁੱਟੀ ਗਈ ਸੀ, ਉਸ ਹਾਲਤ ਚ ਕੌਮ ਨੇ ਕੌਲ ਕੀਤੇ, ਤੇ ਮੇਰੇ ਅਨਭੋਲ ਨੈਣਾਂ ਨੇ ਉਹ ਸਾਰਾ ਕੁਛ ਵੇਖਿਆ। ਸੋ ਕਵੀ ਨੇ ਕੀ ਵੇਖਿਆ? ਕਵੀ ਨੇ 47 ਦੀ ਵੰਡ ਵੇਖੀ। ਕਵੀ ਨੇ ਉਹ ਕਾਫਲਾ ਵੇਖਿਆ ਜਿਹੜਾ ਕੋਈ 225 ਕਿਲੋਮੀਟਰ ਦਾ ਸਫ਼ਰ 3 ਮਹੀਨਿਆਂ 'ਚ ਕਰਕੇ ਹਮਲਾਵਰਾਂ ਨਾਲ ਲੜਦਾ, ਭੁੱਖਾਂ ਝੱਲਦਾ, ਰੁਲਦਾ, ਰੂਹੀਆਂ ਰੱਕੜਾਂ 'ਚ, ਥਲਾਂ 'ਚ, ਕੇਵਲ 270 ਕਿਲੋਮੀਟਰ ਦਾ ਸਫ਼ਰ, 225 ਕਿਲੋਮੀਟਰ ਦਾ ਸਫ਼ਰ 3 ਮਹੀਨੇ 'ਚ ਜਿਹੜੇ ਕਾਫਲੇ ਨੇ ਕੀਤਾ, ਉਹ ਲੁੱਟੀ ਪੱਤ ਵਾਲੀ ਕੌਮ ਹੈ। ਤੇ ਕੌਲ ਕਿਹਦੇ ਨਾਲ ਕਰ ਰਿਹਾ? ਭਾਰਤੀ ਹਕੂਮਤ ਨਾਲ ਸਿੱਖ ਕੌਲ ਕਰ ਰਹੇ ਆ। ਤੇ ਕਵੀ ਜਿਹਦੀ ਉਮਰ ਉਸ ਵੇਲੇ 10 ਸਾਲ ਹੈ, ਕਵੀ ਦੇ ਨੈਣ ਇਹ ਸਾਰਾ ਕੁਛ ਵੇਖ ਰਹੇ ਆ ਵੀ ਅਸੀਂ ਕੀ ਫੈਸਲੇ ਕੀਤੇ ਆ, ਅਸੀਂ ਕਿਹਦੇ ਨਾਲ ਰਲ ਰਹੇ ਹਾਂ, ਕਿਹਦੇ ਨਾਲ ਸਾਂਝ ਪਾ ਰਹੇ ਹਾਂ। ਲੁੱਟੀ ਪੱਤ ਨਾਲ ਕੌਮ ਨੇ ਕੌਲ ਕੀਤੇ, ਨੈਣ ਬਣੇ ਗਵਾਹ ਅਨਭੋਲ ਮੇਰੇ, ਗਿਆ ਸਬਰ ਅਸਮਾਨ ਨੂੰ ਚੀਰ ਜਿਹੜਾ, ਰਿਹਾ ਬਿਖੜੇ ਪੈਂਡੇ ਫਰੋਲ ਮੇਰੇ। ਉਹ ਸਬਰ ਜਿਹੜਾ ਇੰਨਾ ਵੱਡਾ, ਜਿਹੜਾ ਇੰਨਾ ਉੱਚਾ ਕਿ ਉਹ ਅਸਮਾਨਾਂ ਨੂੰ ਵੀ ਚੀਰ ਗਿਆ, ਉਹ ਮੇਰੇ ਬਿਖੜੇ ਪੈਂਡਿਆਂ ਨੂੰ ਫਰੋਲ ਰਿਹਾ। ਇਹ ਤੁਕਾਂ ਬਹੁਤ ਧਿਆਨ ਨਾਲ ਇਹ ਬੈਂਤ ਨੂੰ ਪੜ੍ਹਨ ਦੀ ਲੋੜ ਹੈ ਵੀ ਜਿਹੜੇ ਬਿਖੜੇ ਪੈਂਡੇ ਆ ਉਹਨਾਂ ਦੇ ਵਿੱਚ
ਬਹੁਤ ਕੀਮਤੀ ਬਹੁਤ ਸੂਖਮ ਰਾਜ਼ ਲੁਕੇ ਹੋਏ ਆ, ਉਹ ਦਿਸ ਨਹੀਂ ਸਕਦੇ ਜਿੰਨਾ ਚਿਰ ਅਸਮਾਨ ਨੂੰ ਚੀਰ ਜਾਣ ਵਾਲਾ ਸਬਰ ਇੰਨਾ ਉੱਚਾ ਹੋਵੇ ਕਿ ਉਹ ਅਸਮਾਨ ਨੂੰ ਵੀ ਚੀਰ ਕੇ ਉੱਪਰ ਲੰਘ ਜੇ, ਜਿੰਨਾ ਚਿਰ ਓਡਾ ਸਬਰ ਨਹੀਂ, ਜਿਹੜੇ ਦੁੱਖਾਂ ਦੇ ਪੈਂਡੇ ਆ ਨਾ, ਦੁੱਖਾਂ ਭਰੇ ਪੈਂਡੇ, ਜਦੋਂ ਟ੍ਰੈਜਡੀ ਦੇ ਵਿੱਚੋਂ, ਦੁਖਾਂਤ ਦੇ ਵਿੱਚੋਂ ਕੌਮ ਲੰਘ ਰਹੀ ਹੈ, ਉਹਦੇ ਵਿੱਚ ਮਹੀਨ ਰਾਜ਼ ਕਿਹੜੇ ਛੁਪੇ ਹੋਏ ਆ, ਉਹ ਕਵੀ ਫਰੋਲ ਰਿਹਾ ਹੈ ਸਬਰ ਦੇ ਵਿੱਚੋਂ। ਉਹ ਇੱਕ ਮਤਲਬ ਨੋਨ ਅਟੈਚਮੈਂਟ ਪਾਲ ਰਿਹਾ ਹੈ ਦੁੱਖ ਦੇ ਵਿੱਚੋਂ, ਦੁੱਖ ਆਪਣੇ ਆਪ ਤੋਂ ਨਿਰਲੇਪ ਹੋ ਕੇ ਉਹ ਦੁੱਖ ਵਾਲੀ ਅਵਸਥਾ ਨੂੰ ਕਵੀ ਪੜ੍ਹ ਰਹੇ ਆ ਤੇ ਉਹਦੇ ਵਿੱਚੋਂ ਖੋ ਰਹੇ ਆ। ਸੌ ਗਏ ਨਾਲ ਮਸੂਮੀਆਂ ਵਾਂਗ ਬਾਲਾਂ, ਵੈਰ ਦੂਤੀਆਂ ਵਾਲੜੇ ਕੋਲ ਮੇਰੇ। ਸੋ ਜਿਹੜੇ ਦੂਤੀ ਕੌਣ ਹੁੰਦੇ ਆ, ਜਿਹੜੇ ਦੂਤੀ ਹੁੰਦੇ ਚੁਗਲਖੋਰ ਕਿਸਮ ਦੇ ਬੰਦੇ, ਸਾਜ਼ਸ਼ੀ ਦੁਸ਼ਮਣੀ ਪਾਲਣ ਵਾਲੇ। ਸੋ ਦੁਸ਼ਮਣੀ ਪਾਲਣ ਵਾਲੇ ਲੋਕਾਂ ਦੇ ਵੈਰ ਮਾਸੂਮ ਬਣ ਕੇ ਬਾਲਾਂ ਵਾਂਗੂ ਮੇਰੇ ਕੋਲੇ ਸੌਂਗੇ। ਸੋ ਜਦੋਂ ਦੁਸ਼ਮਣਾਂ ਦੇ ਵੈਰ ਭਾਵ ਕਵੀ ਦੇ ਚਿੰਤਨ ਨੂੰ ਪ੍ਰਭਾਵਿਤ ਨਹੀਂ ਕਰ ਰਹੇ, ਜਦੋਂ ਕਵੀ ਉਹਦੇ ਤੋਂ ਵੀ ਨਿਰਲੇਪ ਆ, ਉਹਦੇ ਤੋਂ ਵੀ ਉੱਪਰ ਉੱਠ ਕੇ ਅਸਲੀਅਤ ਨੂੰ ਪੜ੍ਹ ਰਿਹਾ ਆਪਣੇ ਅਸਮਾਨ ਨੂੰ ਚੀਰ ਜਾਣ ਵਾਲੇ ਸਬਰ ਨਾਲ, ਉਦੋਂ ਉਹ ਪੈਂਡਿਆਂ ਦੇ ਵਿੱਚੋਂ ਫਰੋਲ ਰਿਹਾ। ਸੋ ਇਹ ਕਵਿਤਾ ਦੇ ਵਿੱਚੋਂ ਅਸੀਂ ਕੀ ਵੇਖ ਰਹੇ ਹਾਂ, ਇਸ ਕਵਿਤਾ ਦੇ ਵਿੱਚੋਂ ਅਸੀਂ ਕੀ ਸਮਝਣਾ, ਇਹ ਕਵਿਤਾ ਸਾਨੂੰ ਕੀ ਦੱਸ ਰਹੀ ਹੈ? ਜਦੋਂ ਦੁਖਾਂਤ ਆਉਂਦਾ ਉਹ ਕੀ ਕੁਝ ਲੈ ਕੇ ਆਉਂਦਾ? ਦੁਖਾਂਤ ਤਬਾਹੀ ਲੈ ਕੇ ਆਉਂਦਾ, ਦੁਖਾਂਤ ਬੇਪਤੀ ਲੈ ਕੇ ਆਉਂਦਾ, ਦੁਖਾਂਤ ਜਿਹੜੇ ਜ਼ਿੰਦਗੀ ਦੇ ਸ਼ੋਹਦੇ ਸੋਝ ਸਵਾਦ ਹੈ ਉਹਨਾਂ ਦਾ ਸਾਰਾ ਪ੍ਰਭਾਵ ਤੋੜਦਾ। ਜਦੋਂ ਉਹ ਸਾਰੇ ਦਾ ਸਾਰਾ ਪ੍ਰਭਾਵ ਟੁੱਟਦਾ, ਉਹਦੇ ਵਿੱਚੋਂ ਵੇਖਣ ਵਾਲੀ ਨਵੀਂ ਅੱਖ ਪੈਦਾ ਹੁੰਦੀ ਹੈ। ਜਿਹੜੀ ਉਹ ਵੇਖਣ ਵਾਲੀ ਅੱਖ ਹੈ ਉਹ ਕਿਹਦਾ ਅਨੁਭਵ ਹੈ? ਕਵੀ ਦਾ? ਕਵੀ ਤਾਂ ਇੱਕ ਵਿਅਕਤੀ ਹੈ, ਉਹ ਇੱਕ ਵਿਅਕਤੀ ਦਾ ਅਨੁਭਵ ਨਹੀਂ, ਉਹ ਕੌਮ ਦਾ ਸਮੂਹਿਕ ਅਨੁਭਵ ਹੈ। ਕਵੀ ਦੇ ਵਿੱਚੋਂ ਉਹ ਅਨੁਭਵ ਆਪਣਾ ਐਕਸਪ੍ਰੈਸ਼ਨ ਲੱਭ ਰਿਹਾ। ਕਵੀ ਦੇ ਰਾਹੀਂ ਅਨੁਭਵ ਨੂੰ ਬੋਲੀ ਮਿਲਦੀ ਹੈ, ਜ਼ੁਬਾਨ ਮਿਲਦੀ ਹੈ, ਪ੍ਰਗਟਾਵਾ ਮਿਲਦਾ ਹੈ, ਪਰ ਉਹ ਸਮੂਹਿਕ ਅਨੁਭਵ ਹੈ। ਸੋ ਉਹ ਅੱਖਾਂ ਜਿਹੜੀਆਂ ਮਿਲ ਰਹੀਆਂ ਜ਼ਿੰਦਗੀ ਨੂੰ ਸਮਝਣ ਵਾਲੀਆਂ ਤੇ ਜ਼ਿੰਦਗੀ ਨੂੰ ਮਾਨਣ ਵਾਲੀਆਂ ਤੇ ਜ਼ਿੰਦਗੀ ਦੇ ਰਾਜ਼ ਲੱਭਣ ਵਾਲੀਆਂ, ਉਹ ਦੁਖਾਂਤ ਦੇ ਰਾਹੀਂ ਮਿਲਦੀਆਂ। ਸੋ ਦੁਖਾਂਤ ਜਿਹੜਾ ਝੰਜੋੜ ਰਿਹਾ ਹੈ ਉਹ ਵਿਸਮਾਦ ਵੀ ਲੈ ਕੇ ਆ ਰਿਹਾ। ਵਿਸਮਾਦ ਦਾ ਕੀ ਅਰਥ ਹੈ? ਸੈਂਸ ਆਫ ਵੰਡਰ। ਜਦੋਂ ਸ੍ਰਿਸ਼ਟੀ ਜਿਹੜੀ ਆ ਸਾਡੇ ਆਲੇ ਦੁਆਲੇ, ਉਹ ਸਾਨੂੰ ਮਤਲਬ ਇੱਕ ਖੁਸ਼ੀ ਭਰੀ ਹੈਰਾਨੀ ਦਿੰਦੀ ਹੈ, ਅਸਚਰਜ ਅਨੁਭਵ ਆਉਂਦਾ ਹੈ, ਖੂਬਸੂਰਤੀ ਵੀ ਸਾਨੂੰ ਖੁਸ਼ੀ ਭਰੀ ਹੈਰਾਨੀ ਦਿੰਦੀ ਹੈ, ਉਹ ਵਿਸਮਾਦ ਦਾ ਅਨੁਭਵ ਹੈ। ਸੋ ਵਿਸਮਾਦ ਦਾ ਅਨੁਭਵ ਜਦੋਂ ਜ਼ਿੰਦਗੀ ਦੇ ਬਰੀਕ ਰਾਜ਼ ਖੁੱਲ੍ਹਦੇ ਆ, ਨਵੇਂ ਰਸਤੇ ਖੁੱਲ੍ਹਦੇ ਆ, ਉਹਦੇ ਵਿੱਚੋਂ ਵੀ ਵਿਸਮਾਦ ਦਾ ਅਨੁਭਵ ਆਉਂਦਾ। ਸੋ ਇਹਦੇ 'ਚ ਵਿਸਮਾਦ ਦੇ ਅਨੁਭਵ ਹੈ, ਇਹਦੇ 'ਚ ਜਿਹੜੇ ਗਿਆਨ ਦੇ ਕਪਾਟ ਖੁੱਲ੍ਹ ਰਹੇ ਆ ਉਹਦੇ ਅਨੁਭਵ ਹੈ, ਇਹਦੇ 'ਚ ਜਿਹੜੀ ਚੜ੍ਹਦੀ ਕਲਾ ਹੈ, ਸਪਸ਼ਟਤਾ ਹੈ, ਉਹਦੇ ਅਨੁਭਵ ਹੈ, ਇਹ ਕਵਿਤਾ ਆ ਰਹੀ ਹੈ। ਸੋ ਇਹ ਕਵਿਤਾ ਕਿੱਥੋਂ ਆ ਰਹੀ ਹੈ? ਇਹ ਬੰਦਾ ਕਿੱਥੋਂ ਆ ਰਿਹਾ? ਇਹ ਬੰਦਾ ਕੌਣ ਹੈ? ਹੋਰ ਇੰਨੇ ਬਰੀਕ, ਇੰਨੇ ਅਮੀਰ ਅਨੁਭਵ ਪਹਿਲਾਂ ਕਿਉਂ ਨਹੀਂ ਆਏ? 1984 ਤੋਂ ਬਾਅਦ ਕਿਉਂ ਆ ਰਹੇ ਹੈ? ਇਹ ਬੰਦਾ, ਹੋਰ ਇਸ ਤਰ੍ਹਾਂ ਦੇ ਬੰਦੇ ਕਿਉਂ ਨਹੀਂ ਪੈਦਾ ਹੋਏ? ਮਹਿਬੂਬ ਸਾਹਿਬ ਵਰਗੇ ਉਸੇ ਧਰਤੀ ਤੇ ਉਹਨਾਂ ਹੀ ਕਾਲਜਾਂ ਚੋਂ ਪੜ੍ਹ ਕੇ ਬਹੁਤ ਸਾਰੇ ਲੋਕ ਪੈਦਾ ਹੋਏ, ਉਹਨਾਂ ਨੇ ਬਹੁਤ ਸਾਰੇ ਕਿਸਮ ਦੀਆਂ ਕਵਿਤਾਵਾਂ ਵੀ ਲਿਖੀਆਂ, ਆਹ ਗੱਲ ਕਿਉਂ ਨਹੀਂ ਆ ਰਹੀ? ਇਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਵੀ ਇਹ ਇਸੇ ਕਵੀ ਦੇ ਵਿੱਚੋਂ ਇਹ ਸਾਰਾ ਕੁਛ
ਸਾਡੇ ਸਾਹਮਣੇ ਕਿਉਂ ਆ ਰਿਹਾ, ਇਹ ਸਾਰਾ ਕੁਛ ਇਸੇ ਕਵੀ ਦੇ ਕੋਲੇ ਕਿਉਂ ਆ। ਇਸ ਸੰਦਰਭ ਦੇ ਵਿੱਚ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਵਿਰਾਸਤ, ਤੇ ਵਿਰਾਸਤ ਤੋਂ ਸਾਡਾ ਕੀ ਭਾਵ ਹੁੰਦਾ, ਅਸੀਂ ਵਿਰਾਸਤ ਨੂੰ ਕੀ ਸਮਝਦੇ ਹਾਂ। ਮੈਂ ਕਹਿੰਦਾ ਭਾਸ਼ਾ ਸਾਡੀ ਵਿਰਾਸਤ ਆ, ਭਾਸ਼ਾ ਸਾਡੇ ਪੁਰਖਿਆਂ ਦੀ ਵਿਰਾਸਤ ਹੈ ਜਿਹੜੀ ਸਾਡੇ ਅੰਦਰ ਵਸਦੀ ਹੈ। ਸੋ ਭਾਸ਼ਾ ਦੇ ਵਿੱਚ ਕੀ ਪਿਆ, ਕਿਹੜੀ ਭਾਸ਼ਾ ਦੀ ਮੈਂ ਗੱਲ ਕਰ ਰਿਹਾ? ਮੈਂ ਸਿੱਖ ਭਾਸ਼ਾ ਦੀ ਗੱਲ ਕਰ ਰਿਹਾ। ਮੈਂ ਸਿੱਖ ਭਾਸ਼ਾ ਕਿਉਂ ਕਹਿ ਰਿਹਾ, ਮੈਂ ਭਾਸ਼ਾ ਨੂੰ ਧਰਮ ਨਾਲ ਕਿਉਂ ਜੋੜ ਰਿਹਾ, ਮੈਂ ਪੰਜਾਬੀ ਭਾਸ਼ਾ ਕਿਉਂ ਨਹੀਂ ਕਹਿ ਰਿਹਾ? ਉਹ ਮੁਸਲਮਾਨਾਂ ਦੀ ਵੀ ਹੈ, ਉਹ ਹਿੰਦੂਆਂ ਦੀ ਵੀ ਹੈ, ਉਹ ਈਸਾਈਆਂ ਦੀ ਵੀ ਹੋ ਸਕਦੀ ਹੈ, ਉਹਦੀ ਗੱਲ ਮੈਂ ਕਿਉਂ ਨਹੀਂ ਕਰ ਰਿਹਾ ਜਿਹੜੀ ਸਾਰਿਆਂ ਦੀ ਭਾਸ਼ਾ? ਮੈਂ ਸਿੱਖ ਭਾਸ਼ਾ ਦੀ ਗੱਲ ਕਿਉਂ ਕਰ ਰਿਹਾ? ਉਹ ਮੈਂ ਇਸ ਲਈ ਕਰ ਰਿਹਾ ਵੀ ਜਿਹੜੀ ਭਾਸ਼ਾ ਇੱਕ ਸਿੰਗੂਲਰ ਐਂਟੀਟੀ ਦੇ ਤੌਰ 'ਤੇ ਆਉਂਦੀ ਹੈ ਜਦੋਂ, ਉਦੋਂ ਉਹ ਸਾਰਿਆਂ ਦੀ ਭਾਸ਼ਾ ਨਹੀਂ ਹੋ ਸਕਦੀ। ਉਦੋਂ ਉਹ ਇੱਕ ਜਿਹੜੀ ਲਿੰਗੁਇਸਟਿਕ ਕਮਿਊਨਿਟੀ ਹੈ, ਪੰਜਾਬੀ ਬੋਲਣ ਵਾਲੀ ਪੰਜਾਬੀ ਕੌਮ ਹੈ, ਉਹ ਉਹਨਾਂ ਦੀ ਭਾਸ਼ਾ ਹੀ ਹੋ ਸਕਦੀ ਹੈ। ਸਿੱਖੀ ਪੰਜਾਬੀ ਬੋਲਣ ਵਾਲੇ ਪੰਜਾਬੀ ਲੋਕਾਂ ਤੱਕ ਸੀਮਿਤ ਨਹੀਂ। ਜਿਹੜਾ ਸਿੱਖੀ ਦਾ ਪ੍ਰਕਾਸ਼ ਹੈ ਉਹ ਮਨੁੱਖਤਾ ਦੇ ਉੱਤੇ ਹੋਈ ਹੈ। ਸਿੱਖੀ ਦੀ ਬਖਸ਼ਿਸ਼ ਪੰਜ ਪਿਆਰੇ ਜਿਨ੍ਹਾਂ ਨੇ 1699 ਦੀ ਵਿਸਾਖੀ ਨੂੰ ਸੀਸ ਭੇਂਟ ਕਰਕੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ, ਉਹ ਵੀ ਸਾਰੇ ਦੇ ਸਾਰੇ ਪੰਜਾਬ ਤੋਂ ਨਹੀਂ ਸੀ। ਸੋ ਸਿੱਖ ਭਾਸ਼ਾ ਜਿਹੜੀ, ਉਹਦੇ 'ਚ ਪੰਜਾਬੀ ਹੈ, ਉਹਦੇ 'ਚ ਬ੍ਰਿਜ ਹੈ, ਉਹਦੇ 'ਚ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਹੈ ਜਿਨ੍ਹਾਂ ਨੂੰ ਸਾਧ ਭਾਸ਼ਾ ਕਹਿ ਦਿੰਦੇ ਆ। ਉਹਦੇ 'ਚ ਫਾਰਸੀ ਵੀ ਹੈਗੀ ਹੈ, ਗੁਰਬਾਣੀ 'ਚ ਵੀ ਫਾਰਸੀ ਹੈ, ਬਾਅਦ 'ਚ ਫਾਰਸੀ ਦੇ ਸ਼ਾਇਰ ਆਉਂਦੇ ਆ, ਭਾਈ ਨੰਦ ਲਾਲ ਗੋਇਆ। ਸੋ ਤੁਸੀਂ ਰੂਮੀ ਮਸਨ ਵੀ ਪੜ੍ਹ ਲਓ, ਹਾਫਿਜ਼ ਸ਼ਿਰਾਜ਼ੀ ਦੀਆਂ ਗਜ਼ਲਾਂ ਪੜ੍ਹ ਲਓ ਫਾਰਸੀ ਦੇ ਵਿੱਚ, ਅਤੇ ਭਾਈ ਨੰਦ ਲਾਲ ਦੀ ਫਾਰਸੀ ਪੜ੍ਹੋ, ਅਤੇ ਤੁਹਾਨੂੰ ਸਮਝ ਆਊਗੀ ਵੀ ਭਾਈ ਨੰਦ ਲਾਲ ਦੀ ਫਾਰਸੀ ਹੈ ਜਿਹੜੀ, ਉਹ ਸਿੱਖ ਫਾਰਸੀ ਹੈ। ਉਹ ਸਿੱਖ ਫਾਰ ਸ਼ਬਦਾਵਲੀ ਜਿਹੜੀ ਥਾਂ ਥਾਂ 'ਤੇ ਆ ਰਹੀ ਹੈ। ਇੱਕ ਮਿਸਾਲ ਮੇਰੇ ਧਿਆਨ ਦੇ ਵਿੱਚ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਰੋਜ਼ ਜੁਮਾ ਮੋਮਨਾ ਨੇ ਪਾਕ ਬਾਸ, ਗਿਰਦ ਮੀ ਆਇੰਦ ਅਜ ਬਹਿਰੇ ਨਮਾਜ਼। ਰੋਜ਼ ਜੁਮਾ ਮੋਮਨਾ ਨੇ ਪਾਕ ਬਾਸ, ਗਿਰਦ ਮੀ ਆਇੰਦ ਅਜ ਬਹਿਰੇ ਨਮਾਜ਼। ਜੁਮੇ ਦੇ ਰੋਜ਼, ਸ਼ੁੱਕਰਵਾਰ ਵਾਲੇ ਦਿਨ, ਜਿਹੜੇ ਪਾਕ ਪਰਹੇਜ਼ਗਾਰ ਮੁਸਲਮਾਨ ਹੈ ਉਹ ਨਮਾਜ਼ ਲਈ ਇਕੱਠੇ ਹੁੰਦੇ ਆ। ਹਮਚਨਾ ਅਜ ਮਜ਼ਹਬੇ ਮਾ ਸਾਧ ਸੰਗ, ਕਜ਼ ਮੁਹੱਬਤ ਬਾ ਖੁਦਾ ਦਾਰੰਦ ਰੰਗ। ਇਸੇ ਤਰ੍ਹਾਂ ਸਾਡੇ ਮਜ਼ਹਬ ਦੇ ਵਿੱਚ ਅਸੀਂ ਸਾਧ ਸੰਗ ਦੇ ਵਿੱਚ ਜੁੜਦੇ ਹਾਂ ਅਤੇ ਖੁਦਾ ਦੀ ਮੁਹੱਬਤ ਦੇ ਜਿਹੜੇ ਗੀਤ ਹੈ ਉਹ ਅਸੀਂ ਗਾਉਂਦੇ ਹਾਂ। ਸਾਧ ਸੰਗ ਸ਼ਬਦ ਫਾਰਸੀ ਕਵਿਤਾ ਦੇ ਵਿੱਚ ਆ ਰਿਹਾ, ਇਹ ਇੱਕ ਮਿਸਾਲ ਆ। ਅਨੁਭਵ ਦੇ ਪੱਧਰ 'ਤੇ ਵੀ ਜਿਹੜਾ ਸਿੱਖ ਰੰਗ ਹੈ ਉਹ ਬਹੁਤ ਜ਼ਿਆਦਾ ਵੇਖਣ ਨੂੰ ਮਿਲਦਾ, ਸ਼ਬਦਾਵਲੀ ਦੇ ਪੱਧਰ ਦੇ ਉੱਤੇ ਵੀ। ਇਸੇ ਤਰ੍ਹਾਂ ਜਿਹੜੀ ਬ੍ਰਿਜ ਦੇ ਵਿੱਚ ਭਾਈ ਸੰਤੋਖ ਸਿੰਘ ਨੇ ਮਹਾਂਕਾਵਿ ਲਿਖਿਆ, ਉਹ ਬ੍ਰਿਜ ਲੈਂਗੁਏਜ ਤੁਹਾਨੂੰ ਤੁਲਸੀਦਾਸ ਦੀ ਰਮਾਇਣ 'ਚ ਤਾਂ ਨਹੀਂ ਮਿਲੂਗੀ, ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲੂਗੀ, ਉਹ ਅਵਧੀ ਨਹੀਂ ਤੁਹਾਨੂੰ ਮਿਲੂਗੀ, ਉਹ ਸਾਧ ਭਾਸ਼ਾ ਤੁਹਾਨੂੰ ਹੋਰ ਕਿਤੇ ਨਹੀਂ ਮਿਲੂਗੀ। ਉਹ ਵਿਲੱਖਣ ਭਾਸ਼ਾ ਜਿਹੜੀ, ਉਹਦੀ ਵਿਲੱਖਣਤਾ ਹੈ ਉਹਨੂੰ ਸਿੱਖ ਭਾਸ਼ਾ ਬਣਾਉਂਦੀ ਹੈ। 20ਵੀਂ ਸਦੀ 'ਚ ਪ੍ਰੋਫੈਸਰ ਪੂਰਨ ਸਿੰਘ ਨੇ ਕਰਾਮਾਤ ਕੀਤੀ, ਉਹਨਾਂ ਨੇ ਸਿੱਖ ਰੰਗ ਇੰਗਲਿਸ਼ ਲੈਂਗੁਏਜ ਦੇ ਵਿੱਚੋਂ ਕੱਢ ਕੇ ਵਿਖਾਇਆ। ਜਿਹੜੀ ਪ੍ਰੋਫੈਸਰ ਪੂਰਨ ਸਿੰਘ ਦੀ ਇੰਗਲਿਸ਼ ਹੈ ਉਹ ਸਿੱਖ ਰੰਗ ਵਾਲੀ ਇੰਗਲਿਸ਼ ਲੈਂਗੁਏਜ ਹੈ। ਸੋ ਜਿਹੜੀ ਸਿੱਖ ਭਾਸ਼ਾ ਹੈ ਉਹ ਕਿਸੇ ਇੱਕ ਭਾਸ਼ਾ ਤੱਕ ਕੈਦ ਨਹੀਂ ਹੁੰਦੀ। ਸਿੱਖ ਫਾਰਸੀ ਵੱਖਰੀ ਹੈ, ਸਿੱਖ ਬ੍ਰਿਜ ਵੱਖਰੀ ਹੈ, ਸਿੱਖ ਪੰਜਾਬੀ ਵੀ ਵੱਖਰੀ ਹੈ। ਜੇ ਤੁਸੀਂ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੀ ਪੰਜਾਬੀ ਪੜ੍ਹਨੀ ਹੈ, ਜੇ ਤੁਸੀਂ ਭਾਈ ਗੁਰਦਾਸ ਦੀਆਂ ਕਵਿਤਾਵਾਂ ਦੀ ਪੰਜਾਬੀ ਪੜ੍ਹਨੀ ਹੈ, ਉਹਨਾਂ ਦੀਆਂ ਵਾਰਾਂ ਦੀ
ਪੰਜਾਬੀ ਪੜ੍ਹਨੀ ਹੈ, ਜੇ ਤੁਸੀਂ ਸੂਫੀ ਕਵਿਤਾ ਪੜ੍ਹਨੀ ਹੈ ਜਾਂ ਪੰਜਾਬੀ ਕਿੱਸਾਕਾਰ ਕਵੀ ਪੜ੍ਹਨੇ ਹੈ, ਉਹ ਭਾਸ਼ਾਵਾਂ ਇੱਕੋ ਜਿਹੀਆਂ ਨਹੀਂ। ਉਹ ਪੰਜਾਬੀ ਦੇ ਦੋ ਬਿਲਕੁਲ ਵਿਲੱਖਣ ਰੰਗ ਆ। ਸੋ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਵਿਰਾਸਤ ਕੀ ਹੁੰਦੀ ਆ, ਤੇ ਉਹਦਾ ਜਵਾਬ ਸੀ ਕਿ ਵਿਰਾਸਤ ਭਾਸ਼ਾ ਹੁੰਦੀ ਆ। ਸੋ ਭਾਸ਼ਾ ਵਿਰਾਸਤ ਕਿਉਂ ਹੁੰਦੀ ਆ? ਭਾਸ਼ਾ ਦਾ ਆਪਣਾ ਵਿਲੱਖਣ ਰੂਪ ਹੁੰਦਾ, ਜਿਹੜੀ ਪੰਜਾਬੀ ਸਿੱਖ ਬੋਲਦੇ ਆ ਉਹ ਖਾਸ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੇ ਸਿੱਖੀ ਦੇ ਅਨੁਭਵ ਦੇ ਵਿੱਚੋਂ ਪੈਦਾ ਹੋਈ ਹੈ। ਜਿਵੇਂ ਹੁਣ ਮੰਨ ਲਓ ਵੀ ਅੱਜ ਤੋਂ 50 ਸਾਲ ਪਹਿਲਾਂ 100 ਸਾਲ ਪਹਿਲਾਂ ਕੀ ਹੁੰਦਾ ਹੋਊਗਾ ਉਹ ਤਾਂ ਮੈਨੂੰ ਪਤਾ ਨਹੀਂ, ਪਰ ਅੱਜ ਜੇ ਤੁਹਾਡੇ ਕੋਲੇ ਸਾਹਮਣੇ ਇੱਕ 20-25 ਸਾਲ ਦਾ ਪਾਕਿਸਤਾਨੀ ਪੰਜਾਬੀ ਨੌਜਵਾਨ ਹੋਵੇ ਤੇ ਉਹਦੇ ਸਾਹਮਣੇ ਦੋ ਸਿੱਖ ਇੱਕ ਦੂਜੇ ਨੂੰ ਮਿਲਣ ਤੇ ਇੱਕ ਸਿੱਖ ਪੁੱਛੇ ਹਾਂਜੀ ਕੀ ਹਾਲ ਹੈ, ਦੂਜਾ ਆਖੇ ਚੜ੍ਹਦੀ ਕਲਾ, ਉਹਨਾਂ ਨੂੰ ਪਤਾ ਨਹੀਂ ਚੜ੍ਹਦੀ ਕਲਾ ਦਾ ਮਤਲਬ ਕੀ ਹੁੰਦਾ, ਨਾ ਉਹਦੇ ਪਿੱਛੇ ਜਿਹੜਾ ਅਨੁਭਵ ਰੈਜ਼ੋਨੇਟ ਕਰ ਰਿਹਾ, ਸਦੀਆਂ ਦਾ ਐਕਸਪੀਰੀਅੰਸ ਦੋ ਸ਼ਬਦਾਂ ਚੜ੍ਹਦੀ ਕਲਾ ਦੇ ਪਿੱਛੇ ਰੈਜ਼ੋਨੇਟ ਕਰ ਰਿਹਾ, ਨਾ ਉਹਨੂੰ ਕੋਈ ਹੋਰ ਮਹਿਸੂਸ ਕਰ ਸਕਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੁਆਂਸਸ ਆ ਉਹ ਭਾਸ਼ਾ ਦੇ ਵਿੱਚ ਪਈਆਂ ਹੁੰਦੀਆਂ, ਉਹ ਅਨੁਭਵ ਨਾਲ ਜੁੜੀਆਂ ਹੁੰਦੀਆਂ। ਉਹ ਅਨੁਭਵ ਦਾ ਸਰੋਤ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ 10 ਗੁਰੂ ਸਾਹਿਬਾਨ ਦਾ ਜੀਵਨ। ਹੁਣ ਜੇ ਤੁਸੀਂ ਕਹਿਣਾ ਵੀ ਆਓ ਜੀ ਬੈਠੋ ਪ੍ਰਸ਼ਾਦਾ ਛਕੋ, ਜਿਹੜੀ ਘਰੇ ਰੋਟੀ ਪੱਕਦੀ ਹੈ, ਜਿੱਥੇ ਕੋਈ ਧਾਰਮਿਕ ਸਮਾਗਮ ਨਹੀਂ ਹੋ ਰਿਹਾ, ਕੋਈ ਪਾਠ ਦਾ ਭੋਗ ਨਹੀਂ ਪੈ ਰਿਹਾ, ਰੂਟੀਨ 'ਚ ਰੋਟੀ ਖਾਣੀ ਆ, ਤੁਸੀਂ ਬੰਦੇ ਨੂੰ ਕਹਿ ਰਹੇ ਹਾਂ ਬੈਠੋ ਜੀ ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਛਕ ਕੇ ਜਾਓ, ਉਹ ਕਿਉਂ ਕਹਿ ਰਹੇ ਹੈ? ਪ੍ਰਸ਼ਾਦਾ ਛਕਣ ਦਾ ਅਨੁਭਵ ਕੀ ਹੈ? ਉਹ ਕਿੱਥੋਂ ਆਇਆ? ਉਹਦੇ ਪਿੱਛੇ ਕੀ ਖੜਾ ਹੈ? ਲੰਗਰ ਦੀ ਜਿਹੜੀ ਪਰੰਪਰਾ ਹੈ ਉਹਨੇ ਪੰਜਾਬ ਦੇ ਸਿੱਖ ਘਰ ਦੀ ਰਸੋਈ ਨੂੰ ਕਿਵੇਂ ਟਰਾਂਸਫਾਰਮ ਕੀਤਾ? ਪੰਜਾਬ ਦੀ ਜਿਹੜੀ ਸਿੱਖ ਘਰ ਦੀ ਰਸੋਈ ਹੈ ਉਹ ਲੰਗਰ ਤੋਂ ਪ੍ਰੇਰਣਾ ਲੈ ਕੇ ਕਿਹੋ ਜਿਹੀ ਬਣੀ ਹੈ? ਹੋਰ ਕੋਈ ਰਸੋਈ ਉਹੋ ਜਿਹੀ ਕਿਉਂ ਨਹੀਂ? ਸੋ ਭਾਸ਼ਾ ਸਾਡੀ ਵਿਰਾਸਤ ਹੁੰਦੀ ਹੈ, ਸਾਡੇ ਅਨੇਕ ਹਜ਼ਾਰਾਂ ਅਨੁਭਵ ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ ਉਹ ਭਾਸ਼ਾ ਦੇ ਵਿੱਚ ਪਏ ਹੁੰਦੇ ਆ। ਭਾਸ਼ਾ ਮਰਦੀ ਕਦੇ ਨਹੀਂ, ਭਾਸ਼ਾ ਤੋਂ ਲੋਕ ਵਿਰਵੇ ਹੋ ਜਾਂਦੇ ਆ, ਪਰ ਭਾਸ਼ਾ ਜਿਹੜੀ ਹੈ ਉਹ ਦੁਬਾਰਾ ਦੁਬਾਰਾ ਪ੍ਰਗਟ ਹੁੰਦੀ ਹੈ। ਜਿਵੇਂ ਲੈਂਗੁਏਜ 'ਤੇ ਬਹੁਤ ਕਮਾਲ ਦਾ ਲਿਖਿਆ ਜਰਮਨ ਫਿਲੋਸਫਰ ਮਾਰਟਨ ਹਾਈਡੇਗਰ ਨੇ, ਅਤੇ ਉਹਦੀ ਇੱਕ ਲਾਈਨ ਮੈਨੂੰ ਹਮੇਸ਼ਾ ਯਾਦ ਆਉਂਦੀ ਹੈ ਲੈਂਗੁਏਜ ਬਾਰੇ ਗੱਲ ਕਰਦੇ ਹਾਂ। ਉਹ ਕਹਿੰਦਾ ਅਸੀਂ ਭਾਸ਼ਾ ਨਹੀਂ ਬੋਲਦੇ, ਭਾਸ਼ਾ ਅਸੀਂ ਨਹੀਂ ਬੋਲਦੇ, ਭਾਸ਼ਾ ਸਾਡੇ ਰਾਹੀਂ ਬੋਲਦੀ ਹੈ। ਸੋ ਭਾਸ਼ਾ ਆਪਣੇ ਆਪ 'ਚ ਐਂਟੀਟੀ ਹੈ, ਭਾਸ਼ਾ ਦੇ ਵਿੱਚ ਅਨੁਭਵ ਪਏ ਆ, ਭਾਸ਼ਾ ਦੇ ਵਿੱਚ ਕਨਸੈਪਚੁਅਲ ਫਾਰਮੇਸ਼ਨਸ ਪਈਆਂ। ਜਦੋਂ ਮੈਂ ਕਹਿੰਦਾ ਭਾਸ਼ਾ ਦੇ ਵਿੱਚ ਕਨਸੈਪਚੁਅਲ ਫਾਰਮੇਸ਼ਨਸ ਪਈਆਂ, ਉਹਦਾ ਕੀ ਮਤਲਬ ਹੈ? ਜੇ ਲੋਕ ਕਹਿੰਦੇ ਆ ਰਿਲੀਜਨ ਹੈ, ਆ ਰਿਲੀਜੀਅਸ ਇਸ਼ੂ ਆ, ਉਹ ਇੱਕ ਕਨਸੈਪਟ ਹੈ ਜਿਹੜਾ ਕ੍ਰਿਸਚੀਅਨਿਟੀ 'ਚ ਗਰਾਊਂਡਡ ਹੈ, ਜਿਹਦੀਆਂ ਡੈਫੀਨੇਸ਼ਨਸ ਦਾ ਐਨਲਾਈਟਨਮੈਂਟ ਫਿਲੋਸਫੀ ਨਾਲ ਚੰਗਾ ਵਾਹ ਵਾਸਤਾ। ਜੇ ਹੁਣ ਤੁਸੀਂ ਧਰਮ ਕਹੋਗੇ ਉਹ ਵੀ ਇੱਕ ਕਨਸੈਪਟ ਹੈ ਜਿਹਦੇ ਅਰਥ ਜਿਹੜੇ ਆ ਉਹ ਕਈ ਤਰ੍ਹਾਂ ਦੇ ਹੋ ਸਕਦੇ ਆ, ਹਿੰਦੂ ਪ੍ਰਭਾਵ ਵਾਲੇ ਵੀ ਹੋ ਸਕਦੇ ਆ, ਸਿੱਖ ਪ੍ਰਭਾਵ ਵਾਲੇ ਵੀ ਹੋ ਸਕਦੇ ਆ। ਜੇ ਤੁਸੀਂ ਸਿੱਖੀ ਕਹੋਗੇ ਫਿਰ ਉਹ ਬਹੁਤ ਸਪੈਸੀਫਿਕ ਕਨਸੈਪਟ ਹੈ, ਸਿੱਖੀ ਕਹੋਗੇ, ਪੰਥ ਕਹੋਗੇ, ਉਹ ਮਤਲਬ ਜੇ ਤੁਸੀਂ ਗੁਰੂ ਨਾਨਕ ਕਹੋਗੇ ਤੁਸੀਂ ਇੱਕ ਨਾਂ ਲੈ ਰਹੇ ਹੈ, ਪਰ ਉਹ ਗੁਰੂ ਨਾਨਕ ਕਹਿਣ ਦੇ ਵਿੱਚ ਤੁਹਾਡੇ ਪਿੱਛੇ ਅਨੁਭਵ ਕੀ ਖੜਾ ਹੈ? ਗੋਡ ਕਹਿਣ ਦੇ ਪਿੱਛੇ ਕੀ ਅਨੁਭਵ ਖੜਾ ਹੈ? ਅਤੇ ਵਾਹਿਗੁਰੂ ਕਹਿਣ ਦੇ ਪਿੱਛੇ ਕੀ ਅਨੁਭਵ ਖੜਾ? ਸਿਸਟਰ ਕਹਿਣ ਦੇ ਪਿੱਛੇ ਕੀ ਅਨੁਭਵ ਖੜਾ? ਭੈਣ ਕਹਿਣ ਦੇ ਪਿੱਛੇ ਕੀ ਅਨੁਭਵ ਖੜਾ? ਜਿਹੜਾ ਕੋਈ ਵੀ ਸ਼ਬਦ ਹੈ ਉਹ ਕਨਸੈਪਚੁਅਲੀ ਲੋਡਡ ਹੈ, ਹਰ ਲੈਂਗੁਏਜ ਦਾ ਹਰ ਸ਼ਬਦ। ਸਾਡੇ ਸ਼ਬਦ ਵੀ ਕਨਸੈਪਚੁਅਲੀ ਲੋਡਡ ਹੈ, ਜਿਹੜੀ ਸਾਡੇ ਸ਼ਬਦਾਂ ਦੀ ਕਨਸੈਪਚੁਅਲ ਗਰਾਊਂਡਿੰਗ ਹੈ, ਕਨਸੈਪਚੁਅਲ ਫਾਊਂਡੇਸ਼ਨ ਹੈ, ਉਹ ਡਿਫਰੈਂਟ ਹੈ, ਉਹ ਹੋਰ ਟ੍ਰੈਡੀਸ਼ਨ ਦੇ ਵਿੱਚੋਂ ਆ ਰਹੇ ਹੈ। ਸੋ ਵਿਰਾਸਤ ਕਿੱਥੇ ਪਈ ਹੈ? ਉਹ ਸਾਰੀ ਦੀ ਸਾਰੀ ਭਾਸ਼ਾ ਦੇ ਵਿੱਚ ਪਈ ਹੈ। ਸੋ 20ਵੀਂ ਸਦੀ 'ਚ ਕੀ ਹੁੰਦਾ ਹੈ ਵੀ ਜਿਹੜੀ ਸਿੱਖਾਂ ਦੀ ਭਾਸ਼ਾਈ ਵਿਰਾਸਤ ਹੈ ਉਹਦੇ 'ਤੇ ਵਾਇਲੈਂਸ ਹੁੰਦੀ ਹੈ ਪ੍ਰੋਗਰੈਸਿਵ ਮੂਵਮੈਂਟ ਦੇ ਦੌਰਾਨ, ਉਹ ਭਾਸ਼ਾ ਦੇ ਉੱਤੋਂ ਭਾਸ਼ਾ ਤੋਂ ਤੋੜ ਵਿਛੋੜਾ ਕਰ ਰਹੀ ਹੈ,
ਜਿਵੇਂ ਪੋਚਾਂ ਦੇ ਪੋਚ, ਪਰ ਭਾਸ਼ਾ ਕਿਤੇ ਗਈ ਤਾਂ ਹੈ ਨਹੀਂ। ਭਾਸ਼ਾ ਦਾ ਜਿਹੜਾ ਸਿੱਖ ਗੁਰਬਾਣੀ ਦਾ ਪਾਠ ਕਰਦਾ ਉਹਦਾ ਸਿੱਧਾ ਐਕਸੈਸ ਹੈ ਲੈਂਗੁਏਜ ਤੱਕ, ਤੇ ਪਰੰਪਰਾ ਦੇ ਵਿੱਚ, ਲੋਕਾਂ ਦੀ ਰਹਿਤਲ ਦੇ ਵਿੱਚ ਵੀ ਉਹ ਭਾਸ਼ਾ ਜਿਉਂਦੀ ਹੈ, ਰੋਜ਼ਮਰਾ ਦੀਆਂ ਗੱਲਾਂ ਦੇ ਵਿੱਚ ਵੀ ਉਹ ਭਾਸ਼ਾ ਜਿਉਂਦੀ ਹੈ। ਸੋ ਉਹ ਅਨੁਭਵ ਜਿਹੜਾ ਸਿੱਖੀ ਜਿਉਣ ਦਾ, ਸਿੱਖੀ ਨੂੰ ਪ੍ਰੈਕਟਿਸ ਕਰਨ ਦਾ, ਜਿਹੜੀ ਇੱਕ ਲਿਵਡ ਐਕਸਪੀਰੀਅੰਸ ਹੈ ਸਿੱਖੀ ਦਾ, ਉਹ ਪੰਜਾਬ ਦੇ ਸੱਭਿਆਚਾਰ 'ਚ, ਪੰਜਾਬ ਦੀ ਭਾਸ਼ਾ 'ਚ, ਪੰਜਾਬ ਦੀ ਧਰਤੀ ਦੇ ਉੱਤੇ ਜਿਉਂਦਾ। ਤੇ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ 'ਤੇ ਕਿਸੇ ਨਾ ਕਿਸੇ ਬੰਦੇ ਨੇ ਆ ਜਾਣਾ ਜਿਹਨੇ ਜਿਹੜੇ ਉਹ ਅਨਪੜ੍ਹੇ ਸ਼ਬਦ ਆ ਉਹ ਪੜ੍ਹ ਲੈਣੇ ਆ, ਜਿਹਨੇ ਸ਼ਬਦਾਂ ਨੂੰ ਉੱਪਰਲੀ ਸਤਹ ਦੇ ਉੱਤੇ ਨਹੀਂ ਪੜ੍ਹਨਾ, ਜਿਹਨੇ ਸ਼ਬਦਾਂ ਦੇ ਅੰਦਰ ਡੂੰਘਾ ਲੈਣਾ, ਜਿਹਨੇ ਸ਼ਬਦਾਂ ਦੇ ਅੰਦਰ ਸਫ਼ਰ ਕਰਨਾ ਤੇ ਉਹਨੂੰ ਆਪਣੇ ਅੰਦਰਲੇ ਸਫ਼ਰ ਨਾਲ ਜੋੜਨਾ। ਸੋ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਸ਼ਬਦਾਂ ਦੇ ਵਿੱਚੋਂ ਉਹ ਪੜ੍ਹਿਆ ਜਿਹੜਾ ਉਸ ਜ਼ਮਾਨੇ 'ਚ ਨਹੀਂ ਪੜ੍ਹਿਆ ਜਾ ਰਿਹਾ ਸੀ, ਇਤਿਹਾਸ ਦੇ ਵਿੱਚੋਂ ਉਹ ਵੇਖਿਆ ਜਿਹੜਾ ਹੋਰ ਇਤਿਹਾਸਕਾਰ ਨਹੀਂ ਵੇਖ ਰਹੇ ਸੀ, ਇਸ ਲਈ ਇਤਿਹਾਸ ਵੀ ਲਿਖਿਆ, ਹਿਸਟੋਰੀਓਗ੍ਰਾਫੀ ਦਾ ਇੱਕ ਨਵਾਂ ਵਿਜ਼ਨ ਵੀ ਦਿੱਤਾ, ਫਿਲੋਸਫੀ ਵੀ ਕੀਤੀ ਅਤੇ ਕਵਿਤਾ ਵੀ ਲਿਖੀ। ਸੋ ਇੱਕ ਪਾਸੇ ਇਹ ਅਨੁਭਵ ਚੱਲ ਰਿਹਾ, ਇੱਕ ਵਿਅਕਤੀ ਦੇ ਅੰਦਰ ਕੌਮ ਦਾ ਅਨੁਭਵ ਚੱਲ ਰਿਹਾ, ਦੂਜੇ ਪਾਸੇ ਕੌਮ ਦਾ ਇੰਡੀਅਨ ਸਟੇਟ ਦੇ ਨਾਲ ਜਿਹੜਾ ਕੌਨਫਲਿਕਟ ਹੈ ਉਹ ਚੱਲ ਰਿਹਾ। ਸੋ ਉਧਰੋਂ ਕੌਮ ਆਪਣਾ ਸਫ਼ਰ ਕਰ ਰਹੀ ਹੈ, ਉਧਰੋਂ ਕਵੀ ਆਪਣਾ ਸਫ਼ਰ ਕਰ ਰਿਹਾ, ਉਹਦੇ 'ਚੋਂ 84 ਵਾਪਰਦਾ ਅਤੇ 84 ਤੋਂ ਬਾਅਦ ਕਵੀ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ ਉਹਨਾਂ ਦੇ ਹੁਣ ਆਪਾਂ ਸਾਰੇ ਹਿੱਸੇ ਤਾਂ ਨਹੀਂ ਪੜ੍ਹ ਸਕਦੇ, ਪਰ ਇੱਕ ਹੋਰ ਅਹਿਮ ਹਿੱਸਾ ਮੈਂ ਤੁਹਾਡੇ ਨਾਲ ਪੜ੍ਹਨਾ ਚਾਹੁੰਦਾ। ਉਹਦੇ 'ਚ ਜਿਹੜੀਆਂ ਵਾਰਤਾਲਾਪ ਹੈ ਕਵੀ ਦਾ ਜਰਨੈਲ ਨਾਲ, ਸ਼ਹੀਦ ਨਾਲ, ਅਤੇ ਫਿਰ ਲਿਵਲੀਨ ਦਾ। ਹੁਣ ਲਿਵਲੀਨ ਹੈ ਜਿਹੜੀ ਉਹ ਇੱਕ ਇਸਤਰੀ ਪਾਤਰ ਹੈ ਸ਼ਹੀਦੀ ਅਰਦਾਸ ਕਵਿਤਾ ਦੇ ਵਿੱਚ। ਲਿਵਲੀਨ ਇਸਤਰੀ ਪਾਤਰ ਜਿਹੜੀ ਹੈ ਉਹ ਜਿਹੜੀ ਸਿੱਖ ਸੁਰਤ ਹੈ ਉਹਦੇ ਜਿਹੜੇ ਆਤਮਕ ਤੌਰ 'ਤੇ ਜਾਗਰਤ ਹਿੱਸੇ ਹੈ ਉਹਨਾਂ ਦੀ ਨੁਮਾਇੰਦਗੀ ਕਰ ਰਹੀ ਹੈ। ਸੋ ਲਿਵਲੀਨ ਜਿਹੜੇ ਸਿੱਖ ਸੁਰਤ ਦੇ ਸੱਚੇ ਸੁੱਚੇ ਅਤੇ ਜਾਗੇ ਹੋਏ ਹਿੱਸੇ ਹੈ ਉਹਨਾਂ ਦੀ ਮਤਲਬ ਜਿਹੜੀ ਸਪਿਰਚੁਅਲ ਪਾਕੀਜ਼ਗੀ ਹੈ, ਜਿਹੜੀ ਰੂਹਾਨੀ ਪਾਵਨਤਾ ਹੈ ਜਿਹੜੀ ਕੌਮ ਦੇ ਅੰਦਰਲੀ, ਇਸਤਰੀ ਪਾਤਰ ਕੌਮ ਦੇ ਅੰਦਰਲੀ ਜਿਉਂਦੀ ਰੂਹਾਨੀ ਪਾਵਨਤਾ ਦੀ ਨੁਮਾਇੰਦਗੀ ਕਰ ਰਹੀ ਹੈ। ਸੋ ਸ਼ਹੀਦ ਜਿਹੜੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਦਾ ਪੰਥ ਦੀ ਜਿਉਂਦੀ ਰੂਹਾਨੀ ਪਾਵਨਤਾ ਦੇ ਨਾਲ ਵਾਰਤਾਲਾਪ ਹੈ। ਉਸ ਵਾਰਤਾਲਾਪ ਦੇ ਕੁਛ ਹਿੱਸੇ ਮੈਂ ਪੜ੍ਹੂੰਗਾ ਅਤੇ ਉਹ ਪੜ੍ਹਨ ਤੋਂ ਬਾਅਦ ਜਿਹੜਾ ਆਪਾਂ ਫਿਰ ਉਹਦੇ ਬਾਰੇ ਵਿਚਾਰ ਕਰਾਂਗੇ। ਸੋ ਲਿਵਲੀਨ ਤੋਂ ਸ਼ੁਰੂ ਕਰਦੇ ਹਾਂ।
हाँ जी इतों पिछे शुरू करता हूं, मैं थोड़े लंबा पढ़ता। मैं तद जिगरा करके कूंदा घायल बाज दी बोली सदियां तीक पंथ ने खेडी वांग शहीदा होली क्यों फिर होनी बार पराए रोल के सानू हसी गुरदी धरत छोड़ क्यों सानू वल रसातल तसी। सो कवि का सवाल है भी साढ़े पैरों के हेठां गुरु की धरती सी, असी सारी अपनी जिंदगी लड़े शहादतां दित्तियां, फिर भी जिहड़ी होनी है वह सानू बार पराए रोल के साढ़े ते हस क्यों रही है? यह तो स्पष्ट ही है, गुरदी धरत छोड़ क्यों सानू वल रसातल तसी, भी गुरु की धरती सानू छड़ के थले नू क्यों जा रही है? भी इहदा मतलब जिहड़े पंजाब की जिहड़ी सिख जमीन सी, जिहड़ी सिक्खी की ग्राउंडिंग सी, वह फाउंडेशन सिख गुआ रहे हैं, गुरु नाल जिहड़ा सिखां दा नाता है उहदे च फर्क पै रहा है, सिख गुरु तो दूर होंदे जा रहे हैं, वह धरती शब्द क्यों? हुण जरनैल का जवाब है, जरनैल पाता जिहड़ा संतां दी नुमाइंदगी करता, सुनी मैं मुख जरनैल दे विच्चों धीमी बाण फकीरी, सुनी मैं चीस तरत तो लम्मी गली समय दी पीड़ी, देस पंजाबे बीज नदर दे आ बीजे मिरगिंदा, गुरु दे बोल पगावण दे लई वार वार के जिंदा। सो जिहड़ी बख्शिश है वह मृगिंद एक साज़ है, वह म्यूजिक दे राही आई है, बख्शिश दे बीज बीजे है, ते कच्ची सुरत पंथ दी ऐपर बीज अमल दा खोया ना फिर किसे शहादत संदा रंग मजीठी होया, सबे नक्श शहादत संदे हुंदे गए बगाने सतलुज तीर पंथ दे पेंडे मिट गए विच वराने। सो शहादतां दे नक्श है जिहड़े ਉਹ ਬੇਗਾਨੇ ਹੋ ਰਹੇ ਆ, ਸ਼ਹਾਦਤਾਂ ਨਾਲ ਅਸੀਂ ਆਈਡੈਂਟੀਫਾਈ ਕਰਨ ਦੇ ਸਮਰੱਥ ਨਹੀਂ ਹੈ, ਉਹ ਬੇਪਛਾਣ ਹੋ ਗਈਆਂ ਸਾਡੇ ਤੋਂ, ਸ਼ਹਾਦਤਾਂ ਕਿਸੇ ਹੋਰ ਰਾਹ ਤੇ ਤੁਰ ਪਈਆਂ। ਸਤਲੁਜ ਤੀਰ, ਤੀਰ ਦਾ ਮਤਲਬ ਹੁੰਦਾ ਕੰਡਾ, ਸਤਲੁਜ ਦਾ ਕੰਡਾ ਤੇ ਪੰਥ ਦੇ ਪੈਂਡੇ ਉਹ ਦੋਨੇ ਹੀ ਵਿਰਾਨੀ ਦੇ ਵਿੱਚ ਮਿਟ ਗਏ ਆ। ਸੋ ਜਿਹੜੀ ਵਿਰਾਨੀ ਆ, ਜਿਹੜੀ ਡੈਜ਼ਰਟ ਵਰਗੀ ਥਾਂ ਹੈ, ਉਜਾੜ ਹੈ, ਉਹ ਪੰਥ ਦੇ ਰਾਹਾਂ ਨੂੰ ਵੀ ਖਾ ਰਿਹਾ ਤੇ ਸਤਲੁਜ ਦੇ ਕੰਡਿਆਂ ਨੂੰ ਵੀ। ਦਰਿਆ ਕੀ ਹੈ? ਜ਼ਿੰਦਗੀ ਦੀ ਭਰਪੂਰਤਾ, ਦਰਿਆਵਾਂ ਦੇ ਨਾਲ ਜਿਹੜੀਆਂ ਸੱਭਿਅਤਾਵਾਂ ਉਹ ਹਮੇਸ਼ਾ ਵਿਕਸਿਤ ਹੁੰਦੀਆਂ। ਬੁੱਤ ਪੂਜਣ ਡੈਣ ਵਿੱਚ ਰਾਤਾਂ ਵਾਂਗ ਸਰਾਣਾ ਫਿਰਦੀ, ਸੁੱਤਿਆਂ ਉੱਤੇ ਵਾਰ ਕਰਨ ਦੀ ਬਾਣ ਗਈ ਨਾ ਚਿਰਦੀ। ਸੋ ਪੰਜਾਬੀ ਲੋਕ ਧਾਰਾ ਦੇ ਵਿੱਚ ਇਹ ਵਿਸ਼ਵਾਸ ਹੈ ਕਿ ਸਰਾਲ ਜਿਹੜੀ ਹੈ ਉਹ ਸੁੱਤੇ ਪਿਆਂ ਦੇ ਸਾਹ ਪੀ ਜਾਂਦੀ ਹੈ। ਬੁੱਤ ਪੂਜਣ ਡੈਣ, ਇੰਦਰਾ ਗਾਂਧੀ ਲਈ ਮੈਟਾਫਰ ਵਰਤੇ ਗਏ ਹੈ, ਉਹ ਰਾਤਾਂ ਨੂੰ ਸਰਾਲਾਂ ਵਾਂਗੂ ਫਿਰਦੀ ਹੈ ਤੇ ਇਹਨਾਂ ਲੋਕਾਂ ਦੀ ਸੁੱਤਿਆਂ ਉੱਤੇ ਵਾਰ ਕਰਨ ਦੀ ਆਦਤ ਪੁਰਾਣੀ ਗਈ ਨਹੀਂ। ਲੱਖ ਫਰੇਬ ਸੁਖਮ ਤੋਂ ਸ਼ੀਰੀ ਪਰ ਛਾਵੇਂ ਤੋਂ ਕੂਲੇ, ਭਰੀਆਂ ਨਦੀਆਂ ਪਾਰ ਨਾ ਲਾਉਣਾ ਇਹ ਸੱਪਾਂ ਦੇ ਪੂਰੇ। ਸੋ ਲੱਖਾਂ ਜਿਹੜੀਆਂ ਡਿਸੈਪਸ਼ਨਸ ਹੈ, ਜਿਹੜੇ ਧੋਖੇ ਹੈ, ਉਹ ਕਿਸੇ ਸੋਹਣੇ ਸ਼ਬਦ ਤੋਂ ਵੀ ਮਿੱਠੇ ਹੈ ਤੇ ਪਰਛਾਵੇਂ ਤੋਂ ਵੀ ਕੂਲੇ ਹੈ, ਵੀ ਹੱਥ ਲਾਓ ਤੁਸੀਂ ਮਹਿਸੂਸ ਵੀ ਨਹੀਂ ਕਰਦੇ ਉਹਦੀ ਹੋਂਦ, ਇੰਨੇ ਕੂਲੇ ਆ। ਪਰ ਇਹਨਾਂ ਭਰੀਆਂ ਨਦੀਆਂ ਨੇ ਸਾਨੂੰ ਕਿਤੇ ਨਹੀਂ ਲੈ ਕੇ ਜਾਣਾ, ਇਹ ਸੱਪਾਂ ਦੇ ਪੂਲੇ ਆ, ਸੱਪ ਇਕੱਠੇ ਹੋਏ ਆ, ਜ਼ਹਿਰ ਭਰੀ ਆ। ਸੋ ਇਸ ਤਰ੍ਹਾਂ ਇਹ ਚੱਲਦੀ ਹੈ। ਦੋ ਕੁ ਬੰਦ ਹੋਰ ਪੜ੍ਹਦਾ।
ਰਣ ਵਿੱਚ ਪੰਥ ਸ਼ਹੀਦਾਂ ਸੰਦੇ ਨੈਣ ਸੁਰਤ ਦੇ ਮੁੰਦੇ ਨਾਜ਼ਕ ਤਿੱਖੇ ਦਗੇ ਦਿਸੇ ਨਾ ਬੁੱਤ ਪੂਜਾਂ ਦੇ ਗੁੰਦੇ ਪਹਿਰੇਦਾਰ ਦਾ ਬੋਲ ਨਿਆਰਾ ਬੋਰਡ ਦੇ ਹੇਠੋਂ ਜੀਕਣ ਜਿੰਨ ਫਰਿਸ਼ਤੇ ਲੈ ਕੇ ਉੱਡੇ ਗਗਨ ਪਤਾਲਾਂ ਤੀਕਣ ਵਗੇ ਕਿਲੇ ਦੀਆਂ ਕੰਧਾਂ ਉੱਤੇ ਨਵ ਇਲਹਾਮ ਦੇ ਪਾਣੀ ਆਦਿ ਕਾਲ ਦੇ ਸਾਗਰ ਕੰਢੇ ਮੈਂ ਲਵਲੀਨ ਪਛਾਣ ਵਗੇ ਕਿਲੇ ਦੀਆਂ ਕੰਧਾਂ ਉੱਤੇ ਨਵ ਇਲਹਾਮ ਦੇ ਪਾਣੀ ਸੋ ਕਿਲੇ ਦੀਆਂ ਕੰਧਾਂ ਉੱਤੇ ਜਿਹੜੀ ਇੱਕ ਫਰੈਸ਼ ਰੈਵੀਲੇਸ਼ਨ ਹੈ ਉਹਦੇ ਪਾਣੀ ਵਹਿ ਰਹੇ ਹੈ ਤੇ ਸ੍ਰਿਸ਼ਟੀ ਦੇ ਆਦਿ ਦੇ ਬਿਲਕੁਲ ਉਰਜਨ ਦੇ ਪੁਆਇੰਟ ਤੇ ਜਿਹੜਾ ਸਮੁੰਦਰ ਹੈ ਉਹਦੇ ਕੰਢੇ ਲਿਵਲੀਨ ਜਿਹੜੀ ਫੀਮੇਲ ਪਾਤਰ ਹੈ ਸਿੱਖ ਸੁਰ ਜਿਹੜੀ ਸਿੱਖ ਰੂਹਾਨੀ ਪਾਵਨਤਾ ਦੀ ਨੁਮਾਇੰਦਗੀ ਕਰਨ ਵਾਲੀ ਫੀਮੇਲ ਪਾਤਰ ਹੈ ਉਹਨੂੰ ਕਵੀ ਪਛਾਣ ਰਹੇ ਹੈ। ਕਿਲੇ ਦੇ ਭਾਰੀ ਪਿੰਜਰ ਵਿੱਚੋਂ ਸੁਣੀਆਂ ਅਸਾਂ ਦੁਆਵਾਂ ਸਬਜ਼ ਪੱਤਿਆਂ ਦੇ ਹੜ ਵਾਂਗੂ ਹੱਥ ਕਰਨ ਦੋ ਛਾਵਾਂ ਜਿਉਂ ਕਕਨੂਸ ਰਾਖ ਚੋਂ ਗਾਵੇ ਮੁੜ ਮੀਹਾਂ ਦੀ ਰੁੱਤੇ ਇਉਂ ਰਿਸ਼ਮ ਬਣ ਹੱਥ ਤੋਂ ਫੈਲੇ ਕਿਲੇ ਦੇ ਬੂਹੇ ਉੱਤੇ ਸੁਬਕ ਜ਼ੀਲ ਵਾਂਗ ਸੀ ਥਰਕੀ ਇਉਂ ਲਿਵਲੀਨ ਦੀ ਬਾਣੀ ਸੰਤ ਜੀ ਸੁਣੀ ਫੇਰ ਮੈਂ ਥਲ ਵਿੱਚ ਉਹੀਓ ਆਵਾਜ਼ ਪੁਰਾਣੀ। ਸੋ ਲਿਵਲੀਨ ਕਿਹੜੀ ਆਵਾਜ਼ ਸੁਣ ਰਹੀ ਹੈ? ਵਿਸ਼ ਤੰਦੂਏ ਦੀ ਜਲ ਥਲ ਜਕੜੇ ਬੁੱਤ ਨਾ ਤੋੜੇ ਕੋਈ ਇਸ ਵੱਡ ਜਿੰਨ ਪਹਾੜ ਦੇ ਅੰਦਰ ਸੱਦ ਹੜਾਂ ਦੀ ਮੋਈ। ਉਹ ਸੰਤਾਂ ਨੂੰ ਪੁੱਛ ਰਹੀ ਹੈ ਭਾਰੀ ਬਲ ਆਵੇਗਾ ਕਿੱਥੋਂ ਦਸ ਦਰਵੇਸ਼ ਇਕੱਲੇ ਕਿਵੇਂ ਸਵਾਰ ਆਉਣਗੇ ਦੂਰੋਂ ਤੋੜ ਕੇ ਜਾਲ ਅਵੱਲੇ। ਮੁੱਢ ਕਦੀਮੀ ਪਹਿਰੇਦਾਰ ਨੇ ਕਿਹਾ ਮੈਂ ਭੈਣੇ ਜਾਣਾ ਪੱਤ ਪਛਾਣੇ ਬਿਨ ਰੁਲ ਜਾਸੀ ਫਿਰਦਾ ਬੋਲ ਪੁਰਾਣਾ। ਬੁੱਤ ਪੂਜਾ ਪਹਿਚਾਣ ਲਏ ਜੋ ਦਰਦ ਮੇਰੇ ਮਨ ਧੁੰਮਣ ਅਜਬ ਬਰੀਕ ਸਾਸ਼ਾਂ ਮੇਰੀ ਸ਼ਾਰਗ ਨੇੜੇ ਘੁੰਮਣ। ਨਾਰ ਕੁਲੱਛਣੀ ਤੋੜਨਾ ਚਾਹੇ ਅਣਖ ਮੇਰੀ ਜਿਉਂ ਵੰਗਾਂ ਫੰਦੇ ਕੋਟ ਗਗਨ ਵਿੱਚ ਉੱਡਦੇ ਪੌਣ ਰਗਾਂ ਨੂੰ ਗੰਢਾਂ ਹਰਿਮੰਦਰ ਦੀ ਮਿੱਟੀ ਵਿੱਚ ਮੈਂ ਕੌਲ ਮਾਹੀ ਦਾ ਪਾਲਾਂ ਸੁੱਚੀਆਂ ਦਹਿਲੀਜ਼ਾਂ ਦੇ ਉੱਤੇ ਪਾਕ ਰੋਹ ਨੂੰ ਬਾਲਾਂ। ਪੰਥ ਜੇ ਬੋਲ ਸੁਣੇ ਨਾ ਮੇਰਾ ਰਮਜ਼ ਅਣਖ ਦੀ ਮੇਸੀ ਪਾਕ ਰੋਹ ਦੇ ਨਾਲ ਮੈਂ ਰਹਿਸਾਂ ਹਸ਼ਰਾਂ ਤੱਕ ਪਰਦੇਸੀ। ਸੁਪਨਾ ਪਾਕ ਬਾਜ਼ ਦਾ ਮੇਰਾ ਇਹ ਅਰਦਾਸ ਪਿਆਸੀ ਆਖਿਰ ਲਸ਼ਕਰ ਆਉਣਗੇ ਦੂਰੋਂ ਪੂਰੀ ਆਨੰਦ ਦੇ ਵਾਸੀ। ਪਾਕ ਰੋਹ ਨੂੰ ਇਲਹਾਮਾਂ ਦਾ ਸੰਗ ਮਿਲੇਗਾ ਪੂਰਾ ਬਲਦੇ ਜਗ ਵਿੱਚ ਦੇਗ ਤੇਗ ਨੂੰ ਰੰਗ ਚੜੇਗਾ ਗੂੜਾ ਸੁਣ ਕੇ ਪਾਕ ਰੋਹ ਨੇ ਲਾਈ ਚੱਖੜਾਂ ਵਿੱਚ ਉਡਾਰੀ ਭਾਵੇਂ ਕੌਮ ਮੂਰਛਾ ਦੇ ਵਿੱਚ ਤਾਜ ਦਿਸੇ ਕੋਈ ਭਾਰੀ ਸੁੱਚੀਆਂ ਦਹਿਲੀਜ਼ਾਂ ਤੇ ਰੱਤਾਂ ਘਾਇਲ ਬਾਸ ਤੱਕ ਰੋਇਆ ਤੱਕ ਮੈਂ ਪੰਥ ਦੀ ਨੀਮ ਬੇਹੋਸ਼ੀ ਇੱਕ ਪਲ ਅਜਨਬੀ ਹੋਇਆ ਸਾਲੂ ਖਿੱਚ ਗਗਨ ਦੇ ਪਿਆਰੇ ਚਿਮ ਚਿਮ ਕਰਦੀਆਂ ਰਹਿਣਾ ਸਿਮਰਨ ਲਸੇ ਤਾਰਿਆਂ ਵਾਂਗੂ ਵਿੱਚ ਲਿਵਲੀਨ ਦੇ ਰਹਿਣਾ। ਸੋ ਇਹ ਸਾਰੇ ਬੰਦਾਂ ਦੀ ਇਕੱਲੀ ਇਕੱਲੀ ਵਿਆਖਿਆ ਕਰਨ ਨੂੰ ਮੈਂ ਸੋਚਿਆ ਵੀ ਬਹੁਤੇ ਬੰਦ ਸਪਸ਼ਟ ਹੀ ਹੈ। ਇਹਨਾਂ ਦਾ ਜਿਹੜਾ ਕੇਂਦਰੀ ਭਾਵ ਹੈ ਵੀ ਸਾਡੇ ਖਿਲਾਫ਼ ਸਾਜ਼ਿਸ਼ਾਂ ਹੋ ਰਹੀਆਂ ਬਹੁਤ ਬਰੀਕ ਬਹੁਤ ਵੱਡੇ ਫਰੇਬ ਹੋ ਰਹੇ ਹੈ, ਪਰ ਆਖਿਰ ਨੂੰ ਜਿਹੜੇ ਅਨੰਦਪੁਰੀ ਲਸ਼ਕਰ ਹੈ ਉਹਨਾਂ ਨੇ ਆਉਣਾ, ਆਖਿਰ ਨੂੰ ਕੌਮ ਦੇ ਅੰਦਰ ਜਿਹੜੇ ਉਹਨਾਂ ਦੇ ਉੱਚੇ ਆਤਮਕ ਰੰਗ ਹੈ ਉਹ ਜਾਗਣੇ ਆ। ਭਾਵੇਂ ਕੌਮ ਅਧਮੋਈ ਹੋਈ ਪਈ ਹੈ ਪਰ ਉਹਨੂੰ ਸਾਹਮਣੇ ਜਿਹੜਾ ਤਾਜ ਦਿਸ ਰਿਹਾ ਜਿਹੜੀ ਸੋਵਰੇਨਟੀ ਹਾਸਲ ਕਰਨ ਦਾ ਸੁਪਨਾ ਹੈ ਉਹ ਕੌਮ ਦੇ ਅੰਦਰ ਜਿਉਂਦਾ ਹੈ। ਸੁੱਚੀਆਂ ਦਹਿਲੀਜ਼ਾਂ ਤੇ ਰੱਤਾਂ
ਦਰਬਾਰ ਸਾਹਿਬ ਦੀਆਂ ਸੁੱਚੀਆਂ ਦਹਲੀਜ਼ਾਂ ਦੇ ਉੱਤੇ ਖੂਨ ਕਾਇਲ ਬਾਜ਼ ਤੱਕ ਰੋਇਆ, ਤੱਕ ਮੈਂ ਪੰਥ ਦੀ ਨੀਮ ਬੇਹੋਸ਼ੀ ਇੱਕ ਪਲ ਅਜਨਬੀ ਹੋਇਆ। ਪੰਥ ਦੀ ਇਹ ਨੀਮ ਬੇਹੋਸ਼ੀ ਤੱਕ ਕੇ ਕਵੀ ਜੀ ਕਹਿ ਰਹੇ ਆ, ਮੈਂ ਆਪਦੀ ਧਰਤੀ ਦੇ ਉੱਤੇ ਸਟਰੇਂਜਰ ਬਣ ਗਿਆ, ਅਜਨਬੀ ਬਣ ਗਿਆ, ਮੈਨੂੰ ਪਤਾ ਨਹੀਂ ਮੇਰੀ ਥਾਂ ਕਿੱਥੇ ਹੈ। ਪਰ ਸਾਲੂ ਖਿੱਚ ਗਗਨ ਦੇ ਪਿਆਰੇ ਚਿਮ ਚਿਮ ਕਰਦੀਆਂ ਰਹਿਣਾ, ਸਿਮਰਨ ਲਸੇ ਤਾਰਿਆਂ ਵਾਂਗੂ ਵਿੱਚ ਲਵਲੀਨ ਦੇ ਨੈਣਾ। ਇੱਥੇ ਜਿਹੜੀ ਲੰਮੀ ਕਵਿਤਾ ਸ਼ਹੀਦ ਦੀ ਅਰਦਾਸ ਉਹ ਖਤਮ ਹੁੰਦੀ ਹੈ ਕਿ ਜਿਹੜਾ ਤਾਰਿਆਂ ਵਾਂਗੂ ਲਵਲੀਨ ਦੇ ਨੈਣਾ ਦੇ ਵਿੱਚ ਸਿਮਰਨ ਜਿਹੜਾ ਉਹ ਲਿਸ਼ਕ ਰਿਹਾ, ਉਹਦਾ ਲੱਸਣਾ, ਉਹ ਜਿਹੜੇ ਕੌਮ ਦੇ ਅੰਦਰੋਂ ਰੰਗ ਗੁਆਚਣੇ ਨਹੀਂ ਚਾਹੀਦੇ ਉਹਨਾਂ ਦੇ ਜਿਉਂਦੇ ਹੋਣ ਦਾ ਪ੍ਰਮਾਣ ਹੈ, ਅਤੇ ਜਿਹੜੇ ਉਹ ਅੰਦਰਲੇ ਰੰਗ ਜਿਉਂਦੇ ਹੈ ਉਹਦੇ ਵਿੱਚੋਂ ਇਤਿਹਾਸ ਉਦੇ ਹੋਣਾ, ਉਹਦੇ ਵਿੱਚੋਂ ਸਾਰਾ ਕੁਝ ਸਾਹਮਣੇ ਆਉਣਾ। ਸੋ ਇਹ ਹੈ ਜਿਹੜੀ ਜੂਨ 84 ਤੋਂ ਬਾਅਦ ਦੀ ਪੰਜਾਬੀ ਕਵਿਤਾ ਹੈ। ਉਹ ਕਵਿਤਾ ਕਿਹੜੀ ਚੀਜ਼ ਦੀ ਗਵਾਹੀ ਹੈ? ਉਹ ਕਵਿਤਾ ਅਨੁਭਵ ਦੇ ਉਸ ਪੱਧਰ ਦੀ ਗਵਾਹੀ ਹੈ ਜਿਹੜਾ ਇਸ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਵਿੱਚ ਕਿਤੇ ਮਿਲਦਾ ਨਹੀਂ। ਉਹ ਭਾਸ਼ਾ ਦੀ ਉਸ ਬਰੀਕੀ ਦੀ ਗਵਾਹੀ ਹੈ, ਭਾਸ਼ਾ ਦੀਆਂ ਉਸ ਅਨੇਕ ਰਮਜ਼ਾਂ ਦੇ ਜਾਗਣ ਦੀ ਗਵਾਹੀ ਹੈ ਜਿਹੜੀਆਂ ਪਹਿਲਾਂ 20ਵੀਂ ਸਦੀ ਦੇ ਮਗਰਲੇ ਅੱਧ ਦੇ ਕਵੀਆਂ ਨੇ ਜਿਹੜੀ ਦਿਸ਼ਾ ਹੀ ਨਹੀਂ ਲਈ। ਸੋ ਇਹ ਕਵਿਤਾ ਗਵਾਹੀ ਹੈ ਵੀ ਦੁਖਾਂਤ ਹੈ ਜਿਹੜਾ, ਦੁਖਾਂਤ ਨੂੰ ਉਹਦੀ ਪੂਰੀ ਸ਼ਿੱਦਤ ਨਾਲ ਮਹਿਸੂਸ ਕਰਦੇ ਹੋਏ, ਦੁਖਾਂਤ ਦੇ ਵਿੱਚੋਂ ਜਿਹੜੀ ਜ਼ਿੰਦਗੀ ਦੀ ਅਰਥ ਭਰਪੂਰਤਾ ਹੈ ਉਹ ਕੋਈ ਕਵੀ ਕੱਢ ਕੇ ਕਿਵੇਂ ਲਿਆ ਸਕਦਾ ਹੈ। ਸੋ ਇਹ ਕਵਿਤਾ ਗਵਾਹੀ ਹੈ ਕਿ ਜਿਹੜੀਆਂ ਜ਼ਿੰਦਗੀ ਦੀਆਂ ਕੰਟਰਾਡਿਕਸ਼ਨਸ ਹੈ, ਅੰਤਰ ਵਿਰੋਧਤਾਵਾਂ, ਉਹ ਅਹਿਮ ਕਿਉਂ ਹੁੰਦੀਆਂ? ਕਮਾਲ ਦੀਆਂ ਕੰਟਰਾਡਿਕਸ਼ਨਸ ਕੀ ਹੁੰਦੀਆਂ? ਕਮਾਲ ਦੀ ਕੰਟਰਾਡਿਕਸ਼ਨ ਇਹ ਹੈ ਵੀ ਤੁਸੀਂ ਉੱਜੜੇ ਆ, ਤੁਸੀਂ ਉਜਾੜੇ ਚ ਜਾ ਰਹੇ ਆ। ਆਮ ਤੌਰ ਤੇ ਲੋਕ ਕੀ ਅਨੁਭਵ ਕਰਦੇ ਆ? ਲੋਕ ਦੁੱਖ ਦੇ ਵਿੱਚ ਗਲਤਾਨ ਹੁੰਦੇ ਆ, ਦੁੱਖ ਦੇ ਵਿੱਚੋਂ ਉਹਨਾਂ ਦੇ ਮਨ ਚ ਰੋਹ ਰੋਸੇ ਉਪਜਦੇ ਆ, ਉਹ ਆਪਣੇ ਕਰਮਾਂ ਨੂੰ ਕਿਸੇ ਨਾ ਕਿਸੇ ਨੂੰ ਦੋਸ਼ ਦਿੰਦੇ ਆ। ਕਵੀ ਕੀ ਕਹਿ ਰਿਹਾ ਵੀ ਜਦੋਂ ਅੰਤਾਂ ਦਾ ਦੁੱਖ ਹੈ ਉਦੋਂ ਹੀ ਸਭ ਤੋਂ ਉੱਚਾ ਸਬਰ ਪੈਦਾ ਹੁੰਦਾ, ਜਦੋਂ ਸਭ ਦਾ ਉੱਚਾ ਸਬਰ ਪੈਦਾ ਹੁੰਦਾ ਉਦੋਂ ਹੀ ਜਿਹੜੇ ਵਿਖੜੇ ਪੈਂਡੇ ਆ ਉਹਨਾਂ ਦੇ ਵਿੱਚੋਂ ਜਿਹੜੇ ਸਾਡੀ ਜ਼ਿੰਦਗੀ ਦੇ ਰਹੱਸ ਹੈ, ਸਾਡੇ ਰਾਹਾਂ ਦੇ ਰਹੱਸ ਹੈ, ਉਹ ਸਾਡੇ ਸਾਹਮਣੇ ਆਉਣੇ ਆ। ਸੋ ਇਹ ਅਨੁਭਵ ਹੈ ਜਿਹੜਾ, ਇਹ ਕਦੋਂ ਆਇਆ? ਜਦੋਂ ਸਾਡੇ ਉੱਤੇ ਸਭ ਤੋਂ ਵੱਡਾ ਦੁਖਾਂਤ ਵਾਪਰਿਆ, ਜਦੋਂ ਸਾਡੀ ਰੂਹ ਨੂੰ ਕੰਬਾ ਦੇਣ ਵਾਲਾ ਦੁਖਾਂਤ ਵਾਪਰਿਆ, ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਟੈਂਕ ਭੇਜੇ ਗਏ, ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਭਰਾਈਆਂ ਗਈਆਂ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੋਪਾਂ ਦੇ ਟੈਂਕਾਂ ਦੇ ਗੋਲੇ ਭਰਾਏ ਗਏ, ਉਹ ਦੁਖਾਂਤ ਤੋਂ ਬਾਅਦ ਇਹ ਵਾਪਰ ਰਿਹਾ। ਦੁਖਾਂਤ ਇਹ ਕਿਉਂ ਆ ਰਿਹਾ? ਦੋ ਗੱਲਾਂ ਸਿੱਧੀਆਂ। ਇੱਕ ਤਾਂ ਇਹ ਹੈ ਵੀ ਜਿਹੜੀ ਬਦੀ ਹੈ ਉਹ ਲਗਾਤਾਰ ਧਰਤੀ ਦੇ ਉੱਤੇ ਪਨਪ ਹੀ ਰਹੀ ਹੈ, ਉਹ ਫਿਰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਉਹ ਪ੍ਰਗਟ ਵੀ ਹੁੰਦੀ ਹੈ, ਬਦੀ ਦਾ ਕੋਈ ਲੌਜਿਕ ਵੀ ਹੈਗਾ। ਦੂਜੇ ਪਾਸੇ ਇਹ ਹੈ ਕਿ ਗੁਰੂ ਦੀ ਪਾਵਨਤਾ ਸਾਡੇ ਅੰਦਰੋਂ ਤਬਾਹ ਹੋਣੀ ਜੇ ਹੁੰਦੀ ਹੈ ਤੇ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਜੇ ਗੁਰੂ ਦੇ ਰੰਗ ਸਾਡੇ ਅੰਦਰ ਆਬਾਦ ਰਹਿੰਦੇ ਆ ਤਾਂ ਹੀ ਉਹ ਧਰਤੀ ਤੇ ਆਬਾਦ ਰਹਿਣਗੇ। ਸੋ ਹਿੰਸਾ ਜਿਹੜੀ 1984 ਦੇ ਵਿੱਚ ਦਰਬਾਰ ਸਾਹਿਬ ਤੇ ਹੋਈ ਹੈ, ਹੋਰ ਗੁਰਦੁਆਰਾ ਸਾਹਿਬਾਨ ਤੇ ਹੋਈ ਹੈ, ਸਿੱਖ ਕੌਮ ਤੇ ਹੋਈ ਹੈ, 1984 ਉਸ ਹਿੰਸਾ ਦਾ ਸਿਖਰ ਹੈ, ਉਸ ਹਿੰਸਾ ਦੀ ਸ਼ੁਰੂਆਤ ਨਹੀਂ। ਕਿਉਂਕਿ ਹਿੰਸਾ ਜਿਹੜੀ ਹੈ ਉਹ ਮੂਲ ਰੂਪ ਵਿੱਚ ਬਿਰਤਾਂਤਕ ਹਿੰਸਾ ਹੁੰਦੀ ਹੈ। ਵਾਇਲੈਂਸ ਜਿਹੜੀ ਹੈ ਮੂਲ ਰੂਪ ਵਿੱਚ ਡਿਸਕਰਸਿਵ ਵਾਇਲੈਂਸ ਹੈ, ਫਿਰ ਉਹ ਇੱਕ ਇਤਿਹਾਸਕ ਵਰਤਾਰੇ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ। ਸੋ ਉਸ ਹਿੰਸਾ ਨੂੰ ਸਮਝਣ ਲਈ
ਜੇ ਕੋਈ ਫਿਲਾਸਫਰ ਕੋਸ਼ਿਸ਼ ਕਰੂਗਾ, ਉਹ ਕੋਸ਼ਿਸ਼ ਮਾੜੀ ਨਹੀਂ ਹੋਊਗੀ, ਬਹੁਤ ਚੰਗੀ ਹੋਊਗੀ, ਪਰ ਉਹਦੇ 'ਚ ਰਿਸਕ ਇਹ ਹੈ ਕਿ ਫਿਲਾਸਫਰ ਜਿਹੜਾ ਹੈ ਉਹ ਫਿਲਾਸਫੀ ਦੀ ਲੈਂਗੁਏਜ ਦੀਆਂ ਸੈੱਟ ਕੀਤੀਆਂ ਲਿਮਿਟਸ ਦੇ ਵਿੱਚ ਦੁਖਾਂਤ ਨੂੰ ਐਕਸਪਲੋਰ ਕਰੂਗਾ। ਜਿਹੜੀਆਂ ਲੈਂਗੁਏਜ ਦੀਆਂ ਸੈੱਟ ਕੀਤੀਆਂ ਲਿਮਿਟਸ ਹੈ, ਜਿਹੜੀ ਫਿਲਾਸਫੀ ਦੀ ਲੈਂਗੁਏਜ ਦੀ ਬੇਗਾਨਗੀ ਹੈ, ਉਹਦੇ ਸ਼ਿਕਾਰ ਹੋਣ ਤੋਂ ਬਚਣ ਦੀ ਲੋੜ ਹੈ। ਲੈਂਗੁਏਜ ਜਿਹੜੀ ਭਾਸ਼ਾ ਹੈ, ਭਾਸ਼ਾ ਦੇ ਵਿੱਚ ਆਪਣੱਤ ਹੋਣੀ ਜ਼ਰੂਰੀ ਹੈ। ਭਾਸ਼ਾ ਦੇ ਨਾਲ ਡੂੰਘਾ ਨਿੱਜੀ ਰਿਸ਼ਤਾ ਮਾਂ ਵਰਗਾ ਉਹ ਹੋਣਾ ਜ਼ਰੂਰੀ ਹੈ। ਸੋ ਮਹਿਬੂਬ ਸਾਹਿਬ ਨੇ ਕਵਿਤਾ ਦੇ ਵਿੱਚ ਕੀ ਕੀਤਾ ਹੈ? ਉਸ ਮਾਂ ਵਰਗੀ ਭਾਸ਼ਾ ਨਾਲ ਉਹੋ ਜੀ ਆਪਣੱਤ ਪਾਲੀ ਹੈ, ਤੇ ਉਸ ਮਾਂ ਵਰਗੀ ਭਾਸ਼ਾ ਨੇ ਉਸ ਤਰ੍ਹਾਂ ਦੀ ਮਮਤਾ ਵਿਖਾ ਕੇ, ਉਸ ਤਰ੍ਹਾਂ ਦਾ ਸਬਰ ਵਿਖਾ ਕੇ ਜਿਹੜਾ ਕਵੀ ਦਾ ਅਨੁਭਵ ਹੈ ਉਹਨੂੰ ਗੰਭੀਰਤਾ, ਦੀਰਘਤਾ, ਸੂਖਮਤਾ ਤੇ ਅਮੀਰੀ ਬਖਸ਼ੀ ਹੈ। ਸੋ ਸਾਡੇ ਖਿਲਾਫ ਜਿਹੜੀ ਹਿੰਸਾ ਹੁੰਦੀ ਹੈ ਉਹ ਹਿੰਸਾ ਵੀ ਮੂਲ ਰੂਪ 'ਚ ਸਾਨੂੰ ਸਾਡੇ ਬੋਲਾਂ ਤੋਂ ਵਿਰਵੇ ਕਰਨ ਦੀ ਹੈ, ਸਾਡੇ ਤੋਂ ਸਾਡੀ ਭਾਸ਼ਾ ਖੋਣ ਦੀ ਹੈ, ਸਾਡੇ ਸਿਰ ਨਵੀਂ ਭਾਸ਼ਾ ਮੜਨ ਦੀ ਹੈ। ਉਹ ਹਿੰਸਾ ਸਰੀਰਕ ਰੂਪ ਸਾਹਮਣੇ ਆਉਂਦੀ ਹੈ, ਵੱਡਾ ਇਤਿਹਾਸਕ ਬਿਰਤਾਂਤ ਬਣਦੀ ਹੈ, ਪਰ ਭਾਸ਼ਾ ਨੂੰ ਪੁਨਰ ਸੁਰਜੀਤ ਕੀਤੇ ਬਗੈਰ ਉਹ ਅਨੁਭਵ ਸੁਰਜੀਤ ਨਹੀਂ ਹੁੰਦੇ। ਆਉਣ ਵਾਲੇ ਸਮਿਆਂ 'ਚ ਵੀ ਜਿਹੜੀ ਸਿੱਖ ਕਵਿਤਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਵੇਂ ਨਵੇਂ ਕਾਵਿ ਮੁਹਾਵਰੇ ਸਿਰਜਦੀ ਰਹੂਗੀ, ਤੇ ਉਹ ਸਿੱਖ ਕਵਿਤਾ ਦੇ ਵਿੱਚੋਂ ਜਿਹੜੇ ਨਵੇਂ ਨਵੇਂ ਜਿਹੜੇ ਫਿਲੋਸੋਫੀਕਲ ਜਿਹੜੇ ਥੀਮ ਹੈ ਉਹ ਐਕਸਪਲੋਰ ਹੋਣਗੇ, ਫਿਲੋਸੋਫੀਕਲ ਰਿਫਲੈਕਸ਼ਨਸ ਉਹ ਸਾਹਮਣੇ ਆਉਣਗੀਆਂ। ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਖਿਮਾ ਦਾ ਜਾ ਚੁੱਕਾ। ਹੁਣ ਤੁਹਾਡੇ ਜੋ ਵੀ ਸਵਾਲ ਜਾਂ ਟਿੱਪਣੀਆਂ ਹੋਣਗੀਆਂ ਉਹਨਾਂ ਦੀ ਉਡੀਕ ਕਰਾਂਗੇ, ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਗੱਲਬਾਤ ਹੈ ਇਹਨੂੰ ਕੁਝ ਸਮੇਂ ਲਈ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਭੁੱਲ ਚੁੱਕ ਲਈ ਖਿਮਾ ਦਾ ਜਾ ਚੁੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਕਿਸੇ ਦਾ ਵੀ ਕੋਈ ਸਵਾਲ ਹੋਵੇ ਤਾਂ ਜ਼ਰੂਰ ਸਾਂਝਾ ਕਰੋ। ਹਾਂਜੀ, ਤੁਸੀਂ ਹੱਥ ਖੜੇ ਕਰ ਸਕਦੇ ਆ ਤੇ ਫਿਰ ਆਪਾਂ ਇੱਕ ਇੱਕ ਕਰਕੇ ਸਾਰਿਆਂ ਨੂੰ ਬੁਲਾ ਲਾਂਗੇ। ਹਾਂਜੀ, ਜੁਝਾਰ ਸਿੰਘ ਜੀ। ਹਾਂਜੀ, ਇਹ ਇਸ ਟਾਕ ਦਾ ਇੱਕ ਟੇਕ ਅਵੇ ਇਹੀ ਸੀਗਾ, ਜਿੱਦਾਂ ਜਿਹੜੀ ਸਿੱਖ ਪੋਇਟਰੀ ਆ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਚੱਲਦੀ ਆ ਰਹੀ ਆ ਉਹ 1984 ਤੋਂ ਬਾਅਦ ਖਾਸ ਕਰਕੇ ਰਿੰਦਰ ਸਿੰਘ ਮਹਿਬੂਬ ਦੀ ਪੋਇਟਰੀ ਦੇ ਵਿੱਚ ਜਿਵੇਂ ਪੇਸ਼ ਆਉਂਦੀ ਆ ਉਹ ਲੈਵਲ ਦੀ ਪੋਇਟਰੀ ਜਿੱਦਾਂ ਪਹਿਲਾਂ ਲਿਖੀ ਨਹੀਂ ਗਈ। ਇੱਕ ਟੇਕ ਅਵੇ ਸੀਗਾ ਅੱਜ ਦਾ। ਮੈਂ ਠੀਕ ਹਾਂ। ਤੇ ਉਹ ਇੱਕ ਜਿੱਦਾਂ ਨੈਸੈਸਰੀ ਇਵੈਂਟ ਸੀਗਾ ਇਸ ਤਰ੍ਹਾਂ ਦੀ ਪੋਇਟਰੀ ਜਨਰੇਟ ਕਰਨ ਵਾਸਤੇ। ਤੁਸੀਂ ਮਾੜਾ ਜਿਹਾ ਆਪਣਾ ਸਵਾਲ ਜਿਹੜਾ ਦੁਹਰਾਓਗੇ ਜੁਝਾਰ ਸਿੰਘ? So the type of poetry, the level of poetry that came post 1984 and especially in the form of Harinder Singh Mehboob was one of the main takeaways from today, that wasn't seen before in the early poetry of the 20th century as far as coming from Punjab, and that the event of 1984 was perhaps a trigger to take poetry to that level
in Mehboob? नहीं, जेडी महबूब साहब ने कविता लिखनी शुरू की थी, वो लिखनी शुरू की थी 1950s दे विच, सब तो पुरानी कविता चनाग रात शामिल है, वो 1955 दी 1955 दी लिखी हुई है। उस तो बाद उन्होंने 1960s दे विच बहुत जोर नाल लिखिया, जेडियां 1960s दी कवितावां उन्हां कवितावां दे विच जिहड़ा एक बहुत कमाल दा विशा वह है कि गुरु दे रंग पंजाब दी धरती तो खुरते जा रहे हैं, सिख गुरु दी मेहर तो विरवे हो रहे हैं, सिखां दा गुरु नालों सिखां ते गुरु दे विच दूरी पै रही है, सिख विछुन्ने है। सो गुरु नानक दा थां जो पंजाब दी धरती ते हुंदा सी ओ हुण नहीं है, ओ होना चाहिए। ये गल्लां जिहड़ियां ये थीम उन्हां दियां पहलियां कवितावां दे विच आए है। जिहड़ी 84 तो बाद दी कविता है उहदे च इन्हां ही विशेयां दे अगले रूप आए है। तो जिहड़ी ट्रैजडी है उह साडे सामने 1984 तो बाद आई है। महबूब साहब की कविता वो ट्रैजडी नूं आउंदी वेख रही है। जिवें एक उन्हां दियां दो लाइन है, ननकाने कुरला उठेगा एक दिन भरिया मेला, अद्धी रात नूं दरते बहने दुखड़े मुड़ सबरां दे। हुण ये 84 की पेशी नूं कोई सी, यह कविता 1980 च लिखी है महबूब साहब ने, ठीक है ना। ननकाने कुरला उठेगा एक दिन भरिया मेला, अद्धी रात नूं दरते बहने दुखड़े मुड़ सभरावां दे। हुण सभरावां दे विच सिखां दी हार होई अंग्रेजां हत्थों, सभरावां दी जंग दे विच उस सभरावां दे दुख, वह ननकाने साहब की जिहड़ी हिंसा है वह सिखां दे उत्ते दुबारा आ रही है। सो 71 दे विच महबूब साहब दे पिंड दे वासियां मुताबक वह लगातार कहिंदे सी कि ਜਿਹੜੇ ਇਹ ਹਿੰਦੂ ਦਰਬਾਰ ਸਾਹਿਬ 'ਤੇ ਹਮਲਾ ਕਰਨਗੇ, ਉਦੋਂ ਲੋਕ ਉਹਨਾਂ 'ਤੇ ਹੱਸਦੇ ਸੀ ਵੀ ਇਹ ਐਵੇਂ ਪਤਾ ਨਹੀਂ ਕਿੱਥੋਂ ਕਹੀ ਜਾਂਦੇ ਆ, ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਗੀ। ਪਰ ਉਹਨੂੰ ਦਿਸ ਰਿਹਾ ਸੀ ਕਿ ਜਿਹੜੀ ਸਾਡੀ ਸਭ ਤੋਂ ਸੈਂਸਿਟਿਵ ਥਾਂ ਹੈ ਉਹਦੇ 'ਤੇ ਹਮਲਾ ਇਹਨਾਂ ਨੇ ਕਰਨਾ ਹੀ ਕਰਨਾ, ਸਾਨੂੰ ਸਭ ਤੋਂ ਵੱਡਾ ਅਪਮਾਨ ਇਹਨਾਂ ਨੇ ਦੇਣਾ ਹੀ ਦੇਣਾ। ਸੋ ਉਹ ਕਵਿਤਾਵਾਂ 84 ਤੋਂ ਬਾਅਦ ਜਿਹੜੀਆਂ ਆ ਰਹੀਆਂ ਹੈ ਉਹ ਜਿਹੜੀਆਂ ਉਦੋਂ 30 ਸਾਲ ਪਹਿਲਾਂ ਕਵਿਤਾਵਾਂ ਆ ਰਹੀਆਂ ਸੀ ਉਹ ਉਹਨਾਂ ਦੇ ਨਾਲ ਲਿੰਕਡ ਹੈ, ਉਹਨਾਂ ਦਾ ਕੋਈ ਨਾਤਾ ਉਹਨਾਂ ਦੇ ਨਾਲ ਜੁੜਿਆ ਹੋਇਆ, ਤੇ ਵਿਸ਼ਾ ਸਾਰੀਆਂ ਦਾ ਇੱਕੋ ਹੀ ਹੈ। That cleared a lot of things. ਹਾਂਜੀ, ਆਪਣੇ ਨਾ ਇੱਕ ਅਕਾਊਂਟ ਹੈ ਜਿਹੜਾ 647 ਨੰਬਰ ਤੋਂ ਸ਼ੁਰੂ ਹੁੰਦਾ, ਮੈਨੂੰ ਪਤਾ ਨਹੀਂ ਇਹ ਕੌਣ ਨੇ, ਸੋ ਤੁਹਾਡਾ ਜੇ ਕੋਈ ਸਵਾਲ ਹੈ ਤੁਸੀਂ ਮਾਈਕ ਔਨ ਕੀਤਾ ਸੀਗਾ 647 ਨੰਬਰ, 647 ਤੋਂ ਜਿਹੜਾ ਫੋਨ ਨੰਬਰ ਸ਼ੁਰੂ ਹੁੰਦਾ। ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਗੁਰੂ ਬਖਸ਼ਿਸ਼ ਦੇ ਨਾਲ, ਗੁਰੂ ਮੇਹਰ ਨਾਲ, ਜਿਹੜੀ ਤੁਸੀਂ ਇੱਕ ਦਾਰਸ਼ਨਿਕ ਪਰਿਪੱਕਤਾ ਖਿਆਲ ਦੀ ਤਰਤੀਬ ਨੂੰ ਮੇਨਟੇਨ ਰੱਖਣ ਦੀ, ਪੋਇਟਰੀ ਨੂੰ ਸਮਝਣ ਦੀ, ਸਾਡੀਆਂ ਰਾਜਨੀਤਿਕ ਜਿਹੜੀਆਂ ਉਲਝਣਾਂ ਨੇ ਉਹਨਾਂ ਦੀ ਕੰਪਲੈਕਸਿਟੀ ਹੈ ਜਿਹੜੀ ਉਹਨੂੰ ਬਿਆਨ ਕਰਨ ਦੀ, ਜਿਹੜੀ ਗੁਰੂ ਮਹਾਰਾਜ ਨੇ ਤੁਹਾਨੂੰ ਇੱਕ ਤੰਦਰੁਸਤੀ ਬਖਸ਼ੀ ਆ, ਮੈਨੂੰ ਬੜੀ ਖੁਸ਼ੀ ਹੋਈ ਹੈ ਇਹਦੇ ਤੋਂ, ਤੇ ਮੈਂ ਤੁਹਾਨੂੰ ਦਾਤ ਦੇਣੀ ਚਾਹੁੰਦਾ ਇਹਦੀ ਕਿ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ, ਤੇ ਜਿੰਨਾ ਕੁ ਵੀ ਸਾਡੇ ਵਰਗੇ ਬੰਦਿਆਂ ਕੋਲ ਜਿਹੋ ਜਿਹਾ ਵੀ ਹੁੰਗਾਰਾ ਭਰਨ ਦੀ ਤਾਬ ਸਾਡੀ ਹੈ ਅਸੀਂ ਉਹ ਜ਼ਰੂਰ ਭਰਦੇ ਰਵਾਂਗੇ। ਮੈਂ ਹਮੇਸ਼ਾ ਹੀ ਤੁਹਾਡਾ ਮਤਲਬ ਕਿ ਕਦਰਦਾਨ ਰਿਹਾ, ਤੁਹਾਡੀ ਮਿਹਨਤ ਦਾ, ਤੁਹਾਡੇ ਜਜ਼ਬੇ ਦਾ, ਤੁਹਾਡੇ ਅੰਦਰ ਜਿਹੜਾ ਸਿੱਖੀ ਪ੍ਰਤੀ ਜੋ ਅਕੀਦਾ ਆ, ਤੁਹਾਡੇ ਤਿੰਨਾਂ ਭੈਣ ਭਰਾਵਾਂ ਦਾ, ਤੁਹਾਡੀ ਪੂਰੀ ਫੈਮਿਲੀ ਦਾ, ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਅੱਜ ਭਾਵੇਂ ਬਹੁਤ ਸਿੱਖਾਂ ਦੇ ਲਈ ਇੱਕ ਦੁਖਦਾਈ ਯਾਦ ਵਾਲਾ ਦੇਣਾ, ਪਰ ਫਿਰ ਵੀ ਮੈਂ ਗੁਰੂ ਮਹਾਰਾਜ ਦਾ ਵੀ ਸ਼ੁਕਰ ਕਰਦਾ ਕਿ ਚਲੋ ਤੁਹਾਡੇ ਵਰਗੇ ਦਾਰਸ਼ਨਿਕ ਬੰਦੇ ਸਾਡੇ ਅੰਦਰ ਐਗਜ਼ਿਸਟ ਕਰ ਰਹੇ ਨੇ, ਜਿਹੜੇ ਇੱਕ ਅਗਲੀ ਮਤਲਬ ਕਿ ਜਨਰੇਸ਼ਨ ਨੂੰ ਕਵਿਤਾ ਦੇ ਇਸ ਤਰ੍ਹਾਂ ਦੇ
ਦ੍ਰਿਸ਼ਟਾਂਤ ਨਾਲ ਜੋੜ ਰਹੇ ਆ ਤੇ ਮੈਨੂੰ ਬਹੁਤ ਆਰਾਮ ਆਇਆ ਆਤਮਕ ਤੌਰ ਤੇ। ਗੁਰੂ ਮਹਾਰਾਜ ਤੁਹਾਡਾ ਖਿਆਲ ਰੱਖੇ, ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਸਰਤਾਜ, ਤੁਹਾਨੂੰ ਇੱਕ ਬੇਨਤੀ ਕਰਨੀ ਹੈ ਬਈ, ਤੁਸੀਂ ਅੱਜ ਮਹਿਬੂਬ ਸਾਹਿਬ ਦੀ ਇੱਕ ਕਵਿਤਾ ਜ਼ਰੂਰ ਗਾ ਕੇ ਸੁਣਾਓ। ਜੇ ਹੋ ਜਾਏ ਤਾਂ ਫਿਰ ਕੀ ਹੈ, ਪੁੱਛਣੇ ਕੀ ਹੈ। ਨਹੀਂ ਨਹੀਂ ਜੇ ਨਹੀਂ ਸਰਤਾਜ ਕੋਈ ਗੱਲ ਨਹੀਂ, ਇਹ ਹੁਣ ਕੰਮ ਕਰਨਾ ਹੈ। ਜਿਹੜਾ ਮਨ ਆ ਨਾ ਉਹ ਬਹੁਤ ਵਿਰਾਗਿਆ, ਤੇ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਮੈਂ ਉਹਦੇ ਚ ਵੀ ਇੱਕ ਗੱਲ ਕਹਿਣੀ ਚਾਹੁੰਦਾ ਵੀ ਦੇਖੋ, ਬੰਦਾ ਨਾ ਤਾਂ ਪੜ੍ਹਦਾ ਇਕੱਲਾ, ਖਾਸ ਤੌਰ ਤੇ ਕਰਦਾ ਨਾ ਬੰਦਾ ਬੋਲਦਾ ਇਕੱਲਾ। ਇਹ ਮਤਲਬ ਆਪਾਂ ਦੂਰ ਦੂਰ ਬੈਠੇ ਹਾਂ, ਬਹੁਤ ਚਿਰ ਤੋਂ ਆਪਾਂ ਇੱਕ ਦੂਜੇ ਨੂੰ ਵੇਖਿਆ ਵੀ ਨਹੀਂ, ਜੇ ਤੁਸੀਂ ਸਾਰੇ ਕਿਤੇ ਗਏ ਵੀ ਨਹੀਂ। ਇਹੀ ਸਾਡੀ ਸੰਗਤ ਹੈ, ਇਹ ਇੱਕ ਦੂਜੇ ਨੂੰ ਅਸੀਂ ਬਲ ਦਿੱਤਾ ਨਾ, ਅਸੀਂ ਇੱਕ ਦੂਜੇ ਨੂੰ ਚੱਕਿਆ। ਜੇ ਸੋ ਇਹੀ ਹੈ, ਇਹ ਮਤਲਬ ਇਹ ਸੰਗਤਾਂ ਜਿਹੜੀਆਂ ਜੁੜਦੀਆਂ ਰਹਿਣ ਤੇ ਆਈ ਜਿਹੜੇ ਸਾਡੇ ਉਹ ਚੱਲਦੇ ਰਹਿਣ। ਹੁਣ ਜੇ ਤੁਸੀਂ ਗਾ ਦਿਓ, ਜੋ ਵੀ ਗਾਓਗੇ ਉਹ ਵਧੀਆ ਹੀ ਹੋਊਗਾ, ਕਿਉਂਕਿ ਗਾਇਕੀ ਤੁਹਾਡੀ ਆਵਾਜ਼ ਵੀ ਬਹੁਤ ਤਕੜੀ ਹੈ, ਪਰ ਗਾਇਕੀ ਤੁਹਾਨੂੰ ਪਤਾ ਹੈ ਆਵਾਜ਼ਾਂ ਨਾਲ ਨਹੀਂ ਬਣਦੀ। ਗਾਇਕੀ ਤਾਂ ਜਿਹੜਾ ਅਰਧ ਹੈ ਉਹਦੇ ਨਾਲ ਹੀ ਆਉਂਦੀ ਹੈ। ਸੋ ਜੋ ਵੀ ਗਾਓਗੇ, ਜਿਹੜੇ ਵੀ ਚਿਰ ਬਾਅਦ ਗਾਓਗੇ ਉਹ ਵਧੀਆ ਹੀ ਹੋਊਗਾ। ਅੱਜ ਤਾਂ ਜਿਵੇਂ ਗਾਉਣਾ ਹੀ ਚਾਹੀਦਾ। ਥੋੜਾ ਜਿਹਾ ਸੁਣਾ ਦਿੰਦਾ ਵੀਰ ਜੀ, ਚਲੋ ਮੈਂ ਤੁਹਾਡਾ ਹੁਕਮ ਆ, ਪਰ ਬਹੁਤੀ ਜਾਨ ਹੁਣ ਗਾਉਣ ਚ ਰਹੀ ਨੀ, ਪਰ ਇੱਕ ਅੰਕਲ ਜੀ ਦਾ ਜਿਹੜਾ ਇੱਥਕ ਆ ਲਾਹੀ ਨਦਰ ਦੇ ਪਿੰਡ, ਉਹਦੀਆਂ ਮੈਨੂੰ ਥੋੜੀਆਂ ਜਿਹੀਆਂ ਲਾਈਨਾਂ ਯਾਦ ਨੇ, ਜੇ ਉਹ ਬਰਕਤ ਰਹੀ ਤੇ ਮੈਂ ਸੁਣਾ ਦਿੰਦਾ। ਉਹ ਹਾਂਜੀ ਹਾਂਜੀ, ਉਹ ਹੈ ਕਿ ਡੂੰਗ ਬਹਿਣ ਤੇ ਮੀਜਲਾ ਕਹੇ ਦਾਨਾ, ਆਖਰ ਸੁੱਕ ਹਰ ਨਦੀ ਨੇ ਜਾ ਬਣਾਏ, ਜਿੰਨਾ ਰੱਬ ਦੇ ਨਾਦ ਨੂੰ ਰੱਜ ਸੁਣਿਆ। ਕਦੇ ਉਹਨਾਂ ਬਿਗੋਰ ਸਮਾਵਣਾ, ਬੰਦਾ ਲਵੇ ਮਹਿਰਾਜ ਤੋਂ ਆਸਰਾ ਕਿਉਂ, ਜੇਕਰ ਖਾਕ ਨੂੰ ਅੰਤ ਬਣਾ ਬਣਾ ਮੰਤਕ ਦੀਨ ਤੇ ਕਰਮ ਦੇ ਰੰਗ ਖੁਰਨੇ, ਐਬਾ ਗੁਰੂ ਜੀ ਬਸ਼ਰ ਵੱਲ ਆਵਣਾ, ਮੈਨੂੰ ਇਹ ਯਾਦ ਆਈਆਂ ਲਾਈਨਾਂ, ਮੈਂ ਵੀ ਪੜ੍ਹਦਾ ਰਹਿੰਦਾ ਇਹਨਾਂ ਨੂੰ, ਉਹ ਕਦੇ ਕੋਈ ਚੀਜ਼ ਰਿਫਲੈਕਟ ਹੋ ਜਾਂਦੀ ਆ। ਮੈਂ ਤਾਂ ਤੁਹਾਨੂੰ ਸੁਣਦਾ ਸੀ, ਮੈਨੂੰ ਇਹ ਯਾਦ ਸੀ ਐਪਿਕ ਚੋ ਲਾਈਨਾਂ, ਉਹ ਗੁਰੂ ਸਾਹਿਬ ਜਦੋਂ ਸਤਲੁਜ ਦਰਿਆ ਪਾਰ ਕਰਦੇ ਆ ਤੇ ਉਹ ਮਰਦਾਨਾ ਉਹਨਾਂ ਵੱਲੋਂ ਉਹਨਾਂ ਨੂੰ ਇਹ ਸਵਾਲ ਕਰਦਾ, ਤੇ ਉਹ ਮੈਨੂੰ ਐਪਿਕ ਦੇ ਵਿੱਚੋਂ ਯਾਦ ਆਇਆ।
ਬੇਨਤੀ ਹੈ ਜੀ ਕਿ ਤੁਸੀਂ ਹਰ ਸੈਸ਼ਨ ਦੇ ਵਿੱਚ ਆਇਆ ਕਰੋ ਤੇ ਹਰ ਸੈਸ਼ਨ ਦੇ ਵਿੱਚ ਇੱਕ ਕਵਿਤਾ ਮਹਿਬੂਬ ਸਾਹਿਬ ਦੀ ਜ਼ਰੂਰ ਸੁਣਾਇਆ ਕਰੋ। ਸੋ ਇਹ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਸਾਡੇ ਸਾਰਿਆਂ ਤੇ। ਅੱਜ ਤਾਂ ਬਹੁਤ ਮੰਗ ਆਇਆ, ਅੱਜ ਤਾਂ ਜਿਵੇਂ ਹੋਣਾ ਚਾਹੀਦਾ ਸੀ ਉਵੇਂ ਸੀ। ਬਹੁਤ ਮਿਹਰਬਾਨੀ ਵੀਰ ਜੀ ਤੁਹਾਡੀ, ਅੱਜ ਤਾਂ ਬਿਲਕੁਲ ਆਵਾਜ਼ ਜਿੱਥੋਂ ਨਿਕਲਣੀ ਚਾਹੀਦੀ ਸੀ ਉੱਥੋਂ ਹੀ ਨਿਕਲੀ। ਹਾਂਜੀ ਬਸ ਏਦਾਂ ਹੀ ਆ ਵੀਰ ਜੀ, ਕੋਈ ਮਾਹੌਲ ਆਪਣੇ ਏਦਾਂ ਦਾ ਬਣ ਨਾ ਸਕਿਆ ਪੰਜਾਬ ਦੇ ਵਿੱਚ, ਤੇ ਫਿਰ ਐਵੇਂ ਹੀ ਉਸ ਤਰ੍ਹਾਂ ਦੀ ਗਾਇਕੀ ਵੱਲ ਨੂੰ ਜਾ ਨਾ ਹੋਇਆ, ਤੇ ਕੋਈ ਕੁਦਰਤ ਦੀ ਆਪਣੀ ਮਰਜ਼ੀ ਵੀ ਚੱਲ ਰਹੀ ਹੈ ਜਿੱਦਾਂ ਵੀ ਆ, ਪਰ ਤੁਸੀਂ ਗੱਲਾਂ ਬਹੁਤ ਜ਼ਿਆਦਾ ਅਨੁਭਵ ਵਾਲੀਆਂ ਕੀਤੀਆਂ, ਸਮੁੱਚੀ ਕੌਮ ਨੂੰ ਹੀ ਸੁਣਨ ਦੀ ਲੋੜ ਆ ਬੇਸਿਕਲੀ। ਅਮਰੀਕ ਸਿੰਘ ਵੀ ਬੈਠਾ ਆਪਣੇ ਕੋਲੇ, ਅਮਰੀਕ ਸੁਣਦੀ ਆਵਾਜ਼ ਤਾਂ ਤੁਸੀਂ ਵੀ ਗਾ ਕੇ ਸੁਣਾਓ ਕੁਛ ਮਹਿਬੂਬ ਸਾਹਿਬ ਦਾ। ਹਾਂਜੀ ਭਾਈ ਅਮਰੀਕ ਸਿੰਘ ਜੀ, ਮਾਈਕ ਔਨ ਕਰ ਲਓ ਤੁਸੀਂ ਆਪਦਾ, ਤੁਹਾਡਾ ਮਾਈਕ ਆਫ ਆ, ਤੇ ਕੁਛ ਗਾ ਕੇ ਜ਼ਰੂਰ ਸੁਣਾਓ ਜੀ। ਅਮਰੀਕ ਸਿੰਘ ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗਾਇਆ ਤੇ ਨਹੀਂ ਗਾਏਗਾ ਮੇਰੇ ਕੋਲ, ਮੇਰੇ ਖਿਆਲ ਜਿੰਨਾ ਸੋਹਣਾ ਸਰਤਾਜ ਜੀ ਨੇ ਗਾਇਆ ਵਾ ਉਹ ਪਹਿਲਾ ਤੇ ਆਖਰੀ ਹੋਣਾ ਚਾਹੀਦਾ ਵਾ ਇਸ ਸੈਸ਼ਨ ਦਾ। ਸਵਾਲ ਸੀ ਮੇਰਾ ਇੱਕ ਪ੍ਰੋਫੈਸਰ ਸਾਹਿਬ, ਤੇ ਮੈਂ ਖੇਤਾਂ ਚ ਆ ਰਿਹਾ ਸੀ ਪੈਦਲ ਤੁਹਾਨੂੰ ਸੁਣਦਾ ਸੁਣਦਾ, ਤੇ ਘਰ ਪਹੁੰਚਿਆ ਹੀ ਫਿਰ ਇਹ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤੇ ਇੱਕ ਸਵਾਲ ਹੈ ਉਹ ਮੈਂ ਜ਼ਰੂਰ ਕਰਨਾ ਚਾਹੁੰਦਾ, ਵੀ ਗੱਲਬਾਤ ਦੀ ਸ਼ੁਰੂਆਤ ਤੋਂ ਅਖੀਰ ਤੱਕ ਜਿਹੜਾ ਗੁਲਾਈ ਲਈ ਹੈ ਸਾਰੇ ਸਿੱਖ, ਤੁਹਾਡੀ ਗੱਲਬਾਤ ਨਹੀਂ ਉਹਦੇ 'ਚ ਸਿੱਖ ਹਿੰਸਾ ਦੀ ਗੱਲ ਲਗਾਤਾਰ ਜਿਹੜੀ ਚੱਲ ਰਹੀ ਹੈ ਮਹਿਬੂਬ ਸਾਹਿਬ ਦੇ ਕਾਵਿ 'ਚ, ਤਾਂ 84 'ਚ ਉਹਦਾ ਤੁਸੀਂ ਫੇਸ ਦੱਸਿਆ ਵਾ ਜਿਹੜਾ ਸਰਾਲ ਰੂਪ ਚਿੰਦਰਾ, ਤਾਂ ਮੇਰੇ ਸਵਾਲ ਉੱਠਿਆ ਸੀ ਮਨ 'ਚ ਕਿ 47 'ਚ ਅਸੀਂ ਉਹਦਾ ਫੇਸ ਜਿਹੜਾ ਵਾ ਜੇ ਸ਼ਨਾਖਤ ਕਰਨਾ ਹੋਏ ਵਿਅਕਤੀਗਤ ਰੂਪ 'ਚ ਤਾਂ ਉਹ ਕਿਹਦਾ ਨਾਂ ਲਵਾਂਗੇ, ਤਾਂ ਇਹ ਲਗਾਤਾਰ ਜਿਹੜੀ ਨਿੱਕੀ ਬਦੀ ਦੀ ਜਾਂ ਸਿੱਕੀ ਦੀ ਵਿਪਰਾ ਨਾਲ ਚੱਲ ਰਹੀ ਆ ਜੰਗ, ਹੁਣ ਇਸ ਵੇਲੇ ਕੰਟੈਂਪਰੇਰੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਲਗਾਤਾਰ, ਤੇ ਇੱਕ ਨਵਾਂ ਨੈਰੇਟਿਵ ਖੜਾ ਹੋ ਰਿਹਾ ਵਾ ਪੰਜਾਬ ਦੀ ਰਾਜਨੀਤਿਕ ਜਿਹੜਾ ਦ੍ਰਿਸ਼ ਆ ਉਹਦੇ ਵਿੱਚ, ਤਾਂ ਉਹਦੇ 'ਚ ਵੀ ਤੁਸੀਂ ਦੋ ਤਿੰਨ ਵਾਰ ਸ਼ੁਰੂਆਤ 'ਚ ਕੀਤਾ ਸੀਗਾ ਉਹਨੂੰ ਸਿੱਖ ਸਪਿਰਿਟ ਦਾ, ਸਿੱਖ ਮਾਰਸ਼ਲਟੀ ਦਾ ਜਿਹੜਾ ਸਰੂਪ ਹੈ ਉਹਨੂੰ ਟਾਰਗੇਟ ਕਰਦੇ ਨੇ ਜਦੋਂ ਵਿਪਰ, ਤਾਂ ਇਸ ਵੇਲੇ ਕੀ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਵਾ ਨਵਾਂ ਨੈਰੇਟਿਵ ਖੜਾ ਹੋ ਰਿਹਾ ਵਾ ਅਕੈਡਮੀ ਦੇ ਵਿੱਚ ਵੀ, ਮੀਡੀਆ ਦੇ ਥਰੂ, ਤਾਂ ਸਿਆਸਤ ਦੇ ਵਿੱਚ ਵੀ, ਹੁਣ ਇਸ ਬਾਰੇ ਜੋ ਬੀਜੇਪੀ ਨੇ ਤੁਸੀਂ ਆਪਾਂ ਦੇਖਦੇ ਹਾਂ ਕਿ ਨਵਾਂ ਇੱਕ ਏਜੰਡਾ ਨਵਾਂ ਨਾਰਾ ਦਿੱਤਾ ਆ, ਉਹ ਵੀ ਕਿ ਉਸ ਸਿੱਖ ਹਿੰਸਾ ਦਾ ਹੀ ਰੂਪ ਹੈ, ਜੇ ਉਹਦਾ ਹੀ ਰੂਪ ਹੈ ਤਾਂ ਉਹ ਜਿਹੜੇ ਸਿੱਖੀ ਦੇ ਵਿੱਚ ਹੀ ਪੈਨੀਟ੍ਰੇਟ ਕਰਕੇ ਜਿਹੜਾ, ਤਾਂ ਕਿਹੜੀਆਂ ਸਿੱਖ ਧਿਰਾਂ ਨੂੰ ਟਾਰਗੇਟ ਕਰਨ ਦਾ ਜਿਹੜਾ ਉਦੇਸ਼ ਆ, ਜੇ ਮੇਰਾ ਸਵਾਲ ਤੁਹਾਨੂੰ ਸਮਝ ਆ ਗਿਆ ਹੋਏ ਤੇ ਜੇ ਤੁਹਾਨੂੰ ਰੈਲੀਵੈਂਟ ਲੱਗੇ ਗੱਲਬਾਤ ਦੇ ਕੰਟੈਸਟ, ਤਾਂ ਮੈਂ ਚਾਹੁੰਦਾ ਕਿ ਤੁਸੀਂ ਜਵਾਬ ਦਿਓ ਇਹਦਾ। ਦੇਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ। ਦੇਖੋ ਜੇ ਗੱਲ ਮਹਿਬੂਬ ਸਾਹਿਬ ਦੇ ਕੰਟੈਕਸਟ 'ਚ ਕਰਨੀ ਹੈ, ਉਹਨਾਂ ਦੀਆਂ ਲਿਖਤਾਂ ਦੇ ਸੰਦਰਭ 'ਚ, ਫਿਰ ਜਿਹੜੇ ਇਤਿਹਾਸਿਕ ਪਾਤਰ ਆ ਉਹ ਬਹੁਤ ਛੋਟੇ ਆ। 47 ਵੇਲੇ ਜਿਹੜੀ ਹੋਣੀ ਨੂੰ ਸਿੱਖ ਆਏ ਆ ਉਹ 'ਚ ਮੋਹਨਦਾਸ ਗਾਂਧੀ ਦਾ ਨਾਂ ਲੈ ਸਕਦੇ ਹਾਂ, ਸਿੱਖਾਂ ਦੇ ਅੰਦਰ ਨੈਸ਼ਨਲਿਜ਼ਮ ਲਿਆਉਣ 'ਚ ਉਹਦੀ ਬਹੁਤ ਭੂਮਿਕਾ, ਪਰ ਮੈਂ ਉਧਰਲੇ ਪਾਸੇ ਜਾਣਾ ਨਹੀਂ ਚਾਹੁੰਦਾ। ਜਿਹੜੀ ਮਹਿਬੂਬ ਸਾਹਿਬ ਗੱਲ ਕਰ ਰਹੇ ਆ ਉਹ ਤਾਂ ਜਿਹੜੀ ਵਿਪਰ ਦੀ ਐਬਸਟਰੈਕਟ ਮੂਵਮੈਂਟ ਹੈ, ਸਰਾਲ ਆ ਜਿਹੜਾ ਉਹ ਵਿਪਰ ਹੈ, ਸਰਾਲ ਜਿਹੜੀ ਵਿਪਰ ਸਰਾਲ ਦੀ ਨੁਮਾਇੰਦਗੀ ਹੈ ਉਹ 1984 ਦੇ ਨਾਂ ਵਿੱਚ ਇੰਦਰਾ ਗਾਂਧੀ ਦੇ ਰਾਹੀਂ ਹੋਈ।
ਬੜੀ ਬਿਪਰਸਰਾਲ ਹੈ, ਉਹ ਤਾਂ ਸਰਕਦੀ ਲਗਾਤਾਰ ਆ ਰਹੀ ਹੈ ਸਿੱਖੀ ਦੇ ਨਾਲ। ਉਹ ਤਾਂ ਸਿੱਖ ਜਿਹੜੀ ਸਿੱਖ ਸਾਰੀ ਦੀ ਸਾਰੀ ਸਿੱਖ ਪਰੰਪਰਾ ਦੇ ਵਿੱਚ ਜਿਹੜੀ ਬਿਪਰਸਰਾਲ ਹੈ ਉਹ ਕਿਤੇ ਗਈ ਨਹੀਂ। ਸੋ ਮਹਿਬੂਬ ਸਾਹਿਬ ਤਾਂ ਜਿਹੜੀ ਵਿਪਰ ਦੀ ਐਬਸਟ੍ਰੈਕਟ ਮੂਵਮੈਂਟ ਆ ਨਾ, ਹਿਸਟੋਰੀਕਲ ਮੂਵਮੈਂਟ, ਉਹਦੇ ਉਹਦੀਆਂ ਸ਼ੇਡਸ ਕੀ ਆ, ਉਹਦੇ ਪੈਂਤੜੇ ਕਿਹੋ ਜਿਹੇ ਆ। ਜਿਵੇਂ ਆਹ ਲੈਣਾ ਪੜੋ ਦੁਬਾਰਾ, ਬੁੱਤ ਪੂਜਾ ਪਹਿਚਾਣ ਲਏ ਜੋ ਦਰਦ ਮੇਰੇ ਮਨ ਧੁੰਮਣ, ਅਜਬ ਬਰੀਕ ਸਾਜ਼ਿਸ਼ਾਂ ਮੇਰੀ ਸ਼ਾਰਗ ਨੇੜੇ ਘੁੰਮਣ। ਪਹਿਲੀ ਲਾਈਨ ਪੜੋ ਧਿਆਨ। ਉਹਨਾਂ ਨੇ ਪਹਿਲਾਂ ਤੁਹਾਡੀ ਸੈਂਸਿਟੀਵਿਟੀ ਨੂੰ ਆਈਡੈਂਟੀਫਾਈ ਕੀਤਾ, ਉਹਨਾਂ ਨੇ ਪਹਿਲਾਂ ਤੁਹਾਡੇ ਜਿਹੜਾ ਸਭ ਤੋਂ ਤੁਹਾਡਾ ਖੂਬਸੂਰਤ ਆਪਾ ਹੈ, ਜਿਹੜੇ ਤੁਹਾਡੇ ਅੰਦਰਲੇ ਦਰਦ ਹੈ, ਉਹਨਾਂ ਦੀ ਪਛਾਣ ਕੀਤੀ। ਉਦੋਂ ਬਾਅਦ ਤੁਹਾਡੀ ਸਭ ਤੋਂ ਵੱਡੀ ਸੈਂਸਿਟੀਵਿਟੀ ਨਾਲ ਉਹ ਪਲੇਅ ਕਰ ਰਹੇ ਹੈ। ਬੁੱਤ ਪੂਜਾ ਹੁਣ ਸਿੱਖਾਂ ਦੇ ਨਾਲ ਜਿਹੜਾ ਪਲੇਅ ਹੋਇਆ ਥਰੂ ਆਊਟ ਹਿਸਟਰੀ, ਅੱਜ ਕੱਲ੍ਹ ਖਾਸ ਕਰਕੇ, ਉਹ ਕੀ ਹੈ ਵੀ ਸਿੱਖਾਂ ਦੇ ਵਿੱਚ ਇੱਕ ਸੈਲਫਲੈਸ ਸੇਵਾ ਦੀ ਭਾਵਨਾ, ਤੇ ਕਿਸੇ ਧਿਰ ਦੇ ਅੰਦਰ ਵੈਰ ਭਾਵ, ਕਿਸੇ ਧਿਰ ਦੇ ਵਾਸਤੇ ਆਪਣੇ ਅੰਦਰ ਵੈਰ ਭਾਵ ਰੱਖਣ ਦੀ ਕੋਈ ਸਮਰੱਥਾ ਨਹੀਂ। ਸਿੱਖ ਜਿਹੜੀ ਦੁਸ਼ਮਣੀ ਵਾਲੀ ਖੁੰਦਕ ਹੈ ਉਹ ਪਾਲ ਨਹੀਂ ਸਕਦੇ, ਸਿੱਖਾਂ ਦੇ ਕਰੈਕਟਰ ਚ ਹੈ ਨਹੀਂ। ਹੁਣ ਹੈਗਾ ਤਾਂ ਇੱਕ ਕਮਾਲ ਦਾ ਗੁਣ, ਪਰ ਜਿਹੜੀਆਂ ਸਾਜ਼ਿਸ਼ਾਂ ਇੱਥੇ ਘੁੰਮ ਰਹੀਆਂ ਮੇਰੀ ਸ਼ਾਹਰਗ ਦੇ ਨੇੜੇ, ਉਹ ਪੈਦਾ ਹੋ ਰਹੀਆਂ, ਉਹ ਪਲ ਰਹੀਆਂ, ਕਿਉਂਕਿ ਉਹਨਾਂ ਨੇ ਮੇਰਾ ਦਰਦ ਪਛਾਣ ਲਿਆ। ਬੁੱਤ ਪੂਜਾ ਨੇ ਉਹ ਦਰਦ ਪਛਾਣ ਲਏ ਜਿਹੜੇ ਮੇਰੇ ਮਨ ਚ ਧੁੰਮ ਰਹੇ ਆ। ਬੁੱਤ ਪੂਜਾ ਪਹਿਚਾਣ ਲਏ ਜੋ ਦਰਦ ਮੇਰੇ ਮਨ ਧੁੰਮਣ, ਅਜਬ ਬਰੀਕ ਸਾਜ਼ਿਸ਼ਾਂ ਮੇਰੀ ਸ਼ਾਹਰਗ ਨੇੜੇ ਘੁੰਮਣ। ਸੋ ਗੱਲ ਇਤਿਹਾਸਕ ਐਕਟਰਾਂ ਦੀ ਜਾਂ ਕਿਸੇ ਇਤਿਹਾਸ ਦੇ ਮੋੜ ਦੀ ਕਰਨ ਦੀ ਨਹੀਂ, ਗੱਲ ਤਾਂ ਇਹ ਹੈ ਜੇ ਸਾਡਾ ਸਫ਼ਰ ਸਪਿਰਚੁਅਲ ਲੈਵਲ ਦਾ ਹੈ ਤੇ ਸਾਨੂੰ ਚੁਣੌਤੀਆਂ ਵੀ ਐਬਸਟ੍ਰੈਕਟ ਲੈਵਲ ਦੀਆਂ ਆ ਰਹੀਆਂ। ਜੇ ਅਸੀਂ ਸਪਿਰਿਟ ਦੇ ਲੈਵਲ ਤੇ ਐਕਟ ਕਰਨ ਵਾਲੀ ਕੌਮ ਹੈ, ਅਗਲੇ ਅਟੈਕ ਵੀ ਸਾਡੀ ਸਪਿਰਿਟ ਦੇ ਉੱਤੇ ਕਰ ਰਹੇ ਆ। ਸੋ ਅਟੈਕ ਉਹ ਕਿਹੜੇ ਐਕਟਰ ਰਾਹੀਂ ਹੁੰਦੇ? ਐਕਟਰ ਤਾਂ ਐਵੇਂ ਹੀ ਹੈ, ਮੋਦੀ ਰਾਹੀਂ ਹੁੰਦੇ ਆ, ਕੇਂਦਰਾ ਰਾਹੀਂ ਹੁੰਦੇ ਆ, ਕਿਸੇ ਹੋਰ ਰਾਹੀਂ ਹੁੰਦੇ ਆ, ਇਹ ਨਹੀਂ ਕੋਈ ਗੱਲ ਮਹਿਣਾ ਰੱਖਦੀ। ਵਿਪਰ ਨੂੰ ਜਿਵੇਂ ਜਿਸ ਤਰੀਕੇ ਨਾਲ ਸਹਿਜੇ ਰੇਟ ਖਾਲਸਾ ਦੇ ਵਿੱਚ ਇੱਕ ਪੂਰੀ ਕਿਤਾਬ ਲਿਖ ਕੇ ਵਿਪਰ ਸੰਸਕਾਰ ਦੇ ਉੱਤੇ ਮਹਿਬੂਬ ਸਾਹਿਬ ਨੇ ਵਿਪਰ ਦੀ ਵਿਆਖਿਆ ਕੀਤੀ ਹੈ, ਉਸ ਕੰਟੈਕਸਟ ਦੇ ਵਿੱਚ ਵਿਪਰ ਨੂੰ ਸਮਝੋ ਵੀ ਇਹ ਇੱਕ ਐਬਸਟ੍ਰੈਕਟ ਹਿਸਟੋਰੀਕਲ ਮੂਵਮੈਂਟ ਹੈ ਤੇ ਇਹ ਮੂਵਮੈਂਟ ਪੈਰਲਲ ਪ੍ਰੋਸੈਸ ਹੈ ਸਿੱਖੀ ਦੇ, ਤੇ ਇਹ ਪੈਰਲਲ ਜਿਵੇਂ ਨੇਕੀ ਦੇ ਨਾਲ ਬਦੀ ਚੱਲਦੀ ਹੈ, ਇਹ ਬਦੀ ਦਾ ਇੱਕ ਆਪਣਾ ਲੌਜਿਕ ਆ, ਇਹ ਗੱਲ ਕਰਾਈ ਹੈ। ਪਰ ਤੁਸੀਂ ਦੇਖੋ, ਮੇਰੀ ਗੱਲ ਸੁਣੋ, ਅੱਜ ਜਿਹੜੇ ਅਸੀਂ ਇਕੱਠੇ ਹੋਏ ਹਾਂ ਇਹ ਕੋਈ ਮਹਿਫਲ ਤਾਂ ਹੈ ਨਹੀਂ ਗੀ, ਤੁਹਾਡੀ ਜਿਹੜੀ ਆਵਾਜ਼ ਆ ਨਾ ਉਹਦੇ ਚ ਜਿਹੜੇ ਕਵਿਤਾ ਦੇ ਅਨੁਭਵ ਦੇ ਦਰਦ ਨੂੰ ਫੜਨ ਦੀ ਸਮਰੱਥਾ ਬੜੀ ਬੇਮਿਸਾਲ ਹੈ। ਸੋ ਤੁਸੀਂ ਕੋਈ ਨਾ ਕੋਈ ਲੈਣਾ ਮਹਿਬੂਬ ਸਾਹਿਬ ਦੀਆਂ ਸੁਣਾਓ, ਜਿਹੜੀਆਂ ਵੀ ਤੁਹਾਡੇ ਮਨ ਨੂੰ ਭਾਉਂਦੀਆਂ, ਕਿਉਂਕਿ ਮਹਿਬੂਬ ਸਾਹਿਬ ਦੀ ਸਿਫਤ ਇਹ ਹੈ ਵੀ ਜਿਹੜੀ ਸਾਰੀ ਦੀ ਸਾਰੀ ਕਵਿਤਾ ਹੈ ਉਹ ਜਿਹੜਾ ਪੰਥ ਦਾ ਦਰਦ ਹੈ ਉਹ ਉਹਦੀ ਕਿਸੇ ਨਾ ਕਿਸੇ ਡਾਇਮੈਂਸ਼ਨ ਨੂੰ ਕਿਤੋਂ ਨਾ ਕਿਤੋਂ ਛੋਹ ਰਹੀ ਹੈ। ਸੋ ਜਿੱਥੋਂ ਵੀ ਆਊਗੀ ਵਧੀਆ ਹੀ ਹੋਊਗੀ, ਕੋਈ ਸ਼ਹੀਦੀ ਅਰਦਾਸ ਜ਼ਰੂਰੀ ਨਹੀਂ, ਜਿੱਥੋਂ ਵੀ ਆਊਗੀ ਕੋਈ ਲੈਣਾ ਚੱਕ ਕੇ ਜਿਹੜੀਆਂ ਮਨ ਨੂੰ ਭਾਉਂਦੀਆਂ ਨਾ ਉਹ ਦੋ ਚਾਰ ਲੈਣਾ ਸੁਣਾਓ। ਇਹੀ ਸਭ ਤੋਂ ਅਹਿਮ ਗੱਲ ਹੈ, ਜਿਹੜਾ ਗਾਉਣਾ ਨਾ ਤੇ ਇਸ ਤਰ੍ਹਾਂ ਦੀ ਗਾਇਕੀ ਨੂੰ ਸੁਣਨਾ ਉਹ ਇੱਕ ਸਾਂਝੀ ਐਕਟੀਵਿਟੀ ਹੈ ਜਿਹੜੀ ਵਿਚਾਰ ਚਰਚਾ ਤੋਂ ਜ਼ਿਆਦਾ ਮੀਨਿੰਗਫੁੱਲ ਹੈ। ਵਿਚਾਰ ਚਰਚਾ ਨੂੰ ਆਪਾਂ ਡਿਸਕਾਰਡ ਨਹੀਂ ਕਰ ਸਕਦੇ, ਉਹ ਚੰਗੀ ਗੱਲ ਹੈ, ਪਰ ਇਹ ਹੋਰ ਲੈਵਲ ਦਾ ਐਕਸਪੀਰੀਅੰਸ ਹੈ ਗਾਇਕੀ 'ਚ ਸਾਨੂੰ ਲੈ ਜਾਂਦੀ ਹੈ। ਇਹ ਅਬੋਲ ਦੇ ਅਨੁਭਵ ਹੈ,
ਬੋਲਾਂ ਦੇ ਵਿੱਚ ਜਿਹੜਾ ਦਰਦ ਪਿਆ ਉਹਦੇ ਸਾਡੇ ਅੰਦਰਲੇ ਕਨੈਕਸ਼ਨ ਹੈ। ਸੋ ਇਹ ਸਿੱਖਾਂ ਦੇ ਵਿੱਚ ਖਾਸ ਤੌਰ 'ਤੇ ਸਿਫਤ ਹੈ, ਸਿੱਖ ਗਾਇਕਾਂ ਦੇ ਵਿੱਚ ਵੀ ਜਿਹੜਾ ਟੈਕਸਟ ਦਾ ਐਕਸਪੀਰੀਅੰਸ ਹੈ ਉਹ ਜਿਹੜੀਆਂ ਮਿਊਜ਼ੀਕਲ ਨੁਐਂਸਿਸ ਹੈ ਉਹਨਾਂ ਦੇ ਰਾਹੀਂ ਰਿਫਲੈਕਟ ਹੁੰਦਾ। ਇੱਕ ਵਾਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰੀ ਸਿੰਘ ਇੱਥੇ ਕੈਲੀਫੋਰਨੀਆ ਆਏ ਅਤੇ ਉਸ ਦਿਨ ਅਚਾਨਕ ਮੈਂ ਸਵੇਰੇ ਉੱਠਿਆ ਛੇਤੀ ਅਤੇ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਚਲਾ ਗਿਆ ਅਤੇ ਉਹ ਕਹਿੰਦੇ ਵੀ ਇਹ ਬਸੰਤ ਰੁੱਤ ਆਈ ਹੈ ਅਤੇ ਬਸੰਤ ਰਾਗ ਜਿਵੇਂ ਦਰਬਾਰ ਸਾਹਿਬ 'ਚ ਅਸੀਂ ਸ਼ੁਰੂ ਕਰਦੇ ਹਾਂ ਉਵੇਂ ਇੱਥੇ ਅਸੀਂ ਹੁਣ ਸ਼ੁਰੂ ਕਰਾਂਗੇ। ਅਤੇ ਉਹਨਾਂ ਨੇ ਕੀਤਾ ਬੜਾ ਕਮਾਲ, ਉੱਥੇ ਮਤਲਬ ਆਨੰਦ ਸੀ ਸੰਗਤ ਦੇ ਵਿੱਚ ਫਰੀਮਾਉਂਟ ਗੁਰਦੁਆਰੇ ਇੱਥੇ ਕੈਲੀਫੋਰਨੀਆ 'ਚ। ਅਤੇ ਬਾਅਦ 'ਚ ਲੰਗਰ 'ਚ ਆ ਗਏ ਅਤੇ ਮੈਂ ਜਾ ਕੇ ਫਤਿਹ ਬੁਲਾਈ ਅਤੇ ਉਹਨੂੰ ਪੁੱਛਣ ਲੱਗ ਗਿਆ ਕੁਛ ਦੱਸੋ। ਉਹ ਕਹਿੰਦੇ ਵੀ ਅਸੀਂ ਸ਼ਬਦ ਦਾ ਜਿਹੜਾ ਅਨੁਭਵ ਹੈ ਉਹਨੂੰ ਆਪਦੇ ਅੰਦਰ ਵਸਾ ਲੈਂਦੇ ਹਾਂ ਅਤੇ ਫਿਰ ਜਦੋਂ ਉਹਦਾ ਮਤਲਬ ਰੀਤ ਤਿਆਰ ਕਰਦੇ ਹਾਂ ਸ਼ਬਦ ਦਾ ਗਾਇਨ ਕਿਵੇਂ ਕਰਨਾ ਉਹ ਇਸ ਹਿਸਾਬ ਨਾਲ ਕਰਦੇ ਹਾਂ ਵੀ ਜਿਹੜਾ ਸ਼ਬਦ ਦਾ ਅਨੁਭਵ ਹੈ ਉਹ ਕੀਰਤਨ ਦੇ ਰਾਹੀਂ ਉਹ ਐਕਸਪ੍ਰੈਸ ਹੋਵੇ। ਜੇ ਇਹਦੀ ਸਭ ਤੋਂ ਉੱਤਮ ਮਿਸਾਲ ਵੇਖਣੀ ਹੈ ਉਹ ਭਾਈ ਸੰਤਾ ਸਿੰਘ ਦਾ ਕੀਰਤਨ ਹੈ। ਭਾਈ ਸੰਤਾ ਸਿੰਘ ਦੇ ਕੀਰਤਨ 'ਚ ਇੱਕ ਵੀ ਸ਼ਬਦ ਹੈ ਜਿਹੜਾ ਉਹ ਸਿੱਧਾ ਨਹੀਂ ਬੋਲਿਆ ਹੁੰਦਾ। ਜੇ ਇੱਕ ਤੁਕ ਹੈ ਨਾ ਉਹ ਇੱਕ ਤੁਕ ਦੇ ਵਿੱਚ ਜਿੰਨੇ ਸ਼ਬਦ ਆਉਂਦੇ ਆ ਉਹ ਇਕੱਲੇ ਇਕੱਲੇ ਦੇ ਵਿੱਚ ਕੋਈ ਇੰਟੈਂਸਿਟੀ ਭਰ ਰਹੇ ਆ, ਉਹ ਇਕੱਲੇ ਇਕੱਲੇ ਨੂੰ ਇਲਸਟ੍ਰੇਟ ਕਰ ਰਹੇ ਆ, ਉਹ ਰਾਗ ਦੇ ਰਾਹੀਂ ਗੁਰਬਾਣੀ ਦੀ ਵਿਆਖਿਆ ਕਰ ਰਹੇ ਆ। ਇਹ ਮਤਲਬ ਖਾਸ ਤੌਰ 'ਤੇ ਆ ਤੁਹਾਡੀ ਆਵਾਜ਼ ਦੇ ਵਿੱਚ ਵੀ ਜਿਹੜੀ ਮਹਿਬੂਬ ਸਾਹਿਬ ਨੂੰ ਗਾਉਣ ਦਾ ਉਹ ਸ਼ਿੱਦਤ ਆ ਉਹਨੂੰ ਬੜੀ ਕਮਾਲ ਆ। ਸੋ ਤੁਸੀਂ ਕੋਈ ਨਾ ਕੋਈ ਲਾਈਨਾਂ ਗਾਓ ਬਿਨਾਂ ਕੋਈ ਹੋਰ ਟਾਈਮ ਲਾਏ, ਫਿਰ ਆਪਾਂ ਗੱਲਾਂ ਵੀ ਕਰਾਂਗੇ, ਗੱਲਬਾਤ ਵੀ ਕਰਾਂਗੇ ਆਪਾਂ। ਮਾਈਕ ਆਫ ਹੈ ਤੁਹਾਡਾ, ਮਾਈਕ ਆਨ ਕਰੋ। ਦੋ ਦੋ ਮਾਈਏ ਵੀਰ ਜੀ ਸੁਣਾਵਾਂਗਾ ਮੈਂ। ਉਹਨਾਂ ਦਿਨਾਂ ਦੀ ਯਾਦ 'ਚ ਜਦੋਂ ਪੰਜਾਬ 'ਚ ਕਿਸੇ ਵੇਲੇ ਅਸੀਂ ਇਕੱਠੇ ਸੀਗੇ ਤੁਹਾਡੇ ਨਾਲ ਹੁੰਦੇ ਸੀ ਤਾਂ ਉਦੋਂ ਵੀ ਮੈਂ ਤੁਹਾਨੂੰ ਸੁਣਾਉਂਦਾ ਹੁੰਦਾ ਸੀ। ਅਸਲ 'ਚ ਤੁਸੀਂ ਹੀ ਉਹ ਸੁਣਾਉਂਦੇ ਹੁੰਦੇ ਸੀ ਉਦੋਂ, ਅਤੇ ਹੁਣ 2 ਦਹਾਕੇ ਲੰਘੇ ਆ, ਮੈਂ ਲਗਾਤਾਰ ਉਹਨਾਂ ਨੂੰ ਗਾਇਆ ਅਤੇ ਉਹ ਦੋ ਮਾਈਏ ਮੈਂ ਸੁਣਾਵਾਂਗਾ। ਗੱਲ ਤੋਰ ਬਹਾਰਾਂ ਦੀ ਪੰਡੜੇ ਸਤਲੁਜ ਦੇ ਜਿੰਦ ਸ਼ਾਹ ਸਰਦਾਰਾਂ ਦੀ ਕੰਡੜੇ ਸਤਲੁਜ ਦੇ ਜਿੰਦ ਵਿਕਦੀ ਚਨਾਵਾਂ ਤੇ ਜੀ ਤਰਸੇ ਨਾਏ ਉਹ ਕਿੰਨਾ ਠੰਡੀਆਂ ਹਵਾਵਾਂ ਤੇ ਜੀ ਤਰਸੇ ਨਾਏ ਗੱਲ ਤੋਰ ਬਹਾਰਾਂ ਦੀ ਕੰਡੜੇ ਸਤਲੁਜ ਦੇ ਜਿੰਦ ਸ਼ਾਹ ਸਰਦਾਰਾਂ ਦੀ ਕੰਡੜੇ ਸਤਲੁਜ ਦੇ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਹੁਤ ਮਿਹਰਬਾਨੀ। ਹੁਣ ਮੈਂ ਵੱਖੋ ਵੰਡ ਰਿਹਾ ਵੀਰ ਜੀ ਤੁਹਾਡੇ ਨਾਲੋਂ, ਉਹ ਸਵਾਲ ਮੈਂ ਦੁਬਾਰਾ ਥੋੜਾ ਕਲੀਅਰ ਕਰਨਾ ਚਾਹਾਂਗਾ ਉਹਨੂੰ, ਆਪਣੇ ਸਵਾਲ ਨੂੰ ਜਿਹੜਾ ਮੈਂ ਕਰਨਾ ਚਾਹ ਰਿਹਾ ਸੀ, ਕਿਉਂਕਿ ਜਿੰਨੇ ਵੀ ਸੱਜਣ ਸੁਣ ਰਹੇ ਆ ਮੈਂ ਚਾਹੁੰਦਾ ਕਿ ਉਹਦੇ ਬਾਰੇ ਥੋੜਾ ਵਿਚਾਰਿਆ ਜਾਵੇ ਤਾਂ ਅੱਗੋਂ ਅੱਗੇ ਤੋਂ ਜਿਹੜੀਆਂ ਆਪਣੀ ਸੰਕਟ ਬੈਠਣੀ ਹੈ ਉਹਦੇ 'ਚ ਵੀ ਜੇ ਉਸ ਸਵਾਲ ਨੂੰ ਮੁਖਾਤਬ ਹੋਇਆ ਜਾਵੇ ਤਾਂ ਬਹੁਤ ਚੰਗਾ ਆ ਮੇਰੇ ਖਿਆਲ 'ਚ। ਤਾਂ ਮੈਂ ਕਹਿਣਾ ਮੈਂ ਇਹ ਚਾਹ ਰਿਹਾ ਸੀ ਵੀ ਇਹ ਸਿੱਖ ਦਰਦ ਜਿਹੜਾ ਵਾ ਉਹਨੂੰ ਜਿਹੜੇ ਜੀ ਰਹੇ ਆ ਲੋਕ ਗਰਾਊਂਡ ਤੇ ਸਾਰੀ ਦੁਨੀਆਂ 'ਚ, ਕਿਉਂਕਿ ਸਿੱਖੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਥੋੜ੍ਹਾ ਇੰਟਲੈਕਚੁਅਲ ਫੋਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਲੋਕ ਜਿਹੜੇ ਇੰਟਰੋਡਿਊਸ ਹੋ ਗਏ ਆ ਉਹਨਾਂ ਨਾਲ ਹੀ ਸਿੱਖ ਆਪਸ 'ਚ ਉਲਝ ਪੈਂਦੇ ਆ ਜਦੋਂ ਕੋਈ ਜਿਹੜਾ ਸਿੱਖੀ ਦਾ ਮਸਲਾ ਉੱਠਦਾ ਵਾ, ਤਾਂ ਫਿਰ ਉਹ ਬੜਾ ਹੈਰਾਨ ਹੋਈਦਾ ਕਿ ਇਹ ਮਤਲਬ ਸਿੱਖ ਸਰੂਪ 'ਚ ਲੋਕ ਜਿਹੜੇ ਆ ਖੁਦ ਨੂੰ ਸਿੱਖ ਕਲੇਮ ਕਰਦੇ ਆ, ਪਿਛੋਕੜ ਚਾਹੇ ਉਹ ਕਿਤੋਂ ਵੀ ਹੋਵੇ ਜਦੋਂ ਆ ਗਏ ਆ
ਤਾਂ ਫਿਰ ਸਾਨੂੰ ਉਹਨਾਂ ਨੂੰ ਸਿੱਖ ਹੀ ਮੰਨਣਾ ਪੈਂਦਾ। ਤੇ ਜਿਵੇਂ ਹੁਣ ਕਿਸਾਨ ਮੋਰਚਾ ਲੈ ਲਓ ਜਾਂ ਹੋਰ ਵੀ ਇੱਦਾਂ ਦੇ ਜਦੋਂ ਇੰਸੀਡੈਂਟ ਆਉਂਦੀਆਂ ਨੇ ਤਾਂ ਉਹ ਮਹਿਬੂਬ ਸਾਹਿਬ ਨੇ ਜਿਹੜਾ ਇੱਕ ਥੋੜ੍ਹਾ ਬਹੁਤਾ ਹੁਣ ਸਾਨੂੰ ਸਾਫ਼ ਨਜ਼ਰ ਆਉਣਾ ਸ਼ੁਰੂ ਹੋਇਆ ਵਾ ਲਗਾਤਾਰ ਪਿਛਲੇ 10-20 ਸਾਲਾਂ 'ਚ, ਤਾਂ ਉਸ ਅਕੀਦੇ ਦੇ ਉਸ ਰਾਹ ਦੇ ਉਹ ਖਿਲਾਫ਼ ਪੁਜੀਸ਼ਨਾਂ ਲੈ ਜਾਂਦੇ ਨੇ ਉਹ ਆਪਣੇ ਜਿਹੜੇ ਸੱਜਣ ਨੇ, ਚਾਹੇ ਉਹ ਕਾਮਰੇਡਾਂ 'ਚੋਂ ਆਏ ਨੇ ਚਾਹੇ ਉਹ ਦਲਿਤ ਭਾਈਚਾਰੇ 'ਚੋਂ ਆਪਣੇ ਆਏ ਨੇ। ਤਾਂ ਇਹ ਜਾਤੀਗਤ ਜਿਹੜੇ ਸਰਕਾਰਾਂ ਨੂੰ ਲੈ ਕੇ ਅਸੀਂ ਦੇਖਦੇ ਹਾਂ ਕਿ ਆਪਸ 'ਚ ਖਿੱਚੋਤਾਣ ਵੱਧ ਜਾਂਦੀ ਹੈ। ਤਾਂ ਇਹ ਮੈਂ ਇਹ ਪੁੱਛਣਾ ਚਾਹ ਰਿਹਾ ਸੀ ਤੁਹਾਨੂੰ ਕਿ ਸਿੱਖ ਦਰਦ ਨੂੰ, ਜਿਹੜੇ ਦਰਦ ਦੀ ਸ਼ਨਾਖਤ ਜਿਵੇਂ ਖਾਲਸ ਕੁਦਰਤ ਦੀ ਗੱਲ ਮਹਿਬੂਬ ਸਾਹਿਬ ਕਰਦੇ ਆ, ਤਾਂ ਉਹ ਜਿਹੜਾ ਅਸਲ ਖਾਲਸ ਦਰਦ ਆ ਸਾਡਾ, ਜਿਹੜਾ ਕਿ ਸਮਿਆਂ ਦੇ ਜਿਹੜੇ ਨਵੇਂ ਉਤਾਰ ਚੜ੍ਹਾਅ ਆਉਂਦੇ ਆ ਉਹਦੇ 'ਚ ਉਹ ਗੁੰਮਰਾਹ ਨਹੀਂ ਹੁੰਦਾ ਜਾਤੀ ਸਰਕਾਰਾਂ ਤੋਂ ਜਾਂ ਕੋਈ ਹੋਰ ਦੁਨਿਆਵੀ ਸਰਕਾਰਾਂ ਤੋਂ, ਕੋਈ ਆਪਣੇ ਆਪ ਨੂੰ ਸ਼ੁੱਧ ਹੀ ਰੱਖਦਾ ਵਾ। ਤਾਂ ਉਸ ਦਰਦ ਦੀ ਤਰਜਮਾਨੀ ਕਰਨ ਵਾਲੀ ਇਸ ਵੇਲੇ ਪੰਜਾਬ ਦੀ ਜਿਹੜੀ ਆ ਫਿਜ਼ਾ ਆ ਜਾਂ ਪੰਜਾਬ ਦੀ ਸਰਜਮੀ ਹੈ, ਇੱਥੇ ਕਿਹੜੀ ਧਿਰ ਆ ਉਹ, ਕਿਹੜੀ ਧਿਰ ਤੋਂ ਮੇਰਾ ਮਤਲਬ ਆ ਕਿ ਉਹ ਕਿਹੜੀ ਅਕਾਡਮਿਕ ਜਾਂ ਇੰਟਲੈਕਚੁਅਲ ਉਹ ਜਿਹੜੀ ਹੋਮ ਹੈ, ਕਿਉਂਕਿ ਕਈ ਧਰਾਵਾਂ ਚੱਲ ਰਹੀਆਂ ਨੇ ਲਗਾਤਾਰ। ਤੇ ਜਿਹੜੇ ਵਿਪਰਾਂ ਹੱਥੋਂ ਗੁੰਮਰਾਹ ਹੋ ਕੇ ਸਿੱਖ ਵਿੱਚ, ਕਿਉਂਕਿ ਵਿਪਰ ਤਾਂ ਸਰਵ ਵਿਆਪਕ ਆ ਨਾ ਸੱਚ ਵਾਂਗੂ, ਸਿੱਖ 'ਚ ਵੀ ਹੈਗਾ, ਤਾਂ ਉਹ ਕਿਸ ਤਰ੍ਹਾਂ ਦੇ ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਸਿੱਖ ਸਰੂਪ ਹੈਗੇ ਆ ਜਿਹੜੇ ਮਤਲਬ ਇਸ ਵੇਲੇ ਵਿਪਰ ਦਾ ਹਿੱਸਾ ਬਣ ਸਕਦੇ ਆ ਫਿਊਚਰ 'ਚ ਜਾਂ ਵਰਤਮਾਨ 'ਚ। ਇਹ ਜਿਹੜੀ ਹੈ ਮੈਨੂੰ ਲੱਗਦਾ ਆ ਕਿ ਇਹ ਸਮਾਂ ਆ ਗਿਆ ਕਿ ਪੂਰੀ ਸ਼ਿੱਦਤ ਨਾਲ ਤਾਂ ਪੂਰੇ ਫਿਕਰ ਦੇ ਨਾਲ ਜਿਹੜਾ ਹੰਘਾਲਿਆ ਜਾਵੇ ਆਪਣੇ ਸਿੱਖ ਸਮਾਜ ਨੂੰ, ਖਾਸ ਕਰ ਜਿਹੜੇ ਮੀਡੀਆ 'ਚ ਅਕੈਡਮੀ 'ਚ ਸਰਗਰਮ ਜਿਹੜੇ ਆਪਣੇ ਸਿੱਖ ਸ਼ਖਸੀਅਤਾਂ ਨੇ। ਮੈਂ ਸਮਝ ਗਿਆ, ਵੇਖੋ 8ਵੇਂ ਪਾਤਸ਼ਾਹ ਦੀ ਇੱਕ ਸਾਖੀ ਹੈ ਵੀ ਪੰਡਿਤ ਆਉਂਦਾ ਤੇ ਉਹ ਆਪਣੀ ਵਿਰਵਤਾ ਦਾ ਰੋਹਬ ਜਮਾਉਣ ਦੀ ਕੋਸ਼ਿਸ਼ ਕਰਦਾ, ਔਖੇ ਔਖੇ ਸਵਾਲ ਪੈਦਾ ਕਰਦਾ, ਤੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਕ ਗੂੰਗੇ ਤੋਂ ਗੀਤਾ ਦੇ ਅਰਥ ਕਰਵਾਉਂਦੇ ਆ। ਇਸੇ ਗੱਲ 'ਚ ਹੀ ਸਾਰਾ ਭੇਤ ਆ। ਜਿਹੜੇ ਜਾਤੀ ਗਰੁੱਪ ਹੈ ਵੱਖੋ ਵੱਖਰੇ, ਸਿੱਖੀ ਚਾਹੇ ਕਿਸੇ 'ਚ ਕੱਖ ਨਹੀਂ, ਸਿੱਖੀ ਦੀ ਬਖਸ਼ਿਸ਼ ਹੈ ਉਹ ਗੁਰੂ ਨੇ ਕਰਨੀ ਹੈ, ਕਦੋਂ ਕਿਹਦੇ 'ਤੇ ਹੋ ਜਾਣੀ ਹੈ ਆਪਾਂ ਨੂੰ ਪਤਾ ਨਹੀਂ, ਜਿਹਦੇ 'ਤੇ ਹੋ ਜਾਣੀ ਹੈ ਉਸੇ 'ਚੋਂ ਹੀ ਜਿਹੜਾ ਕੋਈ ਨਾ ਕੋਈ ਇਤਿਹਾਸਕ ਰੰਗ ਹੈ ਉਹ ਜਾਗ ਪੈਣਾ। ਪੂਰੇ ਦਾ ਪੂਰਾ ਸਿੱਖ ਇਤਿਹਾਸ ਆ ਜਿਹੜਾ ਉਹ ਇਸ ਗੱਲ ਦਾ ਗਵਾਹ ਹੈ। ਬ੍ਰਾਹਮਣਾਂ ਨੂੰ ਇਸ ਗੱਲ 'ਤੇ ਬਹੁਤ ਮਾਣ ਸੀ, ਜਿਹੜੀਆਂ ਬ੍ਰਾਹਮਣਾਂ ਦੇ ਮੁਤਾਬਕ ਨੀਵੀਆਂ ਜਾਤਾਂ ਸੀ ਉਹਨਾਂ ਨੂੰ ਇਸ ਪੱਧਰ ਤੱਕ ਉਹਨਾਂ ਨੇ ਡੋਮੈਸਟੀਕੇਟ ਕਰ ਲਿਆ ਸੀ ਵੀ ਉਹਨਾਂ 'ਚੋਂ ਕੋਈ ਰਜਿਸਟੈਂਸ ਉੱਠ ਨਹੀਂ ਸੀ ਸਕਦੀ। ਅਤੇ ਇਹ ਗੱਲ ਇੰਡੀਅਨ ਕੰਟੈਕਸਟ ਦੇ ਵਿੱਚ ਅੱਜ ਵੀ ਠੀਕ ਹੈ। ਜਿਹੜਾ ਇੰਡੀਆ ਦਾ ਦਲਿਤ ਹੈ ਉਹਨੂੰ 30-40 ਸਾਲ ਪਹਿਲਾਂ ਔਰਗੇਨਾਈਜ਼ ਹੋ ਕੇ ਇੰਡੀਅਨ ਅਸਟੈਬਲਿਸ਼ਮੈਂਟ ਦੇ ਖਿਲਾਫ ਘੱਟੋ ਘੱਟ 30-40 ਸਾਲ ਪਹਿਲਾਂ ਉਹਨੂੰ ਬਗਾਵਤ ਕਰ ਦੇਣੀ ਚਾਹੀਦੀ ਸੀ ਅਤੇ ਉਹਨੂੰ ਮਤਲਬ ਆਪਦੀ ਡਿਗਨਿਟੀ ਅਤੇ ਆਪਦੇ ਹਰ ਤਰ੍ਹਾਂ ਦੇ ਹੱਕ ਜਿਹੜੇ ਆ ਉਹਨਾਂ ਲਈ ਲੜਨਾ ਚਾਹੀਦਾ ਸੀ, ਪਰ ਉਹ ਰਜਿਸਟੈਂਸ ਨਹੀਂ ਉੱਠੀ। ਪੰਜਾਬ ਦੇ ਵਿੱਚ ਜਿਹੜਾ ਸਿੱਖ ਕੇਸ ਹੈ ਉਹ ਵੱਖਰਾ ਹੈ। ਸਿੱਖ ਇਤਿਹਾਸ ਪੁਰਾਣਾ ਅਤੇ ਸਿੱਖ ਇਤਿਹਾਸ ਨਵਾਂ ਉਹ ਇਸ ਗੱਲ ਦਾ ਗਵਾਹ ਹੈ ਕਿ ਬੰਦੇ ਦੇ ਅੰਦਰ ਸਿੱਖੀ ਦਾ ਜਾਗਣਾ ਉਹ ਸਾਰਾ ਕੁਛ ਹੈ, ਹੋਰ ਕਿਸੇ ਗੱਲ ਦਾ ਕੋਈ ਮਤਲਬ ਨਹੀਂ। ਹੁਣ ਤੁਸੀਂ ਗੱਲ ਛੇੜ ਹੀ ਲਈ ਹੈ ਤੇ ਮੈਂ ਤੁਹਾਨੂੰ ਮਿਸਾਲ ਵੀ ਦਿੰਦਾ। ਜੇ ਸਾਡੀ 84 ਦੇ ਹਮਲੇ ਤੋਂ ਬਾਅਦ ਜੇ ਸਾਡੀ ਕੌਮ ਨੂੰ, ਜੇ ਸਾਡੀ ਪੱਗ ਕਿਸੇ ਗੱਲ ਨੇ ਸਿਰ ਤੇ ਰੱਖੀ ਹੈ ਤੇ ਉਹ ਇੰਦਰਾ ਗਾਂਧੀ ਵਾਲੇ ਕੰਮ ਨੇ ਰੱਖੀ ਹੈ। ਇੰਦਰਾ ਗਾਂਧੀ ਵਾਲਾ ਕੰਮ ਕੀਤਾ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ, ਪਰ ਐਕਸ਼ਨ ਉਹ ਭਾਈ ਕੇਹਰ ਸਿੰਘ ਦਾ ਹੀ ਹੈ। ਭਾਈ ਕੇਹਰ ਸਿੰਘ ਐਕਸ਼ਨ ਕਰਵਾ ਗਏ। ਹੁਣ ਇਹ ਵੀਡੀਓ ਜਿਹੜੀ ਹੈ ਭਾਈ ਸਤਵੰਤ ਸਿੰਘ ਦੇ ਦੋਸਤ ਦੀ, ਉਹ ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਸੁਣੀ ਹੋਣੀ ਹੈ, ਪਰ ਮੈਂ ਉਹਦੀਆਂ ਕੁਛ ਗੱਲਾਂ ਦੁਹਰਾਉਣੀਆਂ ਚਾਹੁੰਦਾ ਵੀ ਭਾਈ ਕੇਹਰ ਸਿੰਘ ਜਿਹੜੇ ਸੀ ਉਹ ਬਹੁਤ ਡੂੰਘੇ ਪੱਧਰ 'ਤੇ ਸਿੱਖੀ ਨਾਲ ਜੁੜੇ ਹੋਏ ਸੀ। ਭਾਈ ਬੇਅੰਤ ਸਿੰਘ ਜਿਹੜੇ ਸੀ ਉਹ
ਬਾਹਰੀ ਤੌਰ ਤੇ ਧਾਰਮਿਕ ਨਹੀਂ ਸੀ, ਅੰਦਰ ਸਿੱਖੀ ਨਾਲ ਡੂੰਘਾ ਕਨੈਕਸ਼ਨ ਹੈਗਾ ਵੀ ਸੀ। ਸੋ ਜਦੋਂ ਭਾਈ ਬੇਅੰਤ ਸਿੰਘ ਨੇ ਨੂੰ ਘਰੇ ਸੱਦ ਕੇ ਭਾਈ ਕੇਰ ਸਿੰਘ ਨੇ ਕਿਹਾ ਬਈ ਗੁਰਦੁਆਰਾ ਬੰਗਲਾ ਸਾਹਿਬ ਬਾਜ਼ ਆਇਆ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੁਨੇਹਾ, ਤੇ ਤੂੰ ਇੰਦਰਾ ਗਾਂਧੀ ਦੀ ਸਿਕਿਉਰਿਟੀ 'ਚ ਹੈ, ਤੂੰ ਹੁਣੇ ਕੰਮ ਕਰ ਦੇ। ਭਾਈ ਬੇਅੰਤ ਸਿੰਘ ਨੇ ਜਵਾਬ ਦਿੱਤਾ ਵੀ ਉਹ ਤਾਂ ਪੰਛੀ ਆ, ਉਹ ਕਿਤੇ ਵੀ ਆਜੂਗਾ। ਭਾਈ ਕੇਰ ਸਿੰਘ ਕਹਿੰਦੇ ਤੂੰ ਪੰਛੀ ਕਦੇ ਮਨੁੱਖਾਂ 'ਚ ਬੈਠਾ ਪਹਿਲਾਂ ਵੇਖਿਆ? ਉਹ ਕਹਿੰਦੇ ਨਹੀਂ। ਭਾਈ ਕੇਰ ਸਿੰਘ ਕਹਿੰਦੇ ਫਿਰ ਹੁਣੇ ਕੀ ਕਰਦਾ ਬੰਦਿਆਂ 'ਚ ਬੈਠਾ? ਪੰਛੀ ਕਰੇ ਬੰਦਿਆਂ 'ਚ ਬਹਿੰਦਾ ਹੈ, ਹੁਣੇ ਕੀ ਕਰ ਰਿਹਾ? ਭਾਈ ਬੇਅੰਤ ਸਿੰਘ ਦੇ ਅੰਦਰ ਗੱਲ ਜਿਹੜੀ ਹੈ ਉਹ ਜਾਣੀ ਸ਼ੁਰੂ ਹੋ ਗਈ, ਪਰ ਉਹ ਕਹਿੰਦੇ ਵੀ ਮੈਂ ਜਾਂਦੇ ਜਾਂਦੇ ਨੇ ਇਹੀ ਕਿਹਾ ਆਪਦੇ ਮਨ 'ਚ ਵੀ ਕੱਲ੍ਹ ਨੂੰ ਇੰਦਰਾ ਗਾਂਧੀ ਦੇ ਘਰੇ ਆਵਾਜ਼ ਆਊਗਾ ਤੇ ਫਿਰ ਮੈਂ ਮੰਨੂਗਾ। ਤੇ ਅਗਲੇ ਦਿਨ ਇੰਦਰਾ ਗਾਂਧੀ ਦੇ ਘਰੇ ਆਵਾਜ਼ ਆ ਗਿਆ, ਤੇ ਜਦੋਂ ਭਾਈ ਬੇਅੰਤ ਸਿੰਘ ਨੇ ਬਾਜ਼ ਵੇਖਿਆ ਉਹ ਕਹਿੰਦੇ ਵੀ ਜੇ ਬਾਜ਼ ਮੇਰੇ ਕੋਲੇ ਆਊਗਾ ਫਿਰ ਮੈਂ ਮੰਨੂੰਗਾ। ਤੇ ਜਿਹੜਾ ਬਾਜ਼ ਸੀ ਉਹ ਭਾਈ ਬੇਅੰਤ ਸਿੰਘ ਕੋਲੇ ਆ ਗਿਆ, ਤੇ 5 ਵਜੇ ਆਪਦੇ ਕੰਮ ਤੋਂ ਵਿਹਲੇ ਹੋਣ ਤੋਂ ਬਾਅਦ ਭਾਈ ਬੇਅੰਤ ਸਿੰਘ ਭੱਜ ਲਏ ਸਿੱਧੇ ਭਾਈ ਕੇਰ ਸਿੰਘ ਦੇ ਘਰੇ। ਉਹ ਕਹਿੰਦੇ ਵੀ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਤੇ ਬਸ ਫੈਸਲਾ ਹੋ ਗਿਆ ਕੰਮ ਕਰਨਾ, ਪਰ ਮੈਂ ਇਕੱਲਾ ਨਹੀਂ ਕਰ ਸਕਦਾ, ਇੱਕ ਬੰਦਾ ਚਾਹੀਦਾ ਨਾਲ, ਮੇਰੇ ਕੋਲ ਤਾਂ ਰਿਵੋਲਵਰ ਆ, 6 ਗੋਲੀਆਂ, ਇੱਕ ਬੰਦਾ ਚਾਹੀਦਾ ਕਾਰਬਾਈਨ ਵਾਲਾ ਜਿਹੜਾ ਕੋਂਸਟੇਬਲ ਹੋਊਗਾ ਤੇ ਉਹ ਨਾਲ ਹੋਵੇ। 19 ਸਾਲ ਦੇ ਇੱਕ ਪਹਿਲਵਾਨ ਸਤਵੰਤ ਸਿੰਘ ਦੀ ਦਾ ਚਿਹਰਾ ਮੋਹਰਾ ਵੇਖ ਕੇ ਇਹਨਾਂ ਦੋਵਾਂ ਨੇ ਫੈਸਲਾ ਕਰ ਲਿਆ ਵੀ ਆਹ ਬੰਦਾ ਨਿਭੂਗਾ ਆਪਣੇ ਨਾਲ। ਤੇ ਇਹ ਜਿਹੜੇ ਚਿਹਰੇ ਵੇਖ ਕੇ ਫੈਸਲੇ ਹੋਣੇ ਆ, ਇਹ ਮਤਲਬ ਦੁਨਿਆਵੀ ਅਨੁਭਵ ਥੋੜੋ ਆ, ਬੰਦਿਆਂ ਦਾ ਕੋਈ ਕਨੈਕਸ਼ਨ ਹੈ ਕਿਸੇ ਲੈਵਲ ਤੇ, ਏਡਾ ਵੱਡਾ ਕੰਮ ਹੋਣ ਜਾ ਰਿਹਾ ਕਿਸੇ ਗਲਤ ਬੰਦੇ ਨਾਲ ਗੱਲ ਸਾਂਝੀ ਕਰਕੇ ਉਹ ਆਪਦੀਆਂ ਜਾਨਾਂ ਨੂੰ ਖਤਰੇ 'ਚ ਪਾ ਸਕਦੇ ਸੀ ਤੇ ਕੰਮ ਰਹਿ ਸਕਦਾ ਸੀ। ਉਹਨਾਂ ਨੇ ਜਾ ਕੇ ਭਾਈ ਸਤਵੰਤ ਸਿੰਘ ਨੂੰ ਕਿਹਾ ਵੀ ਕੰਮ ਕਰਨਾ ਤੇ ਤੇਰੀ ਡਿਊਟੀ ਬਾਹਰ ਹੈ, ਜੇ ਤੇਰੀ ਡਿਊਟੀ ਅੰਦਰ ਲਵਾ ਦੇਈਏ ਤੇ ਤੂੰ ਸਾਥ ਦੇਵੇਂਗਾ? ਉਹ ਕਹਿੰਦਾ ਤੁਸੀਂ ਸਾਥ ਦੇਣ ਦੀ ਗੱਲ ਕਰਦੇ ਆ, ਮੈਂ ਇਕੱਲਾ ਹੀ ਚੱਕ ਦੂੰ, ਤੁਸੀਂ ਡਿਊਟੀ ਲਵਾਓ। ਮਤਲਬ ਉਹ ਦਿਨ ਆ ਗਿਆ, ਪਹਿਲਾਂ ਸਾਰੇ ਅੰਮ੍ਰਿਤਸਰ ਗਏ, ਅਕਾਲ ਤਖ਼ਤ ਸਾਹਿਬ ਗਏ, ਭਾਈ ਬੇਅੰਤ ਸਿੰਘ, ਕੇਰ ਸਿੰਘ, ਭਾਈ ਸਤਵੰਤ ਸਿੰਘ ਉੱਥੇ ਨਹੀਂ ਪਹੁੰਚ ਸਕੇ, ਇਹ ਵਾਪਸ ਆ ਗਏ। ਬੰਦਾ ਮਨ ਬਦਲ ਗਿਆ ਤੇ ਉਹਦੇ ਬਿਨਾਂ ਕੰਮ ਹੋਣਾ ਨਹੀਂ। ਤੇ ਇਹ ਬੈਠੇ ਵਿਰਾਗੇ ਮਨ ਨਾਲ ਉੱਥੇ ਘਰੇ ਬੈਠੇ ਸੀ ਦੋਨੇ ਜਾਣੇ, ਤੇ ਸਤਵੰਤ ਸਿੰਘ ਆ ਗਿਆ। ਉਹ ਕਹਿੰਦਾ ਦੱਸੋ 25 ਤਰੀਕ ਦੀ ਇਹ ਗੱਲ ਹੈ, ਤੇ 6 ਦਿਨਾਂ ਬਾਅਦ ਕੰਮ ਹੋ ਗਿਆ। ਹੁਣ ਇਹ ਜਿਹੜੀਆਂ ਜਿਹੜੇ ਕੌਨਫਲਿਕਟ ਹੈ ਸੋਸ਼ਲ, ਉਹ ਸੋਸਾਇਟੀ 'ਚ ਬਹੁਤ ਤਰ੍ਹਾਂ ਦੇ ਚੱਲਦੇ ਰਹਿੰਦੇ ਆ। ਬਹੁਤ ਸਾਰੇ ਮਸਲਿਆਂ 'ਚ ਬਹੁਤ ਸਾਰੀਆਂ ਧਿਰਾਂ ਗਲਤ ਹੁੰਦੀਆਂ, ਕੋਈ ਠੀਕ ਹੁੰਦੀਆਂ। ਜਿੱਥੇ ਸਿੱਖੀ ਆ ਜਾਂਦੀ ਹੈ ਇਹ ਗੱਲਾਂ ਕੋਈ ਮਾਇਨਾ ਨਹੀਂ ਰੱਖਦੀਆਂ। ਜਿਹਦੇ ਅੰਦਰ ਗੁਰੂ ਦਾ ਰੰਗ ਜਾਗ ਪਿਆ ਉਹ ਸਿੱਖ ਹੈ, ਉਹ ਹੋਰ ਕੁਛ ਨਹੀਂ ਗਾ, ਉਹਦੀ ਕੋਈ ਜਾਤ ਨਹੀਂ ਗੀ, ਤੇ ਇਹ ਸਿੱਖ ਹੀ ਸੀਗੇ। ਜਿੰਦਾ ਸੁੱਖਾ ਵੀ ਸਿੱਖ ਹੀ ਸੀਗੇ, ਹੋਰ ਕੁਛ ਨਹੀਂ ਸੀ, ਤੇ ਕਦੇ ਵੀ ਨਹੀਂ ਸੀ। ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਵੀ ਸਿੱਖ ਹੀ ਸੀਗੇ। ਇਹ ਤਾਂ ਸਿੱਖੀ ਤੋਂ ਬਗੈਰ ਇਹ ਗੱਲਾਂ ਸੰਭਵ ਹੀ ਨਹੀਂ। ਉਹਨਾਂ ਹੌਸਲਾ, ਉਹਨਾਂ ਤਿਆਗ, ਉਹ ਗੱਲਾਂ ਕਿਤੋਂ ਆ ਹੀ ਨਹੀਂ ਸਕਦੀਆਂ। ਸੋ ਇਹ ਤਾਂ ਜਿਹੜੇ ਦੁਨਿਆਵੀ ਚੈਲੇਂਜ ਆਉਂਦੇ ਆ ਕਮਿਊਨਿਟੀਆਂ ਨੂੰ, ਉਹਨਾਂ ਦੇ ਅੰਦਰ ਡਿਸਕੋਰਡ ਖੜੇ ਹੁੰਦੇ ਆ, ਜਾਂ ਦੁਸ਼ਮਣਾਂ ਵੱਲੋਂ ਡਿਸਕੋਰਡ ਖੜੇ ਕੀਤੇ ਜਾਂਦੇ ਆ ਵੱਖੋ ਵੱਖਰੀਆਂ ਡਿਵੀਜ਼ਨਾਂ ਪਾਉਣ ਲਈ, ਉਹਨਾਂ ਨੇ ਸਾਡੀ ਪਹੁੰਚ ਨਿਸ਼ਚਿਤ ਨਹੀਂ ਕਰਨੀ। ਅਸੀਂ ਆਪਣਾ ਬੈਲੈਂਸ ਆ ਜਿਹੜਾ ਉਹ ਹਰ ਤਰ੍ਹਾਂ ਦੇ ਸਮੇਂ ਦੇ ਵਿੱਚ ਬਣਾ ਕੇ ਰੱਖਣਾ, ਤੇ ਸਾਡਾ ਬੈਲੈਂਸ ਇਸੇ ਗੱਲ 'ਤੇ ਹੀ ਹੈ। ਮੈਂ ਹੋਰ ਬਹੁਤ ਮਿਸਾਲਾਂ ਦੇ ਸਕਦਾ, ਤੁਹਾਨੂੰ ਪਤਾ ਹੈ ਮੈਨੂੰ ਜੁਝਾਰੂ ਮੂਵਮੈਂਟ ਦੇ ਬਾਰੇ, ਬੰਦਿਆਂ ਦੀ ਉਹਦੇ 'ਚ ਭੂਮਿਕਾ ਬਾਰੇ, ਐਕਸ਼ਨਾਂ 'ਚ ਬੰਦਿਆਂ ਦੇ ਰੋਲ ਬਾਰੇ ਮੈਨੂੰ ਕਾਫੀ ਡਿਟੇਲਸ ਪਤਾ।
ਕਾਫੀ ਬੰਦਿਆਂ ਦੇ ਨਾਂ ਪਤਾ ਕਿਹਨੇ ਕਿੱਥੇ ਕਿਹੜੇ ਕਿੱਥੇ ਕੀ ਕੀਤਾ। ਤੇ ਮੈਂ ਮਿਸਾਲਾਂ ਦੇਣ ਦੀ ਬਜਾਏ ਮੈਂ ਇੰਨੀ ਗੱਲ ਕਹਿੰਦਾ, ਕਿਸੇ ਵੀ ਬੰਦੇ ਲਈ ਇਹ ਗੱਲਾਂ ਮੈਂ ਨਹੀਂ ਸਿਰਾ ਦੀਆਂ। ਤੇ ਸਾਰੀਆਂ ਮਤਲਬ ਹਰ ਤਰ੍ਹਾਂ ਦੇ ਪਿਛੋਕੜ ਵਾਲੇ ਬੰਦੇ ਨੇ ਕਮਾਲ ਵਿਖਾਈ। ਮਤਲਬ ਜਥੇਦਾਰ ਕਰਤਾਰ ਸਿੰਘ ਨਾਰੰਗ, ਉਹਨਾਂ ਦੇ ਪੁੱਤ ਜਿੰਮੀ ਨਾਰੰਗ ਹੋਣੀ, ਉਹ ਮਤਲਬ ਦਿੱਲੀ ਸ਼ਹਿਰ ਦੇ ਸੀ। ਉਹ ਵੀ ਜਿਹੜੇ ਪੁਰਾਣੇ ਇਤਿਹਾਸਿਕ ਸਿੱਖ ਸੀ ਉਹਨਾਂ ਵਰਗੇ ਸਿੱਖ ਬਣ ਕੇ ਆਏ ਆ। ਭਾਈ ਮਨਮੋਹਨ ਸਿੰਘ ਸੀ, ਬੱਬਰ ਖਾਲਸਾ ਦੀ ਸੀਨੀਅਰ ਹਾਈ ਕਮਾਂਡ ਦੇ ਮੈਂਬਰ ਸੀ, ਉਹ ਵੀ ਦਿੱਲੀ ਸ਼ਹਿਰ ਦੇ ਸੀ। ਉਹਨਾਂ ਨੇ ਮਤਲਬ ਜਦੋਂ ਤਸ਼ੱਦਦ ਕੀਤਾ ਪੁਲਿਸ ਨੇ, ਮਤਲਬ ਉਹ ਇੱਕ ਅੱਖਰ ਵੀ ਨਹੀਂ ਬੁਲਾ ਸਕੇ ਕੋਈ, ਤੇ ਅੰਨਾ ਤਸ਼ੱਦਦ ਕਰਕੇ ਸ਼ਹੀਦ ਕੀਤਾ ਉਹਨਾਂ ਨੇ। ਤੇ ਉਹ ਮਤਲਬ ਪੰਜਾਬ ਦੇ ਪਿੰਡਾਂ ਦੇ ਸਿੱਖ ਸੀ, ਕਿਸਾਨੀ ਬੈਕਗਰਾਊਂਡ ਵਾਲੇ, ਦਲਿਤ ਪਿਛੋਕੜ ਵਾਲੇ ਸੀ, ਕੋਈ ਕਿਸੇ ਗੱਲ ਦਾ ਕੋਈ ਮਤਲਬ ਹੀ ਨਹੀਂ। ਮੈਂ ਕਹਿੰਦਾ ਗੱਲਾਂ ਛੱਡੋ ਤੁਸੀਂ ਸਾਰੀਆਂ, ਪੰਜਾਬ ਨੂੰ ਹੀ ਛੱਡ ਦਿਓ। ਯੂਪੀ ਤੋਂ ਪ੍ਰਵਾਸੀ ਮਜ਼ਦੂਰ ਆਇਆ ਰਾਮੂ ਉਹਦਾ ਨਾਂ, ਤੇ ਉਹ ਆ ਕੇ ਸਿੰਘ ਸਜ ਗਿਆ ਰੋਪੜ ਇਲਾਕੇ ਚ, ਬੱਬਰ ਖਾਲਸਾ ਸ਼ਾਮਿਲ ਹੋ ਗਿਆ। ਤੇ ਜਦੋਂ ਉਹਨੇ ਕੰਮ ਕੀਤੇ ਤੇ ਇਲਾਕੇ ਦੇ ਲੋਕ ਉਹਨੂੰ ਕਹਿਣ ਲੱਗ ਗਏ ਬਾਬਾ ਰਾਮ ਸਿੰਘ, ਨੌਜਵਾਨ ਮੁੰਡਾ ਸੀ ਉਹ, ਤੇ ਪੁਲਿਸ ਨੂੰ ਕਹਿੰਦੀ ਸੀ ਰਾਮੂ ਭਈਆ। ਹੁਣ ਜਿਹੜਾ ਪੰਜਾਬ ਦੇ ਲੋਕਾਂ ਨੇ ਇੱਕ ਯੂਪੀ ਤੋਂ ਆਏ ਪ੍ਰਵਾਸੀ ਮਜ਼ਦੂਰ ਨੂੰ ਸਿੰਘ ਸਜੇ ਨੂੰ ਇੱਜ਼ਤ ਮਾਣ ਦਿੱਤੀ, ਤੇ ਜਿਹੜੇ ਸਿੰਘ ਬਣ ਕੇ ਉਹਨੇ ਕਾਰਨਾਮੇ ਵਿਖਾਏ, ਉਹ ਯੂਪੀ ਚ ਵੱਸਦੇ ਲੋਕਾਂ ਨੇ ਤਾਂ ਵਿਖਾਏ ਨੀ ਕਦੇ। ਉਹ ਇਸ ਧਰਤੀ ਤੇ ਆਇਆ, ਉਹਦੇ ਸਿੱਖੀ ਦੀ ਮਿਹਰ ਹੋਈ ਉਹਦੇ ਤੇ, ਉਹ ਸਿੰਘ ਸਜਿਆ, ਉਹਨੇ ਇਤਿਹਾਸਕ ਕਾਰਨਾਮੇ ਕੀਤੇ। ਬਾਕੀ ਗੱਲਾਂ ਜਿਹੜੀਆਂ ਉਹ ਛੋਟੀਆਂ ਗੱਲਾਂ, ਉਹਨਾਂ ਗੱਲਾਂ ਸਾਨੂੰ ਨਹੀਂ ਪੈਣਾ ਚਾਹੀਦਾ। ਜੇ ਕੋਈ ਹੋਰ ਪੈਂਦਾ ਉਹਦੇ ਵਾਸਤੇ ਮਾੜੀ ਗੱਲ ਹੈ, ਜਿਹੜੇ ਪੈਂਦੇ ਉਹ ਸਾਡੇ ਟੀਚਰ ਥੋੜੋ ਆ, ਉਹ ਸਾਡੇ ਆਦਰਸ਼ ਥੋੜੋ ਆ, ਅਸੀਂ ਉਹਨਾਂ ਦੇ ਹਿਸਾਬ ਨਾਲ ਥੋੜੋ ਚੱਲਣਾ। ਜਿਹੜੇ ਪੈਂਦੇ ਆ ਉਹਨਾਂ ਦੇ ਅੰਦਰ ਮਤਲਬ ਕੋਈ ਬਹੁਤ ਛੋਟੇ ਤੇ ਬਹੁਤ ਮਾੜੇ ਰੁਝਾਨ ਆ, ਉਹ ਸਿੱਖੀ ਤੋਂ ਬੇਮੁੱਖ ਹੋ ਚੁੱਕੇ ਆ। ਜਿਹੜੇ ਸਿੱਖੀ ਤੋਂ ਬੇਮੁੱਖ ਹੈ ਉਹਨਾਂ ਦਾ ਵਿਹਾਰ ਸਾਡੇ ਵਿਹਾਰ ਨੂੰ ਨਿਸ਼ਚਿਤ ਕਰੇ, ਇਹ ਗੱਲ ਨਹੀਂ ਠੀਕ। ਚੰਗੇ ਤੋਂ ਚੰਗੇ ਸਮੇਂ ਚ ਤੇ ਮਾੜੇ ਤੋਂ ਮਾੜੇ ਸਮੇਂ ਚ ਬੰਦੇ ਨੇ ਆਪਣੇ ਅੰਦਰਲਾ ਸੰਤੁਲਨ ਬਣਾ ਕੇ ਰੱਖਣਾ, ਉਹਦੇ ਤੋਂ ਕਦੇ ਵਿਰਵਾ ਨਹੀਂ ਹੋਣਾ। ਤੇ ਗੱਲ ਇਹੀ ਹੈ, ਬੰਦਾ ਮਿੱਟੀ ਹੈ ਤੇ ਗੁਰੂ ਦੀ ਮਿਹਰ ਜਿਹੜੀ ਮਰਜ਼ੀ ਮਿੱਟੀ ਚ ਜਦੋਂ ਮਰਜ਼ੀ ਜਾਨ ਪਾ ਦਿੰਦੀ ਹੈ, ਗੁਰੂ ਦੀ ਮਿਹਰ ਜਿਹੜੀ ਮਰਜ਼ੀ ਮਿੱਟੀ ਨੂੰ ਜਦੋਂ ਮਰਜ਼ੀ ਸੋਨਾ ਬਣਾ ਦਿੰਦੀ ਹੈ। ਗੱਲ ਇੰਨੀ ਹੈ। ਹੋਰ ਕੋਈ ਕਿਸੇ ਦਾ ਸਵਾਲ ਜਾਂ ਕੋਈ ਟਿੱਪਣੀ ਹੈ ਤਾਂ ਸਾਂਝੀ। ਸੁਖਮਨ ਦਾ ਸਵਾਲ ਹੈ ਇੱਕ। ਸੁਖਮਨ, ਹਾਂਜੀ ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਇੱਕ ਸਵਾਲ ਆ, ਜਿਹੜੇ ਅੱਜ ਕੱਲ੍ਹ ਦੀ ਲਿਖਤ ਆ, ਜਿਵੇਂ ਜਿਵੇਂ 84 ਤੇ ਅੱਜ ਕੱਲ੍ਹ ਲੋਕ ਲਿਖਦੇ ਆ, ਜਿਵੇਂ ਐਗਜ਼ਾਮਪਲ ਹਰਮਨਜੀਤ ਹੋ ਗਿਆ ਜਾਂ ਉਹਨਾਂ ਦੀ ਗਾਇਕੀ ਆ, ਤੇ ਇੱਕ ਜਿਵੇਂ ਰਾਜ ਰਣਜੋਧ ਨੇ ਲਿਖਿਆ ਸੀਗਾ 84 ਤੇ, 84 ਵਾਲੀ ਜਿਹੜੀ ਮੂਵੀ ਬਣੀ ਸੀਗੀ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ, ਤੁਸੀਂ ਉਹਨਾਂ ਉਹਨਾਂ ਲਿਖਤਾਂ ਨੂੰ ਕਿਵੇਂ ਦੇਖਦੇ ਆ? ਜਿਵੇਂ ਮਤਲਬ ਤੁਹਾਨੂੰ ਲੱਗਦਾ ਕਿ ਵੀ ਵੀ ਉਹ ਕਮਰਸ਼ੀਅਲ ਆ ਜਾਂ ਫਿਰ ਕਿ 84 ਦੇ ਉਹਨਾਂ ਨੂੰ ਸੱਚੀ ਦੁੱਖ ਆ ਜਾਂ ਕਿਵੇਂ ਆ? ਨਹੀਂ, ਹਰਮਨਜੀਤ ਕਮਰਸ਼ੀਅਲ ਨੀਗਾ। ਹਰਮਨਜੀਤ ਦੇ ਵਿੱਚ ਜਿਹੜੀ ਕਵਿਤਾ ਦੀ ਕੁਦਰਤੀ ਦਾਤ ਹੈ ਉਹ ਬਹੁਤ ਕਮਾਲ ਹੈ। ਹਰਮਨਜੀਤ ਦੀਆਂ ਕਵਿਤਾ ਦੀਆਂ ਕਈ ਤੁਕਾਂ ਜਿਹੜੀਆਂ ਉਹ ਬਹੁਤ ਹੀ ਜ਼ਿਆਦਾ ਟੁੰਬਨਸ਼ੀਲ ਹੁੰਦੀਆਂ ਤੇ ਉਹ ਅੰਦਰੋਂ ਕਿਸੇ ਬਹੁਤ ਸੋਹਣੇ ਥਾਂ ਤੋਂ ਪੈਦਾ ਹੁੰਦੀਆਂ। ਜਿਹੜੀ ਆਪਾਂ ਕਵਿਤਾ ਪੜ੍ਹਦੇ ਹਾਂ ਭਾਈ ਵੀਰ ਸਿੰਘ ਦੀ, ਪ੍ਰੋਫੈਸਰ ਪੂਰਨ ਸਿੰਘ ਦੀ, ਜਾਂ ਮਹਿਬੂਬ ਸਾਹਿਬ ਦੀ, ਜਾਂ ਕੁਲਵੰਤ ਸਿੰਘ ਗਰੇਵਾਲ ਦੀ, ਇਹ ਸਾਰੇ ਕਵੀਆਂ ਦੀ ਕਵਿਤਾ ਆਮ ਤੌਰ 'ਤੇ ਮਹਿਬੂਬ ਸਾਹਿਬ ਦੀ ਕਵਿਤਾ ਖਾਸ ਤੌਰ 'ਤੇ, ਉਹਦੇ 'ਚ ਦੀਰਘਤਾ ਨਾ, ਜਿਹੜੀ ਅਨੁਭਵ ਦੀ ਦੀਰਘਤਾ, ਉਹ ਬਹੁਤ ਜ਼ਿਆਦਾ ਕਮਾਲ ਆ। ਹਰਮਨਜੀਤ ਜਿਹੜਾ ਉਹ ਨੌਜਵਾਨ ਕਵੀ ਹੈ, ਉਹਦਾ ਮਹਿਬੂਬ ਸਾਹਿਬ ਜਿੰਨਾ ਅਧਿਐਨ ਨਹੀਂ ਤੇ ਉਸ ਤਰ੍ਹਾਂ ਦੀ ਜਿਹੜੀ ਅਨੁਭਵ ਦੀ ਦੀਰਘਤਾ ਉਹ ਵੀ ਹੈ ਨਹੀਂ ਗੀ। ਪਰ
ਉਹਦੀ ਕਵਿਤਾ ਦੀਆਂ ਲਾਈਨਾਂ ਤਾਂ ਬਹੁਤ ਕਮਾਲ ਆ, ਉਹਦੇ ਜਿਹੜੀ ਕਵਿਤਾ ਦੀ ਦਾਤ ਆ ਉਹਦੇ ਕੋਲੇ, ਉਹ ਤਾਂ ਪਿਓਰ ਆ। ਠੀਕ ਆ, ਕਮਰਸ਼ੀਅਲ ਗਾਇਕਾਂ ਨੇ ਕੁਛ ਕਵਿਤਾਵਾਂ ਗਾਈਆਂ ਹੋਣਗੀਆਂ, ਮੈਂ ਉਹ ਸਾਰੀਆਂ ਸੁਣੀਆਂ ਵੀ ਨਹੀਂ, ਮੈਂ ਉਹ ਗਾਇਕੀ ਬਾਹਲੀ ਮੈਨੂੰ ਪਸੰਦ ਨਹੀਂ ਜਿਹੜੀ ਗਾਈ ਜਾਂਦੀ ਅੱਜ ਕੱਲ੍ਹ, ਪਰ ਉਹਦੀਆਂ ਕਵਿਤਾ ਦੀਆਂ ਕਈ ਕਈ ਲਾਈਨਾਂ ਤਾਂ ਮਤਲਬ ਹੁੰਦਾ ਵੀ ਬਸ ਇੱਥੇ ਤਾਂ ਮੁੰਡੇ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ, ਕਮਾਲ ਕਰ ਗਿਆ। ਸੋ ਉਹ 'ਚ ਗੱਲਬਾਤ ਹੈਗੀ ਆ, ਉਹਨੂੰ ਮਤਲਬ ਜੇ ਸੁਣਦਾ ਹੋਵੇ ਉਹਨੂੰ ਇਹੀ ਅਪੀਲ ਹੈ ਵੀ ਉਹਨੂੰ ਬਹੁਤ ਜ਼ਿਆਦਾ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਅਤੇ ਬਹੁਤ ਪੜ੍ਹਨਾ ਲਿਖਣਾ ਚਾਹੀਦਾ, ਅਤੇ ਜਿੰਨਾ ਕੁ ਜਿਹੜੀ ਸੀਰੀਅਸ ਐਫਰਟ ਆ, ਸੀਰੀਅਸ ਪੱਧਰ 'ਤੇ ਜਿੰਨੀ ਐਕਟੀਵਿਟੀ ਉਹ ਕਰ ਸਕਦਾ ਉਹਨੂੰ ਉਹ ਕਰਨੀ ਚਾਹੀਦੀ ਹੈ। ਪਰ ਪਹਿਲਾ ਸਟੈਪ ਇਹ ਹੁੰਦਾ ਵੀ ਕਵਿਤਾ ਦੀ ਦਾਤ ਕੁਤਰੋਂ ਬੰਦੇ ਕੋਲ ਕੁਦਰਤੀ ਤੌਰ 'ਤੇ ਹੈਗੀ ਹੈ ਕਿ ਨਹੀਂ, ਐਫਰਟਲੈਸਲੀ ਬੰਦਾ ਕਵਿਤਾ ਲਿਖਦਾ ਕਿ ਨਹੀਂ, ਉਹ ਗੱਲ ਹਰਮਨਜੀਤ 'ਚ ਬਿਲਕੁਲ ਹੈਗੀ ਹੈ ਅਤੇ ਬੜੀ ਕਮਾਲ। ਹਾਂਜੀ, ਹੁਣ ਨਾ ਮੈਂ ਸੁਖਮਨ ਨੂੰ ਬੇਨਤੀ ਕਰਨੀ ਹੈ ਵੀ ਉਹਨੇ ਮਹਿਬੂਬ ਸਾਹਿਬ ਦੇ ਕੁਛ ਟੱਪੇ ਜਿਹੜੇ ਉਹ ਆਪਾਂ ਨੂੰ ਗਾ ਕੇ ਸੁਣਾਉਣੇ ਆ ਸੁਖਮਨ ਨੇ। ਹਾਂਜੀ ਸੁਖਮਨ। ਮੈਂ ਚੰਨਾਂ ਦੀ ਰਾਤ ਦੇ ਵਿੱਚੋਂ ਸੁਣਾਉਂਦੀ ਹਾਂ। ਪਿਆਰੇ ਦੇ ਦੇਸ਼ ਵਿੱਚ ਮੌਤ ਅਤੇ ਜੀਵਨ ਦੇ ਝਲਕੇ, ਇਹ ਟੱਪੇ ਆ, ਮੈਂ ਪਿਆਸ ਤਾਂ ਨਹੀਂ ਕੀਤਾ, ਚਲੋ ਅੱਜ ਮਾਹੌਲ, ਅੱਜ ਉਹਨਾਂ ਦਾ ਰਾਗ ਜਾਗ ਗਿਆ, ਚਲੋ ਗਲਤੀ ਭੁੱਲ ਚੁੱਕ, ਮਾਫ ਕਰਿਓ ਮੇਰੀ। ਕਾਲਾ ਚਰਖ ਨਸੀਬਾਂ ਦਾ ਹੈ, ਕਾਲਾ ਚਰਖ ਨਸੀਬਾਂ ਦਾ, ਕੂਕ ਗੁਬਾਰਾਂ ਦੀ ਹੈ, ਕੂਕ ਗੁਬਾਰਾਂ ਦੀ ਬੂਹਾ ਖੁੱਲ੍ਹਿਆ ਤਬੀਬਾਂ ਦਾ ਹੈ, ਬੂਹਾ ਖੁੱਲ੍ਹਿਆ ਤਬੀਬਾਂ ਦਾ। ਤਾਰੇ ਕੰਬਦੇ ਹਵੇਲੀ ਤੇ ਹੈ, ਤਾਰੇ ਕੰਬਦੇ ਹਵੇਲੀ ਤੇ, ਤੱਕਾ ਦਰਿਆ ਵਗਦੇ ਹੈ, ਤੱਕਾ ਦਰਿਆ ਵਗਦੇ, ਖੂਨੀ ਚਰਖ ਹਥੇਲੀ ਤੇ ਹੈ, ਖੂਨੀ ਚਰਖ ਹਥੇਲੀ ਤੇ, ਕਾਲਾ ਚੁੱਪ ਦਾ ਗੁਬਾਰ ਦਿਸੇ ਹੈ, ਕਾਲਾ ਚੁੱਪ ਦਾ ਗੁਬਾਰ ਦਿਸੇ, ਚੱਲ ਪੈਂਦਾ ਪੱਤਿਆਂ ਨੂੰ, ਚੱਲ ਪੈਂਦਾ ਪੱਤਿਆਂ ਨੂੰ, ਹੇਠਾਂ ਨੂਰ ਦਾ ਪਹਾੜ ਦਿਸੇ ਹੈ, ਹੇਠਾਂ ਨੂਰ ਦਾ ਪਹਾੜ ਦਿਸੇ, ਵੱਡੀ ਮਿਰਗਾਂ ਦੀ ਡਾਰ ਪਈ ਹੈ, ਵੱਡੀ ਮਿਰਗਾਂ ਦੀ ਡਾਰ ਪਈ, ਪੱਤਿਆਂ ਦੀ ਅੱਗ ਮੱਚਦੀ, ਪੱਤਿਆਂ ਦੀ ਅੱਗ ਮੱਚਦੀ, ਤਾਰਾਂ ਸੁੱਤਿਆਂ ਦੀ ਤਾੜ ਪਈ ਹੈ, ਤਾਰਾਂ ਸੁੱਤਿਆਂ ਦੀ ਤਾੜ ਪਈ, ਅੱਗ ਤਰਬ ਨਿਸ਼ਾਨਾਂ ਦੀ ਹੈ, ਅੱਗ ਤਰਬ ਨਿਸ਼ਾਨਾਂ ਦੀ, ਮਿੱਟੀ ਨੀ ਰੱਖ ਸੀਨੇ, ਮਿੱਟੀ ਨੀ ਰੱਖ ਸੀਨੇ, ਮਿੱਠੀ ਵਾਜ ਕੁਰਾਨਾਂ ਦੀ ਹੈ, ਮਿੱਠੀ ਵਾਜ ਕੁਰਾਨਾਂ ਦੀ, ਵਾ ਤਰਬ ਨਿਸ਼ਾਨਾਂ ਦੀ ਹੈ, ਵਾ ਤਰਬ ਨਿਸ਼ਾਨਾਂ ਦੀ, ਜਿੰਦ ਤੇਰਾ ਵਣਜ ਕਰੇ, ਜਿੰਦ ਤੇਰਾ ਵਣਜ ਕਰੇ, ਸੋਹਣੀ ਨਜ਼ਰ ਰਕਾਨਾਂ ਦੀ ਹੈ, ਸੋਹਣੀ ਨਜ਼ਰ ਰਕਾਨਾਂ ਦੀ, ਮਿੱਟੀ ਰੰਗੜੀ ਅਜ਼ਾਨਾਂ ਦੀ ਹੈ, ਮਿੱਟੀ
रंगड़ी अजाना दी डूब गए लख सूरज डूब गए लख सूरज लबे तूड़ इमाना दी है लबे तूड़ इमाना दी। हाँ जी थैंक यू। बहुत बढ़िया सुखमन शाबाश बहुत बढ़िया। मैं कोशिश करूंगी कि होर इन दे गावा मैं आगे तो। नहीं बहुत बढ़िया जी मैं तैयारी नहीं की थी कोई गलती भूल चुक माफ। ना नहीं बहुत बढ़िया बहुत कमाल बहुत कमाल बहुत मेहरबानी थैंक यू। हाँ जी बहुत बहुत मेहरबानी अपना सुखमन बहुत वधिया गाया तुसी। अखीर ते मेरे ख्याल थोड़ा जा कनैक्शन जिहड़ा ओह बंद हो गया सीगा ते बहुत ज्यादा कमाल दा गाया बहुत बहुत मेहरबानी। सॉरी मेरे कनैक्शन वीक सी आई थिंक मैनूं पता नहीं लग्गिया। नहीं नहीं मेरा मेरे ख्याल इत्थे मेरी तुहाडा खराब सी साडे वाल ठीक आई अखीर ते बस वधिया सी मेरा सीगा माड़ा कनैक्शन तुहाडा तुहाडा खराब। हाँ जी हाँ जी ते वधिया सी। हाँ जी हाँ जी ते बहुत ज्यादा कमाल सी। सो अपना जेड़ा सारा गोष्ठी प्रोग्राम है उदे च आपां जिहड़ी विचार ते कला खास करके गीतकारी वो सारा कट्ठा कट्ठा ही तोरदे आ ते बहुत बहुत मेहरबानी सारिआं दी। ते होर कोई जे अखीर ते सवाल हैगा किसी का तो दसो जरूर। हाँ जी होर कोई भी सवाल जां विचार होवे। हाँ जी हेलो वाहेगुरु जी का खालसा वाहेगुरु जी फतेह जी। वाहेगुरु जी का खालसा वाहेगुरु जी की फतेह जी। हाँ जी मेरा खालसी इन्हां भाई साहब दा नाम की हैगा जिहड़े अपना काब बारे दस रहे सी। प्रभ शरणदीप सिंह। प्रभ शरणदीप इत्थे इत्थे उत्थे रहिंदे ने यूएसए रहिंदे ने। हाँ जी हाँ जी। अच्छा अच्छा मेरा क्वेश्चन सी कि मैं एक्चुअली ज्ञानी तो मैं भी कीती सी बड़ी पुरानी हुण अज तो 40 साल पहले 50 साल पहले काव्य रचना जिहड़ी सी प्रोफेसर पूरन सिंह दी जिहड़ी सी ओह जदों मैं ज्ञानी पढ़ी सी उदों ते उस वक्त उहदी उहनां दी दसण दे योग सी कि इह इस कंपैरेटिव इस रविंद्रनाथ टैगोर दी कविता वांगू जिहनूं पिंगल कविता कहिंदे ने ਤੇ ਉਹਦੇ ਨਾਲ ਨਾਲ ਹੋਰ ਭਾਈ ਵੀਰ ਸਿੰਘ ਦੀ ਵੀ ਕਵਿਤਾ ਬੜੀਆਂ ਕਮਾਲ ਦੀਆਂ ਸਨ। ਕਈ ਵਾਰੀ ਜਿਹੜੀ ਕਾਵਿ ਰਚਨਾ ਜਿਹੜੀ ਹੈਗੀ ਨਾ ਉਹ ਦਿਲੋਂ ਆਉਂਦੀ ਹੈ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਰਾਈਟਰ ਨੇ ਲਿਖੀ ਹੈ ਅਤੇ ਦੂਜੇ ਰਾਈਟਰ ਜਿਹੜੇ ਅੱਜ ਦੇ ਜੰਮੇ ਰਾਈਟਰ ਹੈਗੇ ਨੇ ਉਹ ਵੀ ਲਿਖ ਸਕਦੇ ਨੇ ਕਿਉਂਕਿ ਇਹ ਸਾਰੀ ਦਿਲ ਦੇ ਵਿੱਚੋਂ ਜਜ਼ਬਾਤ ਹੈਗੇ ਨੇ ਕਿ ਜਦੋਂ ਜਜ਼ਬਾਤ ਕਿਸੇ ਦੇ ਆਪਣੇ ਚੰਗੇ ਹੁੰਦੇ ਨੇ ਨਾ ਉਹਦੇ ਨਾਲ ਨਾਲ ਉਹ ਰਚਨਾ ਵੀ ਚੰਗੀ ਬਣ ਜਾਂਦੀ। ਤੇ ਮੈਂ ਇਸ ਕਰਕੇ ਉਹਨਾਂ ਦੇ ਭਾਈ ਸਾਹਿਬ ਦੇ ਸੁਣਿਆ ਵਿਚਾਰ ਸੁਣੇ ਨੇ ਬਟ ਆਈ ਰੀਅਲੀ ਐਪਰੀਸ਼ੀਏਟ ਕਿ ਹੀ ਹੈਜ਼ ਅ ਗੁੱਡ ਆਈਡੀਆ। ਤੇ ਮੈਂ ਹਰਿੰਦਰ ਸਿੰਘ ਉਹਨਾਂ ਦਾ ਮਹਿਬੂਬ ਜਿਹੜੇ ਨੇ ਉਦੋਂ ਅਸੀਂ ਆਪਣੇ ਵੇਲੇ ਗਿਆਨੀ ਦੀ ਵਿੱਚ ਕਿਤੋਂ ਕੋਈ ਉਹਨਾਂ ਦੇ ਕਵਿਤਾ ਨਹੀਂ ਪੜ੍ਹੀ ਅਸੀਂ ਉਦੋਂ ਲਾਉਂਦੇ ਵੀ ਨਹੀਂ ਗਏ ਸਿਲੇਬਸ ਚ ਉਹ ਤਾਂ ਜਿਵੇਂ ਉਦੋਂ ਛਪੀਆਂ ਵੀ ਨਹੀਂ ਸੀ ਤੇ ਵੈਸੇ ਉਹਨਾਂ ਨੂੰ ਸਿਲੇਬਸ ਅੱਜ ਕੱਲ੍ਹ ਲਾਉਂਦੇ ਵੀ ਨਹੀਂ ਕਿਸੇ ਚ ਕਿਉਂਕਿ ਉਦੋਂ ਉਦੋਂ ਸਾਡੇ ਵੇਲੇ ਉਹ ਪੰਜਾਬੀ ਦੇ ਵਿੱਚ ਮੈਂ ਪੂਰਨ ਸਿੰਘ ਦੀਆਂ ਜਿਹੜੀ ਕਵਿਤਾ ਖੁੱਲੀ ਕਵਿਤਾ ਹੁੰਦੀ ਸੀ ਜੇ ਬੜੀ ਕਮਾਲ ਦੀ ਹੁੰਦੀ ਸੀ ਜਾਂ ਭਾਈ ਵੀਰ ਸਿੰਘ ਦੀਆਂ ਕਵਿਤਾ ਹੈਗੀਆਂ ਸਨ ਗਿਆਨੀ ਚ ਆਉਂਦੀਆਂ ਸਨ ਜਾਂ ਹੋਰ ਦੂਜੇ ਉਦੋਂ ਅੰਮ੍ਰਿਤਾ ਪ੍ਰੀਤ ਹੁੰਦੀਆਂ ਸੀ ਫਿਰ ਮੋਹਨ ਸਿੰਘ ਦੀਆਂ ਸੀ ਕਿ ਕਿੰਜ ਬੰਦਾ ਸ਼ਾਇਰ ਜੇਕਰ ਮੈਂ ਨਾ ਮਰਦੀ ਉਹ ਜਿਹੀਆਂ ਕਵਿਤਾ ਸਨ ਉਦੋਂ ਉਹਨਾਂ ਦੀਆਂ ਕਿ ਜਾਂ ਗੁਰਬਖਸ਼ ਸਿੰਘ ਪ੍ਰੀਤ ਰੜੀ ਵਾਲੇ ਦੀਆਂ ਕਵਿਤਾ ਛਪਦੀਆਂ ਸਨ ਸਾਰੀਆਂ ਕਿਉਂਕਿ ਜਿਹੜੀ ਵੇਖੋ ਜੀ ਕਾਵਿ ਰਚਨਾ ਜਿਹੜੀ ਇਹ ਦਿਲ ਦੀ ਡੂੰਘਾਈ ਤੋਂ ਨਿਕਲਦੀ ਹੈ ਜਦੋਂ ਕਿ ਜਦੋਂ ਖਿਆਲ ਵੀ ਚੰਗੇ ਹੋਣ ਔਰ ਉਹਦੇ ਵਿੱਚ ਮਨ ਵੀ ਠੀਕ ਹੋਵੇ ਅਤੇ ਉਹਦੇ ਨਾਲ ਨਾਲ ਆਪਣੇ ਬਿਰਤੀ ਵੀ ਜੁੜਦੀ ਹੋਵੇ ਉਸ ਉਸ ਦੇ ਵਿੱਚ ਫਿਰ ਸਾਰੀਆਂ ਜਿਹੜੀਆਂ ਨੇ ਇਹ ਰਚਨਾ ਨਿਕਲਦੀਆਂ ਨੇ। ਜਿਸ ਮਾਈ ਬਾਕੀ ਤੁਹਾਡੇ ਕੋਲ ਤਾਂ ਬਹੁਤ ਪੂਰਾ ਖਜ਼ਾਨਾ ਹੈਗਾ ਪੁਰਾਣਾ ਸਾਨੂੰ ਤਾਂ ਯਾਦ ਨਹੀਂ ਭੁੱਲ ਗਏ ਕਿਉਂਕਿ ਉਸ ਤੋਂ ਬਾਅਦ ਪੜ੍ਹਿਆ ਹੀ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਇਹ ਸਾਡਾ ਪੰਜਾਬੀ ਵਿਰਸਾ ਇਸ ਕਰਕੇ ਘਟਦਾ ਜਾ ਰਿਹਾ
ਕਿਉਂਕਿ ਅਸੀਂ ਪੰਜਾਬੀ ਦੀਆਂ ਕਿਤਾਬਾਂ ਪੜ੍ਹਦੇ ਨਹੀਂ ਹੈਗੇ ਇੱਥੇ। ਹਾਂਜੀ ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ ਭਾਈ ਗੁਰਦੀਪ ਸਿੰਘ ਜੀ ਤੁਹਾਡੀ, ਤੇ ਤੁਹਾਡਾ ਕੋਈ ਜੇ ਸਵਾਲ ਹੈਗਾ ਤਾਂ ਤੁਸੀਂ ਜ਼ਰੂਰ ਸਾਂਝਾ ਕਰੋ। ਮੈਂ ਉਹੀ ਸਵਾਲ ਕਰ ਰਿਹਾ ਸੀ, ਦੱਸਿਆ ਸੀ ਕਿ ਮੈਂ ਕਿਹਾ ਸੀ ਉਹਨਾਂ ਭਾਈ ਸਾਹਿਬ ਦੱਸਦੇ ਸੀ ਉਦੋਂ ਕਿਤਾਬਾਂ 'ਚ ਚੀਜ਼ਾਂ ਆਈਆਂ ਨਹੀਂ ਸੀ, ਜਦੋਂ ਅਸੀਂ ਵੇਲੇ ਗਿਆਨੀ ਕੀਤੀ 1962 'ਚ ਹਰਿੰਦਰ ਸਿੰਘ ਮਹਿਬੂਬ ਦੀਆਂ ਦੂਜੀਆਂ ਰਚਨਾ ਜਿਹੜੀਆਂ ਉਦੋਂ ਉਹ ਨਹੀਂ ਹੈਗੀਆਂ ਸਨ। 1990 'ਚ ਛਪੀਆਂ ਉਹਨਾਂ ਦੀ ਕਿਤਾਬ। ਹਾਂ ਬਸ ਉਹੀ ਗੱਲ ਹੈ ਨਾ ਕਿ ਇਸ ਕਰਕੇ ਬਸ ਇਹੀ ਪੁੱਛਿਆ ਸੀ ਮੈਂ ਕਿਹਾ ਸੀ ਉਹ ਇੱਥੇ ਅਵੇਲੇਬਲ ਹੈਗੀ ਬੁੱਕ ਉਹਨਾਂ ਦੀ। ਹਾਂਜੀ ਚਨਾਹ ਦੀ ਰਾਤ ਮਿਲ ਜਾਂਦੀ ਹੈ, ਮਹਾਂਕਾਵਿ ਵੀ ਮਿਲ ਜਾਂਦਾ ਉਹਨਾਂ ਦਾ। ਤੇ ਉਹ ਕਿਹੜੀ ਜਗ੍ਹਾ ਤੋਂ ਇੱਥੇ ਤੁਸੀਂ ਕਿਹੜੇ ਇਲਾਕੇ 'ਚ ਆ ਜੀ? ਮੈਂ ਨਿਊਯਾਰਕ। ਨਿਊਯਾਰਕ ਜਿਹੜੇ ਆਮ ਤੌਰ ਤੇ ਗੁਰਦੁਆਰਿਆਂ ਨੂੰ ਪੁੱਛ ਲਓ, ਜਿਹੜੇ ਗੁਰਦੁਆਰਿਆਂ ਦੇ ਵਿੱਚ ਬੰਦੇ ਕਿਤਾਬਾਂ ਦੇ ਸਟਾਲ ਵਗੈਰਾ ਲਾਉਂਦੇ ਆ ਨਾ, ਹਾਂਜੀ ਉਹਨਾਂ ਕੋਲੇ ਹੁੰਦੀਆਂ ਕਿਤਾਬਾਂ ਇਹਨਾਂ ਦੀਆਂ। ਜਿਹੜੇ ਰਿਚਮੰਡ ਹਿੱਲ ਤਾਂ ਹੈਗੇ ਆ, ਬੁੱਕ ਸਟੋਰ ਵੀ ਕਈ ਰੱਖਦੇ ਆ ਕਿਤਾਬਾਂ। ਮੈਂ ਰਿਚਮੰਡ ਹਿੱਲ ਆਪਣੇ ਬਹੁਤ ਇੰਟਰਸਟਿਡ ਰਿਹਾ ਹਾਂ। ਮੈਂ ਪੰਜਾਬੀ ਦੀਆਂ ਕਿਤਾਬਾਂ ਰੱਖਦੇ ਆ, ਉਥੋਂ ਵੀ ਤੁਹਾਨੂੰ ਲੱਭ ਸਕਦੀਆਂ ਖਰੀਦਣ ਵਾਸਤੇ। ਪਰ ਜੇ ਤੁਸੀਂ ਲੋਕਲ ਗੁਰਦੁਆਰੇ ਨੂੰ ਕਾਲ ਕਰੋ, ਉਹ ਤੁਹਾਨੂੰ ਦੱਸ ਦੇਣਗੇ ਵੀ ਜਿਹੜੇ ਬੰਦੇ ਉੱਥੇ ਕਿਤਾਬਾਂ ਦੇ ਸਟਾਲ ਲਾ ਕੇ ਕਿਤਾਬਾਂ ਵੇਚਦੇ ਆ ਐਤਵਾਰ ਨੂੰ ਗੁਰਦੁਆਰਿਆਂ ਚ, ਫਰਕ ਦੇ ਦੇਣਗੇ। ਜੇ ਨਾ ਲੱਭਣ ਫਿਰ ਤੁਸੀਂ ਸਿੰਘ ਬ੍ਰਦਰਸ ਨੂੰ ਅੰਮ੍ਰਿਤਸਰ ਕਾਲ ਕਰਕੇ ਆਰਡਰ ਕਰ ਸਕਦੇ ਆ, ਉਹ ਤੁਹਾਨੂੰ ਭੇਜ ਦੇਣਗੇ। ਠੀਕ ਹੈ, ਹਾਂਜੀ ਠੀਕ ਹੈ, ਹਾਂਜੀ ਮਿਹਰਬਾਨੀ, ਓਕੇ। ਹਾਂਜੀ ਆਪਣਾ ਹੋਰ ਕੋਈ ਸਵਾਲ ਜੀ ਕਿਸੇ ਦਾ? ਹੈਲੋ ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਮਰਜੀਤ ਸਿੰਘ ਜੀ, ਬਹੁਤ ਜ਼ਿਆਦਾ ਖੁਸ਼ੀ ਹੋਈ ਤੁਹਾਡਾ ਪ੍ਰੋਗਰਾਮ ਸੁਣ ਕੇ, ਤੇ ਤੁਸੀਂ ਮਹਾਨ ਸ਼ਾਇਰ ਪ੍ਰੋਫੈਸਰ ਹਰਿੰਦਰ ਮਹਿਬੂਬ ਨੂੰ ਯਾਦ ਕੀਤਾ ਹੈ, ਤੇ ਬਹੁਤ ਤੁਸੀਂ ਕਮਾਲ ਦੀਆਂ ਜਿਹੜੀਆਂ ਉਹਨਾਂ ਦੀ ਕਵਿਤਾ ਪੜ੍ਹੀ ਆ, ਉਹ ਲਾਈਨਾਂ ਬਹੁਤ ਸੋਹਣੀਆਂ ਪੜ੍ਹੀਆਂ। ਬਾਕੀ ਜਿਹੜਾ ਕਮਾਲ ਹੈਗੀ ਆ ਉਹ ਆ ਵੀ ਸਰਤਾਜ ਨੇ, ਅਮਰੀਕ ਨੇ ਜਾਂ ਸੁਖਮਨ ਨੇ ਜਿਹੜਾ ਇਹਨਾਂ ਨੂੰ ਗਾਇਆ ਹੈ ਉਹ ਕਮਾਲ। ਤੇ ਸਾਡੇ ਭਾਵਾਂ ਸਰਤਾਜ ਨੇ ਇਹ ਗੱਲ ਕਹੀ ਆ ਵੀ ਹੁਣ ਘੱਟ ਗਾਉਂਦੇ ਆ, ਪਰ ਇਹ ਪੰਥ ਦੀ ਲੋੜ ਆ ਵੀ ਇਸ ਮਹਾਨ ਸ਼ਾਇਰ ਨੂੰ ਗਾਇਆ ਜਾਵੇ, ਤੇ ਸਰਤਾਜ ਚ ਸਮਰੱਥਾ ਹੈਗੀ ਆ ਉਹ ਇਹਨਾਂ ਨੂੰ ਗਾਉਣ, ਸੁਖਮਨ ਗਾਵੇ ਸਾਰੇ ਗਾਉਣ। ਬਾਕੀ ਅਸੀਂ ਉਪਰਾਲਾ ਕਰੀਏ ਵੀ ਇਹ ਯੂਨੀਵਰਸਿਟੀਆਂ 'ਚ ਜਾਂ ਜਿਹੜੇ ਸਾਡੇ ਨਵੇਂ ਸਟੂਡੈਂਟ ਆ ਉਹ ਹਰਿੰਦਰ ਸਿੰਘ ਮਹਿਬੂਬ ਤਾਈਂ ਉਹਨਾਂ ਨਾਲ ਇੰਟਰੋਡਿਊਸ ਹੋਣ, ਉਹਨਾਂ ਨੂੰ ਪੜ੍ਹਨ। ਦੋ ਹੀ ਵੱਡੇ ਮਹਾਨ ਬੰਦੇ ਸਾਡੇ ਕੋਲੇ ਮਹਾਨ ਸ਼ਖਸ ਹੋਏ ਆ, ਇੱਕ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਤੇ ਦੂਜੇ ਜਿਹੜੇ ਹੈਗੇ ਆ ਸ਼ਾਇਰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਜਿਨ੍ਹਾਂ ਨੇ ਕੌਮ ਨੂੰ ਐਡੇ ਕਮਾਲ ਦੇ ਤਰੀਕੇ ਨਾਲ ਝੰਜੋੜਿਆ, ਹਿਲਾਇਆ ਤੇ ਆਜ਼ਾਦੀ ਦੀ ਗੱਲ ਪੈਦਾ ਕੀਤੀ ਹੈਗੀ ਆ। ਇਹਨਾਂ ਨੂੰ ਸਾਨੂੰ ਘਰ ਘਰ ਲਿਜਾਣਾ ਪਊਗਾ। ਤੁਸੀਂ ਜਿਹੜਾ ਬਾਜ ਦੀਆਂ ਗੱਲਾਂ ਕੀਤੀਆਂ ਉਹਨਾਂ ਦੇ, ਮਤਲਬ ਆਪਣੇ ਬੇਅੰਤ ਸਿੰਘ ਸਵੰਤ ਸਿੰਘ ਉਹਨਾਂ ਦੇ ਵਿੱਚੋਂ ਵੀ, ਮਹਿਬੂਬ ਸਾਹਿਬ ਵੀ ਇਲਾਹੀ ਨਦਰ ਦੇ ਪੈਂਡੇ ਭਾਗ ਚੌਥੇ ਚ ਬਾਜ ਦਾ ਕਮਾਲ ਜ਼ਿਕਰ ਕਰਦੇ ਆ। ਲਿਵਲੀਨ ਦੀ ਮਿੱਥ ਸ਼ਹੀਦ ਦੀ ਅਰਦਾਸ ਚੋਂ ਤੁਸੀਂ ਗੱਲ ਕੀਤੀ ਆ। ਇਹੋ ਜਿਹੀਆਂ ਮਿੱਥਾਂ ਜਾਂ ਇਹੋ ਜਿਹੇ ਸਿੰਬਲ ਮੈਟਾਫਰ ਪੰਜਾਬੀ ਕਵਿਤਾ ਚ ਅਲੋਪ ਹੀ ਆ, ਉਹਦੇ ਇਹੋ ਜਿਹੇ ਵਿਲੱਖਣ ਰੂਪ ਚ ਉਹਨਾਂ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਹੀ ਮਤਲਬ ਪ੍ਰਗਟ ਕੀਤਾ ਹੈ। ਤੇ ਇੱਕ ਮੇਰਾ ਇਹ ਹੈ ਗੱਲ ਵੀ ਜਿਵੇਂ ਜਿਹੜੇ ਸੰਤ ਜਰਨੈਲ ਸਿੰਘ ਜੀ ਆ ਉਹਨਾਂ ਤੇ ਹਜੇ ਤਾਈਂ ਅੱਜ ਦੀ ਡੇਟ ਤਾਈਂ ਕੋਈ ਰਿਮਾਰਕੇਬਲ ਬੁੱਕ ਨਹੀਂ ਲਿਖੀ ਗਈ ਗੀ। ਠੀਕ ਆ ਜਾਣਕਾਰੀ ਮਾਤਰ ਜਾਂ ਚੰਗੀਆਂ ਭਾਵਨਾਵਾਂ ਚੋਂ ਲਿਖੀਆਂ ਗਈਆਂ, ਪਰ ਜਿਹੜੇ ਵਰਲਡ ਦੀਆਂ ਪ੍ਰੋਮੀਨੈਂਟ ਫਿਗਰਸ ਹੁੰਦੀਆਂ ਕਿਸੇ ਕੌਮ ਦੀ ਹੋਂਦ ਵਾਸਤੇ, ਜਿਹੜਾ ਐਡੇ ਵੱਡੇ ਕੋਈ ਆਈਡਲ ਹੁੰਦੇ ਆ, ਉਹਨਾਂ ਦੀਆਂ ਬਹੁਤ ਰਿਮਾਰਕੇਬਲ ਬਾਇਓਗ੍ਰਾਫੀਸ ਜਾਂ ਬੁੱਕਸ ਜਾਂ ਉਹਨਾਂ ਤੇ ਲਿਖਣਾ ਚਾਹੀਦਾ। ਉਹਨਾਂ ਚ ਫਲਸਫੇ ਤੇ ਮਹਾਂਕਾਵਿ ਦੁਨੀਆਂ ਦੇ ਜਿਹੜੇ ਮਹਾਨ ਹੁੰਦੇ ਆ ਉਹਨਾਂ ਦੇ ਰੰਗ ਆਉਣੇ ਚਾਹੀਦੇ ਆ, ਤੇ ਦੁਨੀਆਂ ਦੇ ਜਿਹੜੇ ਬਹੁਤ ਵੱਡੇ
ਮਤਲਬ ਸਕਾਲਰ ਦਾ ਵਰਲਡ ਲੈਵਲ ਦੇ ਐਲੀਟਸ ਆ ਉਹਨਾਂ ਤਾਈਂ ਗੱਲ ਪਹੁੰਚਣੀ ਚਾਹੀਦੀ ਆ। ਇਹਦੇ ਚ ਤੁਸੀਂ ਤੁਸੀਂ ਕਿਉਂਕਿ ਦੁਨੀਆਂ ਦਾ ਇੰਨਾ ਫਲਸਫਾ ਪੜਿਆ, ਇੰਨੇ ਵੱਡੇ ਮਹਾਂਕਾਵ ਪੜੇ ਆ, ਹੋਰ ਵੀ ਜਿਹੜੀ ਸਾਡੀ ਸੰਗਤ ਆ ਉਹ ਐਫਰਟ ਕਰਨ, ਜੋ ਪੰਜਾਬ ਚ ਮਾਹੌਲ ਚੱਲ ਰਿਹਾ, ਜੋ ਇੰਡੀਆ ਚ ਮਾਹੌਲ ਚੱਲ ਰਿਹਾ, ਗੁਲਾਮੀ ਨੇ ਜਿਵੇਂ ਆਪਦਾ ਡਿਸਕੋਰਸ ਫੈਲਾਇਆ ਹੋਇਆ, ਉਸ ਗੁਲਾਮੀ ਦੇ ਡਿਸਕੋਰਸ ਨੂੰ ਭੰਨਣ ਵਾਸਤੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਤੇ ਸੰਤ ਜਰਨੈਲ ਸਿੰਘ ਦੀ ਗੱਲ ਹੋਣੀ ਚਾਹੀਦੀ ਹੈ, ਇਹਦੀ ਵਿਆਖਿਆ ਹੋਣੀ ਚਾਹੀਦੀ ਹੈ। ਆਪਾਂ ਸਿਮਰਜੀਤ ਸਿੰਘ ਜੀ ਇੱਥੇ ਕੰਮ ਕਰ ਰਹੇ ਹਾਂ, ਮਹਾਰਾਜ ਦੀ ਕਿਰਪਾ ਨਾਲ ਛੇਤੀ ਕੁਛ ਨਾ ਕੁਛ ਛਪ ਕੇ ਵੀ ਸਾਹਮਣੇ ਆਊਗਾ। ਕਾਫੀ ਸਾਰੇ ਪ੍ਰੋਜੈਕਟ ਆਪਣੇ ਚੱਲ ਰਹੇ ਆ ਤੇ ਆਪਾਂ ਤੁਹਾਡੀ ਬਹੁਤ ਮਿਹਰਬਾਨੀ ਦੇ। ਇੱਕ ਸਵਾਲ ਆਇਆ ਤਰਨ ਬਰਾੜ ਜੀ ਦਾ, ਵਾਜ ਸੋਵਰੇਨਿਟੀ ਆਫ ਸਿੱਖਸ ਰੂਟ ਕੌਜ਼ ਆਫ ਐਂਟੀ ਸਿੱਖ ਰਾਈਟਸ ਐਂਡ ਹਾਊ ਕੈਨ ਆਈ ਕੰਸਿਡਰ ਪੰਜਾਬ ਐਂਡ ਸਿੱਖਸ ਇਨ ਪੈਰਲਲ ਟੈਂਡਮ ਕੰਟੈਕਸਟ। ਦੇਖੋ ਗੱਲ ਇਹ ਹੈ ਵੀ ਜਿਹੜਾ ਸੱਭਿਆਚਾਰ ਹੈ ਉਹ ਪੰਜਾਬ ਦਾ ਹੋਵੇ ਜਾਂ ਕਿਸੇ ਵੀ ਇਲਾਕੇ ਦਾ, ਸੱਭਿਆਚਾਰ ਦੇ ਕੋਈ ਨਾ ਕੋਈ ਸਰੋਤ ਤਾਂ ਹੁੰਦੇ ਹੀ ਹੈ। ਸੋ ਸੱਭਿਆਚਾਰ ਦਾ ਸਰੋਤ ਕੌਣ ਬਣਦਾ ਹੈ? ਸੱਭਿਆਚਾਰ ਦੇ ਸਰੋਤ ਉਹ ਪ੍ਰੋਸੈਸ ਬਣਦੇ ਹੈ ਜਿਹੜੇ ਸਹਿਜ ਸੁਭਾਅ ਲੋਕਾਂ ਦੇ ਅੰਦਰ ਲੈ ਜਾਂਦੇ। ਉਹ ਸਿੱਖੀ ਲੋਕਾਂ ਨੇ ਕਿਵੇਂ ਧਾਰਨ ਕੀਤੀ? ਗੁਰੂ ਨਾਨਕ ਸਾਹਿਬ ਜਨਮ ਸਾਖੀਆਂ ਮੁਤਾਬਕ ਉਦਾਸੀਆਂ ਦੇ ਦੌਰਾਨ ਕਿਸੇ ਜਗ੍ਹਾ ਜਾਂਦੇ ਸੀ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੀ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ, ਗੁਰੂ ਸਾਹਿਬ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਕਰਦੇ ਸੀ, ਲੋਕ ਆਵਾਜ਼ ਸੁਣ ਕੇ ਤੇ ਗੁਰੂ ਦਾ ਸ਼ਬਦ ਸੁਣ ਕੇ ਆਉਂਦੇ ਸੀ ਤੇ ਉਹ ਗੁਰੂ ਨੂੰ ਮੱਥਾ ਟੇਕ ਕੇ ਸਿੱਖ ਹੋ ਜਾਂਦੇ ਸੀ। ਸੋ ਗੁਰਬਾਣੀ ਜਿਹੜੀ ਹੈ ਉਹ ਅੰਦਰ ਲੈਂਦੀ ਹੈ, ਉਹ ਸਿੱਖੀ ਦਾ ਅਨੁਭਵ ਲੋਕਾਂ ਦੇ ਅੰਦਰ ਲੱਥਾ। ਸੋ ਜਿਹੜੀ ਚੀਜ਼ ਨੂੰ ਲੋਕਾਂ ਨੇ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਦਬਾਅ ਤੋਂ, ਬਿਨਾਂ ਕਿਸੇ ਫਿਲੋਸੋਫੀਕਲ ਰਿਫਲੈਕਸ਼ਨ ਤੋਂ, ਬਿਨਾਂ ਕਿਸੇ ਗਿਣਤੀ ਮਿਣਤੀ ਤੋਂ ਸਹਿਜ ਭਾਵ ਜਿਹੜੀ ਚੀਜ਼ ਨੂੰ ਲੋਕਾਂ ਨੇ ਧਾਰਨ ਕੀਤਾ ਉਹ ਸੱਭਿਆਚਾਰ ਦੇ ਵਿੱਚ ਢਲ ਜਾਂਦੀ ਹੈ, ਉਹ ਬੋਲੀ 'ਚ ਢਲ ਜਾਂਦੀ ਹੈ, ਉਹ ਭਾਸ਼ਾ ਦੇ ਰਾਹੀਂ ਰਿਫਲੈਕਟ ਹੁੰਦੀ ਹੈ। ਸੋ ਜਿਹੜਾ ਸਿੱਖੀ ਦਾ ਲਿਵਡ ਐਕਸਪੀਰੀਅੰਸ ਹੈ ਉਹ ਪੰਜਾਬ ਦੀ ਧਰਤੀ ਨੂੰ ਆਪਣੇ ਰੰਗ ਦੇ ਵਿੱਚ ਰੰਗ ਗਿਆ। ਜਿਹੜੀ ਸਿੱਖੀ ਨੇ ਮਨੁੱਖਾਂ ਦੇ ਅੰਦਰ ਟਰਾਂਸਫੋਰਮੇਸ਼ਨ ਲਿਆਂਦੀ, ਉਹ ਟਰਾਂਸਫੋਰਮੇਸ਼ਨ ਇੱਕ ਹਿਸਟੋਰੀਕਲ ਪ੍ਰੋਸੈਸ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਈ। ਸੋ ਇਹ ਤਾਂ ਹੋਇਆ ਸਿੱਖੀ ਤੇ ਪੰਜਾਬ ਦਾ ਕਨੈਕਸ਼ਨ। ਜਿਹੜੀ ਸਿੱਖੀ ਦੀ ਸੋਵਰੇਨਿਟੀ ਹੈ ਜਾਂ ਤੁਸੀਂ ਕਿਹਾ ਸੋਵਰੇਨਿਟੀ ਆਫ ਸਿੱਖਸ, ਇਹ ਬੜਾ ਵਧੀਆ ਹੈ, ਜਿਹੜੀ ਸਿੱਖਾਂ ਦੀ ਸੋਵਰੇਨਿਟੀ ਉਹ ਸਾਰੀ ਗੱਲ ਦੀ ਮੂਲ ਵਜ੍ਹਾ ਬਣੀ ਹੈ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਉਹ ਕਿਵੇਂ ਹੈ ਕਿ ਜਿਹੜਾ ਜਦੋਂ ਸਿੱਖੀ ਸਾਜੀ ਖਾਲਸਾ ਸਾਜਿਆ ਦਸਵੇਂ ਪਾਤਸ਼ਾਹ ਨੇ, ਉਹਦੇ 'ਚ ਕੀ ਹੈ ਵੀ ਗੁਰੂ ਸਾਹਿਬ ਕਹਿੰਦੇ ਆ ਕਰਮ ਨਾਸ਼, ਧਰਮ ਨਾਸ਼, ਭਰਮ ਨਾਸ਼, ਕਿਰਤ ਨਾਸ਼, ਕੁੱਲ ਨਾਸ਼। ਹੁਣ ਇਹ ਸਾਰਿਆਂ ਦਾ ਕਰਮ, ਧਰਮ, ਭਰਮ, ਕਿਰਤ, ਕੁੱਲ, ਇਹ ਸਾਰਿਆਂ ਦਾ ਕੀ ਸੰਬੰਧ ਹੈ? ਧਰਮਾਂ ਡਾਕਟਰੀਨ ਹੈ ਜਿਹੜਾ ਹਿੰਦੂਆਂ ਦਾ, ਉਹਦੇ ਵਿੱਚ ਉਹ ਬੇਸਿਕਲੀ ਕੰਟਰੋਲ ਮੈਕੇਨਿਜ਼ਮ ਹੈ। ਉਹਦੇ 'ਚ ਜਿਹੜਾ ਜਾਤ ਪਾਤੀ ਸਿਸਟਮ ਹੈ ਸਾਰਾ ਉਹ ਡਿਫਾਈਨ ਕੀਤਾ ਗਿਆ। ਜਾਤ ਪਾਤੀ ਸਿਸਟਮ ਇਹ ਕਹਿੰਦਾ ਬੰਦੇ ਨੇ ਜੇ ਪੂਰਵਲੇ ਜਨਮਾਂ 'ਚ ਮਾੜੇ ਕਰਮ ਕੀਤੇ ਹੈ ਤੇ ਉਹ ਸੋ ਕਾਲਡ ਨੀਵੀਂ ਜਾਤ 'ਚ ਪੈਦਾ ਹੁੰਦਾ, ਇਸ ਲਈ ਉਹਦਾ ਫਰਜ਼ ਹੈ ਕਿ ਉੱਚ ਜਾਤੀਆਂ ਦੀ ਸੇਵਾ ਕਰੇ। ਸੋ ਤੁਸੀਂ ਕਰਮ ਨਾਸ਼ ਕਰਦੇ ਹੋ, ਤੁਸੀਂ ਸਿੱਖ ਬਣ ਗਏ, ਤੁਹਾਡਾ ਪੁਰਾਣਾ ਕਰਮ ਕੋਈ ਨਹੀਂ ਰਿਹਾ। ਜਿਹੜਾ ਪਹਿਲਾ ਧਰਮ ਤੁਹਾਨੂੰ ਬ੍ਰਾਹਮਣਾਂ ਨੇ ਦਿੱਤਾ ਉਹਦਾ ਵੀ ਨਾਸ਼ ਕਰ ਦਿਓ, ਤੁਸੀਂ ਉਹਨਾਂ ਦੇ ਜਿਹੜੇ ਡੋਮੈਸਟੀਕੇਸ਼ਨ ਦਾ ਪ੍ਰੋਸੈਸ ਹੈ, ਉਹਨਾਂ ਦੇ ਸੈੱਟ ਕੀਤੇ ਰੂਲ ਦੇ ਗੇਮਸ ਆਫ ਰੂਲਸ ਆਫ ਗੇਮ ਹੈ, ਉਹ ਤੁਸੀਂ ਸਾਰੇ ਰੱਦ ਕਰ ਦਿਓ। ਜਿਹੜੇ ਉਹਨਾਂ ਨੇ ਪੂਰਵਲੇ ਜਨਮਾਂ ਬਾਰੇ ਹੋਰ ਗੱਲਾਂ ਬਾਰੇ ਭਰਮ ਖੜੇ ਕੀਤੇ ਤੁਹਾਡੇ ਮਨ 'ਚ, ਉਹਦਾ ਵੀ ਨਾਸ਼ ਕਰ ਦਿਓ। ਬ੍ਰਾਹਮਣਾਂ ਨੇ ਕਿਹਾ ਵੀ ਜਿਹੜਾ ਬੰਦਾ ਜਿਹੜੀ ਜਾਤ 'ਚ ਪੈਦਾ ਹੋਇਆ ਉਹਨੇ ਉਹੋ ਹੀ ਕਿੱਤਾ ਕਰਨਾ ਹੈ, ਕਿਸੇ ਨੇ ਚਮੜੇ ਦਾ ਕਰਨਾ ਹੈ, ਕਿਸੇ ਨੇ ਸਫਾਈ ਦਾ ਕਰਨਾ ਹੈ, ਕਿਸੇ ਨੇ ਕੋਈ। ਉਹ ਕਹਿੰਦੇ ਕਿਰਤ ਨਾਸ਼ ਵੀ ਕਰ ਦਿਓ।
ਤੁਹਾਡੀ ਕੋਈ ਕਿਰਤ ਨਹੀਂ ਗੀ, ਤੁਸੀਂ ਜਿਹੜਾ ਬੰਦਾ ਜਿਹੜੀ ਮਰਜ਼ੀ ਕਿਰਤ ਕਰ ਸਕਦਾ, ਕੁੱਲ ਨਾਸ਼ ਕਰ ਦਿਓ। ਤੁਹਾਨੂੰ ਕੁੱਲ ਦਾ ਮਾਣ ਨਹੀਂ ਗਾ, ਮੈਂ ਫਲਾਨੀ ਕੁੱਲ ਦਾ ਬੰਦਾ ਹੈ, ਉੱਚੀ ਕੁੱਲ ਹੈ ਤੇ ਮੈਨੂੰ ਇਹਦਾ ਮਾਣ ਹੈ, ਜਾਂ ਇਹ ਨੀਵੀਂ ਕੁੱਲ ਹੈ ਮੈਨੂੰ ਇਹਦਾ ਤਿਰਸਕਾਰ ਹੋਣਾ ਚਾਹੀਦਾ। ਕੁੱਲ ਦਾ ਨਾਸ਼ ਕਰ ਦਿਓ। ਤੁਸੀਂ ਹਰ ਬੰਦਾ ਜਿਹੜਾ ਉਹ ਅਕਾਲ ਪੁਰਖ ਦੀ ਜੋਤ ਹੈ, ਇਹ ਸੋਵਰਨਿਟੀ ਦਿੱਤੀ ਖਾਲਸੇ ਨੂੰ। ਖਾਲਸੇ ਦਾ ਅਰਥ ਹੁੰਦਾ ਹੈ ਉਹ ਸੋਵਰਨ ਜਿਹੜਾ ਸਿਰਫ ਜਿਹੜਾ ਬਾਦਸ਼ਾਹ ਹੈ ਉਹਦੇ ਥੱਲੇ ਹੋਵੇ। ਸੋ ਬਾਦਸ਼ਾਹ ਕੌਣ ਹੈ, ਅਸਲੀ ਰਾਜਾ ਕੌਣ ਹੈ, ਅਸਲੀ ਜਿਹੜਾ ਪਾਤਸ਼ਾਹੀ ਕਿਹਦੀ ਹੈ ਸਿੱਖੀ ਦੇ ਵਿੱਚ? ਅਕਾਲ ਪੁਰਖ ਦੀ। ਸੋ ਅਕਾਲ ਪੁਰਖ ਦੇ ਨਾਲ ਸਿੱਧਾ ਕਨੈਕਸ਼ਨ ਖਾਲਸੇ ਦਾ, ਜਿਹੜਾ ਉਹ ਸੋਵਰਨਿਟੀ ਗੁਰੂ ਨੇ ਬਖਸ਼ੀ ਹੈ ਵੀ ਇਨ ਬਿਟਵੀਨ ਜਿਹੜੇ ਜਿਹੜੇ ਲੋਕਲ ਸੋਵਰਨ ਹੁੰਦੇ ਸੀ ਉਹਨਾਂ ਦਾ, ਜਿਨ੍ਹਾਂ ਦਾ ਲੋਕਲ ਛੋਟੇ ਮੋਟੇ ਨਵਾਬਾਂ ਨਾਲ ਰਾਜਿਆਂ ਨਾਲ ਕੋਈ ਸੰਬੰਧ ਨਹੀਂ ਸੀ ਹੁੰਦਾ, ਸਿੱਧੇ ਬਾਦਸ਼ਾਹ ਨੂੰ ਜਵਾਬਦੇ ਹੁੰਦੇ ਸੀ, ਉਹਨੂੰ ਖਾਲਸਾ ਕਹਿੰਦੇ ਸੀ। ਸੋ ਖਾਲਸਾ ਜਿਹੜਾ ਉਹ ਸਿੱਧਾ ਅਕਾਲ ਪੁਰਖ ਦੀ ਸੱਤਾ ਦੇ ਥੱਲੇ ਹੈ। ਇਹ ਖਾਲਸੇ ਦੀ ਸੋਵਰਨਿਟੀ ਹੈ, ਇਹ ਸੋਵਰਨਿਟੀ ਦੇ ਵਿੱਚ ਇਹ ਨਿਹਿਤ ਹੀ ਹੈ। ਜਿਹੜੀ ਬ੍ਰਹਮਿਕਲ ਅਥਾਰਟੀ ਹੈ ਉਹ ਰੱਦ ਹੁੰਦੀ ਹੈ, ਉਹ ਅਥਾਰਟੀ ਕੁਐਸਚਨ ਹੋਣ ਦੀ ਤੇ ਇਫੈਕਟਿਵਲੀ ਰੱਦ ਹੋਣ ਦੀ ਜਿਹੜੀ ਖੁਣਸ ਸੀ ਬ੍ਰਾਹਮਣਾਂ ਨੂੰ, ਤੇ ਉਹ ਖੁਣਸ ਇਤਿਹਾਸ 'ਚ ਬਹੁਤ ਥਾਵਾਂ 'ਤੇ ਨਿਕਲੀ ਹੈ। ਗੰਗੂ ਰਾਹੀਂ ਵੀ ਨਿਕਲੀ ਹੈ, ਜਸਪਤ ਰਾਏ ਲਖਪਤ ਰਾਏ ਵੀ ਨਿਕਲੀ ਆ, ਉਦੋਂ ਪਹਿਲਾਂ ਚੰਦੂ ਰਾਹੀਂ ਵੀ ਨਿਕਲੀ ਹੈ, ਤੇ ਫਿਰ 1984 ਦੇ ਵਿੱਚ ਇੰਦਰਾ ਗਾਂਧੀ ਰਾਹੀਂ ਵੀ ਨਿਕਲੀ ਹੈ। ਸੋ ਇਹ ਖੁਣਸ ਜਿਹੜੀ ਆ ਸਮੇਂ ਸਮੇਂ 'ਤੇ ਪ੍ਰਗਟ ਹੁੰਦੀ ਰਹੀ ਹੈ। ਇਹ ਇੱਕ ਨਾ ਸਵਾਲ ਆਇਆ ਸਿਮਰਤ ਦਾ, ਤੇ ਉਹਨਾਂ ਨੇ ਪੁੱਛਿਆ ਵੀ ਜਿਹੜਾ ਇੱਥੋਂ ਦਾ ਯੂਥ ਹੈ ਉਹ ਇਹੋ ਜਿਹੀ ਜਿਹੜੀ ਪੰਜਾਬੀ ਕਵਿਤਾ ਹੈ ਉਹਨੂੰ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦਾ, ਉਹਨੂੰ ਮੁਸ਼ਕਲ ਆਉਂਦੀ ਹੈ, ਤੇ ਉਹ ਇਹਦੇ ਨਾਲ ਕਿਵੇਂ ਕਨੈਕਟ ਕਰੇ? ਹਾਊ ਸ਼ੁਡ ਵੀ ਐ ਸਿੱਖ ਨੌਜਵਾਨ ਯੂਥ ਅਪਰੋਚ ਪੰਜਾਬੀ ਐਂਡ ਸਿੱਖ ਪੋਇਟਰੀ? ਹਾਂਜੀ ਦੇਖੋ, ਮੈਂ ਤੁਹਾਨੂੰ ਕਾਫੀ ਸਾਰੇ ਨਾਂ ਗਿਣਾ ਸਕਦਾ ਲਾਈਟਨਰ ਤੋਂ ਸ਼ੁਰੂ ਹੋ ਕੇ, ਜਿਨ੍ਹਾਂ ਨੂੰ 40-40 ਲੈਂਗੁਏਜਸ ਆਉਂਦੀਆਂ ਸੀ ਤੇ 10-20 ਲੈਂਗੁਏਜ ਜਾਣਨ ਵਾਲਿਆਂ ਦੀ ਗਿਣਤੀ ਨਹੀਂ, ਆਮ ਹੀ ਯੂਨੀਵਰਸਿਟੀਆਂ 'ਚ ਹੁੰਦੇ ਆ। ਪੰਜਾਬੀ ਸਿੱਖਣ ਦਾ ਕੋਈ ਬਦਲ ਨਹੀਂ ਗਾ, ਪੰਜਾਬੀ ਸਿੱਖੇ ਬਗੈਰ ਸਾਡਾ ਨਹੀਂ ਸਰ ਸਕਦਾ, ਪੰਜਾਬੀ ਸਿੱਖਣੀ ਚਾਹੀਦੀ ਹੈ। ਗੁਰਬਾਣੀ ਦੀ ਜਿਹੜੀ ਭਾਸ਼ਾ ਹੈ ਉਹਦੀ ਵੱਧ ਤੋਂ ਵੱਧ ਸਾਨੂੰ ਉਹਦੀ ਸ਼ਬਦਾਵਲੀ ਦਾ ਗਿਆਨ ਹੋਣਾ ਚਾਹੀਦਾ। ਸੋ ਤੁਸੀਂ ਜੇ ਇੱਕ ਦਿਨ 'ਚ ਰੋਜ਼ 15 ਮਿੰਟ ਵੀ ਕੱਢੋ, 15 ਮਿੰਟ ਕੋਈ ਵੀ ਬੰਦਾ ਕੱਢ ਸਕਦਾ ਜਿੰਨਾ ਮਰਜ਼ੀ ਬਿਜ਼ੀ ਹੋਵੇ, ਤੇ ਉਹ ਕੰਟੀਨਿਊਟੀ ਦੀ ਗੱਲ ਹੁੰਦੀ ਹੈ ਸਾਰੀ। ਤੁਸੀਂ ਇੱਕ ਦਿਨ 'ਚ ਸੋਚੋ ਵੀ ਮੈਂ ਸਿਰਫ 15 ਮਿੰਟ ਲਾਉਣੇ ਆ ਭਾਸ਼ਾ ਸਿੱਖਣ 'ਤੇ, ਤੇ ਉਹ ਤੁਸੀਂ ਪ੍ਰੈਕਟਿਸ ਕਰਨੀ ਹੈ। ਪ੍ਰੈਕਟਿਸ ਕਰਨ ਦੇ ਤਰੀਕੇ ਕੀ ਹੈ ਵੀ ਗੁਰਬਾਣੀ ਦਾ ਕੋਈ ਸ਼ਬਦ ਪੜ੍ਹੋ, ਤੇ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਦਾ ਸਟੀਕ ਹੈ ਉਹਦੇ ਹੇਠਾਂ ਔਖੇ ਸ਼ਬਦਾਂ ਦੇ ਅਰਥ ਦਿੱਤੇ ਆ, ਉਹ ਜਿਵੇਂ ਕਿਸੇ ਨਾ ਕਿਸੇ ਲੈਵਲ 'ਤੇ ਉਹ ਠੀਕ ਹੈ ਪਰ ਕਈ ਥਾਵਾਂ 'ਤੇ ਉਹਦੇ ਅਰਥ ਗਲਤ ਹੈ। ਬੈਟਰ ਇਹ ਹੁੰਦਾ ਵੀ ਤੁਸੀਂ ਡਿਕਸ਼ਨਰੀਆਂ ਲੈ ਕੇ ਉਹਨਾਂ ਦੇ ਵਿੱਚੋਂ ਸ਼ਬਦ ਵੇਖੋ, ਪਰ ਜੇ ਤੁਸੀਂ ਸਾਹਿਬ ਸਿੰਘ ਜੀ ਦਾ ਟੀਕਾ ਵੀ ਲੈਂਦੇ ਹਾਂ ਜਿਹੜਾ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਆ 4 ਜਿਲਦਾਂ 'ਚ ਸ਼੍ਰੋਮਣੀ ਕਮੇਟੀ ਨੇ ਛਾਪਿਆ, ਉਹਦੇ 'ਚ ਸਿਰਫ ਔਖੇ ਸ਼ਬਦਾਂ ਦੇ ਅਰਥ ਹੀ ਹੈ, ਉਹ ਬਹੁਤ ਜ਼ਿਆਦਾ ਹੈਲਪਫੁੱਲ ਹੈ, ਉਹਨੂੰ ਵੀ ਲੈਣਾ ਚਾਹੀਦਾ। ਜਦੋਂ ਵੀ ਕੋਈ ਸ਼ਬਦ ਤੁਹਾਡੇ ਦਿਮਾਗ 'ਚ ਆਉਂਦਾ ਹੈ ਆਪਦੇ ਕੰਪਿਊਟਰ 'ਤੇ ਮਹਾਨ ਕੋਸ਼ ਦੀ PDF ਲਾ ਕੇ ਰੱਖੋ, ਉਦੋਂ ਹੀ ਨਾਲ ਦੀ ਨਾਲ ਮਹਾਨ ਕੋਸ਼ ਖੋਲੋ, ਹੋਰ ਜਿਹੜੀਆਂ ਭਾਸ਼ਾ ਭਾਗ ਨੇ ਪੰਜਾਬੀ ਕੋਸ਼ ਛਾਪਿਆ, ਡਿਕਸ਼ਨਰੀਆਂ ਵੱਧ ਤੋਂ ਵੱਧ ਲਓ ਅਤੇ ਡਿਕਸ਼ਨਰੀਆਂ ਨੂੰ ਲਗਾਤਾਰ ਕੰਸਲਟ ਕਰੋ। ਜਿਹੜੀਆਂ ਔਨਲਾਈਨ ਡਿਕਸ਼ਨਰੀਆਂ ਨਾ ਜਿਵੇਂ ਸ਼ਬਦਕੋਸ਼.com 'ਤੇ ਪੰਜਾਬੀ ਟੂ ਇੰਗਲਿਸ਼, ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ ਹੈ, ਉਹ ਕਾਫੀ ਚੰਗੀ ਹੈ, ਉਹ ਵੀ ਕੰਸਲਟ ਕਰਨੀ ਚਾਹੀਦੀ ਹੈ। ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੰਗਲਿਸ਼ ਟੂ ਪੰਜਾਬੀ ਡਿਕਸ਼ਨਰੀ ਹੈ ਉਹ ਵੀ ਕਾਫੀ ਚੰਗੀ ਹੈ, ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਰਸ਼ੀਅਨ ਟੂ ਪੰਜਾਬੀ ਡਿਕਸ਼ਨਰੀ ਹੈ ਉਹ ਵੀ ਕਾਫੀ ਚੰਗੀ ਹੈ। ਸੋ ਤੁਹਾਡੇ ਕੋਲ ਜਿਹੜੀਆਂ ਲੋੜ ਜੋਗੀਆਂ ਡਿਕਸ਼ਨਰੀਆਂ ਉਹ ਸਾਰੀਆਂ ਹੋਣੀਆਂ ਚਾਹੀਦੀਆਂ। 15 ਮਿੰਟ ਤੁਹਾਨੂੰ ਰੋਜ਼ ਭਾਸ਼ਾ ਸਿੱਖਣ 'ਤੇ ਲਾਉਣੇ ਚਾਹੀਦੇ ਆ, ਅਤੇ ਜਦੋਂ ਕੋਈ ਚੀਜ਼ ਪੜ੍ਹਨੀ ਹੈ ਉਹਦੇ 'ਚ ਤੁਸੀਂ ਸ਼ਬਦ ਦੇ ਅਰਥ ਲੱਭੋ ਜਾਂ ਨਾ ਲੱਭੋ ਇਹ ਨਹੀਂ ਮੈਟਰ ਕਰਦਾ, ਪਰ ਜਿਹੜੇ ਸ਼ਬਦ ਦੇ ਅਰਥ ਤੁਹਾਨੂੰ ਆਉਂਦੇ ਨਹੀਂ ਤੁਸੀਂ ਉਹ ਸ਼ਬਦ ਲਿਖ ਜ਼ਰੂਰ ਲਓ ਅਤੇ ਕਿਸੇ ਨਾ ਕੰਸਲਟ ਕਰੋ। ਜੇ ਸਾਡੇ ਨਾਲ ਵੀ ਕੰਸਲਟ ਕਰੋਗੇ ਤੁਸੀਂ ਮੋਰ ਦੈਨ ਵੈਲਕਮ ਆ। ਸੋ ਆਪਣਾ ਤਾਂ ਚਲੋ ਕੋਈ ਨਾ ਕੋਈ ਰਾਬਤਾ ਹੈਗਾ, ਸਿਮਰਤ ਤੁਸੀਂ ਸਾਡੇ ਨਾਲ ਗੋਸ਼ਟੀ ਦਾ ਹਿੱਸਾ ਹੈ, ਤੁਸੀਂ
ਸਾਡੇ ਨਾਲ ਕੰਸਲਟ ਕਰ ਸਕਦੇ ਹਾਂ, ਅਸੀਂ ਹੋਰ ਸਰੋਤ ਤੁਹਾਨੂੰ ਦੱਸ ਸਕਦੇ ਹਾਂ, ਸ਼ਾਇਦ ਸ਼ਬਦਾਂ ਦੇ ਕੇ ਵੀ ਸਾਨੂੰ ਅਰਥ ਪਤਾ ਵੀ ਹੋ ਸਕਦੇ ਆ ਤਾਂ ਉਹ ਸਾਂਝੇ ਕਰ ਸਕਦੇ ਹਾਂ, ਪਰ ਜਿਹੜੇ ਹੋਰ ਸੁਣਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਲੈਂਗੁਏਜ ਦੇ ਮਾਮਲੇ 'ਚ ਸਿੱਖਣ ਦਾ ਵਧੀਆ ਤਰੀਕਾ ਇਹੀ ਹੈ ਵੀ ਕਦੇ ਵੀ ਗੱਲ ਗਾਂਹ 'ਤੇ ਨਾ ਪਾਓ। ਜਦੋਂ ਵੀ ਤੁਸੀਂ ਕੋਈ ਪੜ੍ਹਿਆ ਸ਼ਬਦ ਉਹਦੇ ਅਰਥ ਸਮਝ ਨਹੀਂ ਆਏ, ਨਾਲ ਦੀ ਨਾਲ ਡਿਕਸ਼ਨਰੀ ਵੇਖੋ। ਜੇ ਹੁਣ ਤੁਸੀਂ ਪੰਜਾਬੀ ਪੋਇਟਰੀ ਦੀਆਂ ਜਿਹੜੀਆਂ ਟੈਕਸਟ ਬੁੱਕਸ ਹੈ ਉਹ ਪੰਜਾਬ ਤੋਂ ਮੰਗਾ ਲਓ, ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਪੁਰਾਣੀਆਂ ਸੂਫੀਆਂ ਤੋਂ ਲੈ ਕੇ, ਗੁਰਬਾਣੀ ਤੋਂ ਲੈ ਕੇ, ਸੂਫੀਆਂ ਤੋਂ ਲੈ ਕੇ ਨਵੀਂ ਪੰਜਾਬੀ ਕਵਿਤਾ ਬੜੀ ਐਡਿਟ ਕੀਤੀ ਹੈ, ਉਹਦੇ ਥੱਲੇ ਬਹੁਤ ਵਾਰੀ ਔਖੇ ਸ਼ਬਦਾਂ ਦੇ ਅਰਥ ਹੁੰਦੇ ਆ ਫੁੱਟਨੋਟ ਦੇ ਰੂਪ 'ਚ ਜਾਂ ਕਿਤਾਬ ਦੇ ਪਿੱਛੇ ਐਂਡ ਨੋਟ ਦੇ ਰੂਪ 'ਚ, ਉਹ ਵੀ ਕਾਫੀ ਮਦਦਗਾਰ ਹੁੰਦੀਆਂ। ਸੋ ਭਾਸ਼ਾ ਸਿੱਖੇ ਬਗੈਰ ਨਹੀਂ ਸਰ ਸਕਦਾ, ਤੇ ਭਾਸ਼ਾ ਸਿੱਖਣਾ ਇੰਨਾ ਔਖਾ ਕੰਮ ਨਹੀਂ, ਬਸ ਕੰਟੀਨਿਊਟੀ ਚਾਹੀਦੀ ਹੈ। ਟਰਾਂਸਲੇਸ਼ਨ ਦੇ ਵਿੱਚ ਕੁਛ ਨਹੀਂ ਰਹਿੰਦਾ, ਟਰਾਂਸਲੇਸ਼ਨ ਤਾਂ ਹੋਰ ਹੀ ਕੁਛ ਹੁੰਦੀ ਹੈ, ਭਾਸ਼ਾ ਸਿੱਖਣੀ ਹੀ ਚਾਹੀਦੀ ਹੈ। ਸਿੱਖਾਂ ਨੂੰ ਤਾਂ ਪੰਜਾਬੀ ਜ਼ਰੂਰ ਸਿੱਖਣੀ ਚਾਹੀਦੀ ਹੈ, ਸਾਡਾ ਨਹੀਂ ਸਰ ਸਕਦਾ ਕਿਸੇ ਵੀ ਹਾਲਤ 'ਚ। ਹਾਂਜੀ, ਅਤੇ ਹੁਣ ਆਪਾਂ ਜੀ ਕਰਦੇ ਹਾਂ ਸਮਾਪਤੀ ਆਪਣਾ, ਤਾਂ ਘੰਟਾ ਜਿਹੜਾ ਉਹ ਸਮੇਂ ਤੋਂ ਉੱਤੇ ਲੱਗ ਗਿਆ। ਅਖੀਰ 'ਤੇ ਮੈਂ ਕੁਛ ਇੱਕ ਦੋ ਬੇਨਤੀਆਂ ਜਿਹੜੀਆਂ ਉਹ ਕਰਨੀਆਂ ਚਾਹੁੰਦਾ। ਇੱਕ ਤਾਂ ਜਿਹੜੇ ਵੀ ਸੱਜਣ ਸਾਡੇ ਨਾਲ ਫੇਸਬੁੱਕ 'ਤੇ ਜੁੜੇ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜੇ ਉਹ ਜ਼ੂਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ ਤਾਂ ਉਹ ਗੋਸ਼ਟੀ ਗਰੁੱਪ ਦਾ ਭਾਗ ਬਣ ਸਕਦੇ ਆ। ਤੁਸੀਂ ਮੈਨੂੰ ਆਪਦੀ ਈਮੇਲ ਅਤੇ ਵਟਸਐਪ ਨੰਬਰ ਆ ਜਿਹੜਾ ਉਹ ਫੇਸਬੁੱਕ ਸੁਨੇਹੇ ਰਾਹੀਂ ਭੇਜ ਸਕਦੇ ਆ, ਅਤੇ ਮੈਂ ਤੁਹਾਨੂੰ ਉਹਦੇ ਵਿੱਚ ਸ਼ਾਮਿਲ ਆ ਜਿਹੜਾ ਫਿਰ ਉਹ ਕਰ ਲੂੰਗਾ, ਅਤੇ ਫਿਰ ਤੁਸੀਂ ਗਾਂਹ ਤੋਂ ਤੁਹਾਨੂੰ ਗੋਸ਼ਟੀ ਦਾ ਜਦੋਂ ਵੀ ਕੋਈ ਪ੍ਰੋਗਰਾਮ ਹੋਊਗਾ ਉਹਦੇ ਤੁਹਾਨੂੰ ਜ਼ੂਮ ਲਿੰਕ ਫਿਰ ਮਿਲਿਆ ਕਰੂਗਾ, ਸੋ ਉਹਦਾ ਤੁਸੀਂ ਭਾਗ ਬਣ ਸਕਦੇ ਆ। ਦੂਜੀ ਗੱਲ ਇਹ ਆ ਵੀ ਆਪਣਾ ਅੱਜ ਦਾ ਸੈਸ਼ਨ ਆ ਜਿਹੜਾ ਉਹ ਬਹੁਤ ਕਮਾਲ ਰਿਹਾ, ਮੈਨੂੰ ਲੱਗਦਾ ਹੁਣ ਤੱਕ ਦਾ ਵਨ ਆਫ ਦੀ ਬੈਸਟ ਸੈਸ਼ਨ ਸੀਗਾ। ਅਤੇ ਜਿਹੜੇ ਆਪਣੇ ਗਾਉਣ ਵਾਲੇ ਨੇ ਖਾਸ ਕਰਕੇ ਸਰਤਾਜ ਸਿੰਘ ਜੀ, ਅਮਰੀਕ, ਸੁਖਮਨ, ਇਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਹਰ ਵਾਰੀ ਜ਼ਰੂਰ ਆਪਣਾ ਤਿਆਰੀ ਕਰਕੇ ਰੱਖਿਆ ਕਰੋ, ਅਤੇ ਬਿਹਤਰ ਇਹੀ ਹੈ ਕਿ ਤੁਸੀਂ ਸਾਨੂੰ ਸੁਣਾਇਆ ਕਰੋ ਕੋਈ ਕਵਿਤਾ ਮਹਿਬੂਬ ਸਾਹਿਬ ਦੀ। ਅਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਜਿਹੜਾ ਅੱਜ ਤੁਸੀਂ ਗਾਇਆ ਬਹੁਤ ਵਧੀਆ ਲੱਗਿਆ। ਅਤੇ ਗਾਂਹ ਤੋਂ ਗੋਸ਼ਟੀ ਦੇ ਪ੍ਰੋਗਰਾਮ ਤਾਂ ਇਹੀ ਸੀਗਾ ਕਿ ਆਪਾਂ ਲਗਾਤਾਰ ਜਾਰੀ ਰੱਖਣਾ, ਮੈਨੂੰ ਹੋ ਸਕਦਾ ਥੋੜ੍ਹੇ ਜਿਹੇ ਕੁਛ ਸਮੇਂ ਵਾਸਤੇ ਗੋਸ਼ਟੀ ਤੋਂ ਛੁੱਟੀ ਲੈਣੀ ਪਵੇ, ਪਰ ਪ੍ਰੋਗਰਾਮ ਇਹ ਆਈ ਚੱਲਦੇ ਰਹਿਣਗੇ, ਅਤੇ ਤੁਸੀਂ ਹਰ ਹਫ਼ਤੇ ਆਪਾਂ ਹਜੇ ਕਰਿਆ ਕਰਾਂਗੇ, ਮੈਂ ਸ਼ਾਇਦ ਨਾ ਭਾਗ ਲੈ ਸਕਾਂ ਅਗਲੇ ਕੁਛ ਪ੍ਰੋਗਰਾਮਾਂ 'ਚ। ਅਤੇ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ। ਸੋ ਅਖੀਰ 'ਤੇ ਜੇ ਕਿਸੇ ਨੇ ਕੁਛ ਕਹਿਣਾ ਹੋਵੇ ਤਾਂ ਦੱਸ ਦਿਓ। ਹਾਂਜੀ, ਪ੍ਰੋਫੈਸਰ ਰਣਦੀਪ ਸਿੰਘ। ਹਾਂਜੀ, ਮੈਂ ਇੱਕ ਦੋ ਗੱਲਾਂ ਕਹਿਣ ਤੋਂ ਪਹਿਲਾਂ ਜਿਹੜਾ ਇੱਕ ਦੋ ਸਵਾਲ ਹੋਰ ਹੈ ਔਨਲਾਈਨ ਆਏ ਆ, ਮੈਂ ਉਹਨਾਂ ਬਾਰੇ ਮਾੜੀ ਜਿਹੀ ਗੱਲ ਕਰਨੀ। ਇੱਕ ਤਾਂ ਤਰਨ ਬਰਾੜ ਜੀ ਦੇ ਸਵਾਲ ਹੈ, ਉਹ ਇੱਕ ਤਾਂ ਹੈਗਾ ਐਨੀ ਲੈਂਗੁਏਜ ਵਰਲਡ ਵਾਈਡ ਐਜ ਕੰਪਲੀਟ ਐਜ ਪੰਜਾਬੀ ਵਿਦ ਗੁਰੂ ਫਿਲਿਪੀ, ਪਲੀਜ਼ ਐਡਵਾਈਜ਼। ਇਹ ਤਾਂ ਲੰਮਾ ਚੌੜਾ ਵਿਸ਼ਾ ਹੈ ਤਰਨ ਬਰਾੜ ਜੀ, ਪੰਜਾਬੀ ਬਹੁਤ ਯੂਨੀਕ ਹੈ ਅਤੇ ਗੁਰਮੁਖੀ ਤੋਂ ਬਿਨਾਂ ਕਿਸੇ ਹੋਰ ਲਿਪੀ 'ਚ ਨਹੀਂ ਲਿਖੀ ਜਾ ਸਕਦੀ, ਪਰ ਪੰਜਾਬੀ ਇੱਕ ਟੋਨਲ ਲੈਂਗੁਏਜ ਹੈ, ਟੋਨਲ ਲੈਂਗੁਏਜਿਸ ਦੁਨੀਆਂ 'ਚ ਘੱਟ ਹੈ, ਇਹਦੇ ਕਰਕੇ ਇਹਦੀ ਵਿਲੱਖਣਤਾ ਹੈ। ਇਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਕਿਸੇ ਹੋਰ ਮੌਕੇ 'ਤੇ, ਨਹੀਂ ਇਹ ਆਪਣੇ ਆਪ 'ਚ ਇੱਕ ਟੋਕ ਦਾ ਵਿਸ਼ਾ ਹੈ। ਦੂਜਾ ਤੁਹਾਡਾ ਸਵਾਲ ਹੈ ਕਿ ਇਹ ਗੱਲ ਸਹੀ ਹੈ ਕਿ ਸੱਚਾ ਸਿੱਖ ਜਾਂ ਰਾਜਾ ਹੋ ਸਕਦਾ ਜਾਂ ਬਾਗੀ, ਇਹ ਗੱਲ ਬਿਲਕੁਲ ਸਹੀ ਹੈ ਅਤੇ ਇਸ ਤਰ੍ਹਾਂ ਦੇ ਅਕੀਦੇ ਸਾਨੂੰ ਹਮੇਸ਼ਾ ਨਾਲ ਰੱਖਣੇ ਬਣਾ ਕੇ ਰੱਖਣੇ ਚਾਹੀਦੇ ਆ। ਅਗਲਾ ਕੋਮੈਂਟ ਜਾਂ ਸਵਾਲ ਆਇਆ ਮੇਰੇ ਖਿਆਲ ਹਰਦਿਆਲ ਸਿੰਘ ਜੀ ਦਾ ਲੱਗਦਾ, ਇਹ ਐਚ ਸਿੰਘ ਲਿਖਿਆ, ਦ ਫੀਲਿੰਗਸ ਐਜ਼ ਐਸਪੋਜ਼ਡ ਬਾਏ ਹਰਿੰਦਰ ਸਿੰਘ ਮਹਿਬੂਬ ਐਂਡ ਬਾਏ ਬੇਅੰਤ ਸਿੰਘ ਰਿਫਲੈਕਟ ਦਾ ਰਿਕੁਆਇਰਮੈਂਟ ਆਫ ਔਰਗੇਨਾਈਜ਼ਡ ਸਟਰਕਚਰਸ, ਟਾਈਮ ਪਾਸਿਸ ਐਂਡ ਸੋ ਡੂ ਡਿਸਕੋਰਡਸ, ਵਟ ਮੋਰ ਕੈਨ ਬੀ ਡਨ ਟੂ ਕ੍ਰੀਏਟ ਏ ਰੀਯੂਨੀਫਿਕੇਸ਼ਨ ਪ੍ਰੋਸੈਸ ਵੇਅਰ ਕਲੈਰਿਟੀ ਇਜ਼ ਕ੍ਰੀਏਟਿਡ ਟੂ ਰਿਸਪੈਕਟ ਈਚ ਅਦਰ ਐਂਡ ਰਿਜ਼ੋਲਵ ਮਾਈਨਰ ਇਸ਼ੂਜ਼ ਪੀਸਫੁਲੀ ਐਂਡ ਫੋਕਸ ਔਨ ਬਿਲਡਿੰਗ ਪਲੈਟਫੋਰਮਸ ਫੋਰ ਦਾ ਫੰਡ। ਹਾਂਜੀ, ਇਹ ਬਿਲਕੁਲ ਵੱਖਰਾ ਵਿਸ਼ਾ ਹੈ
ਪਰ ਇੱਥੇ ਮੇਰੇ ਵਿਚਾਰ ਹੈਗੇ ਆ ਉਹ ਮੋਟੇ ਤੌਰ 'ਤੇ ਇਹ ਹੈ ਕਿ ਜਿਹੜੇ ਔਰਗੇਨਾਈਜ਼ ਸਟਰਕਚਰਸ ਆ ਉਹਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲੋੜ ਹੁੰਦੀ ਹੈ ਅਤੇ ਹਰ ਤਰ੍ਹਾਂ ਦੇ ਖੇਤਰ ਦੇ ਵਿੱਚ ਹਰ ਤਰ੍ਹਾਂ ਦੇ ਸਟਰਕਚਰ ਬਣਨੇ ਚਾਹੀਦੇ ਆ। ਨੋਨ ਪ੍ਰੋਫਿਟ ਔਰਗੇਨਾਈਜੇਸ਼ਨਸ ਦੀ ਵੀ ਲੋੜ ਹੈ, ਪੋਲੀਟੀਕਲ ਪਾਰਟੀਆਂ ਦੀ ਵੀ ਲੋੜ ਹੈ, ਜਿਹੜੀਆਂ ਲਿਟਰੇਰੀ ਐਸੋਸੀਏਸ਼ਨਸ ਵੀ ਬਣਨੀਆਂ ਚਾਹੀਦੀਆਂ, ਰੀਡਿੰਗ ਗਰੁੱਪ ਵੀ ਬਣਨੇ ਚਾਹੀਦੇ ਆ, ਬਹੁਤ ਤਰ੍ਹਾਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਬਣਨੀਆਂ ਚਾਹੀਦੀਆਂ, ਬਹੁਤ ਤਰ੍ਹਾਂ ਦੇ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਦੀ ਇਕੱਠੇ ਹੋ ਕੇ ਕੋਈ ਕੋਲੀਸ਼ਨ ਆਪਸੀ ਤਾਲਮੇਲ ਉਸ ਤਰ੍ਹਾਂ ਦੇ ਜਥੇਬੰਦਕ ਨੈਟਵਰਕ ਵੀ ਬਣਨੇ ਚਾਹੀਦੇ ਆ। ਪਰ ਇਹ ਵਿਸ਼ਾ ਲੰਮਾ ਚੌੜਾ ਹੈ, ਜਿਹਦੇ ਨਾਲ ਨਿਆਂ ਕਰਨਾ ਹੈ ਫਿਰ ਤਾਂ ਹੀ ਹੋ ਸਕਦਾ ਵੀ ਆਪਾਂ ਗੱਲਬਾਤ ਹੀ ਕਦੇ ਇਸ ਵਿਸ਼ੇ 'ਤੇ ਕਰੀਏ। ਪਰ ਮੈਂ ਇਹਦੇ ਨਾਲ ਸਹਿਮਤ ਹਾਂ ਕਿ ਜ਼ਿੰਦਗੀ ਨੂੰ ਜਿਹੜਾ ਉਹ ਛੱਡਿਆ ਨਹੀਂ ਜਾ ਸਕਦਾ ਅਤੇ ਜ਼ਿੰਦਗੀ ਦਾ ਕੋਈ ਵੀ ਪੱਖ ਆ ਜਿਹੜਾ ਛੱਡਿਆ ਨਹੀਂ ਜਾ ਸਕਦਾ ਅਤੇ ਔਰਗੇਨਾਈਜ਼ ਸਿੱਖ ਹਮੇਸ਼ਾ ਹੀ ਹੁੰਦੇ ਰਹੇ ਆ ਥਰੂ ਆਊਟ ਹਿਸਟਰੀ। ਅਤੇ ਔਰਗੇਨਾਈਜੇਸ਼ਨ ਦੇ ਵਿੱਚ ਕੋਈ ਚੀਜ਼ ਮੈਂ ਰਿਕਮੈਂਡ ਕਰਦਾ ਵੀ ਜਿਹੜੀਆਂ ਜਥੇਬੰਦੀਆਂ ਆਮ ਤੌਰ 'ਤੇ ਕਿਸੇ ਟੋਵਰਿੰਗ ਪਰਸਨੈਲਿਟੀ ਦੇ ਥੱਲੇ, ਕਿਸੇ ਚੰਗੇ ਆਗੂ ਦੇ ਥੱਲੇ, ਉਹਦੀ ਅਗਵਾਈ ਥੱਲੇ ਚੱਲਦੀਆਂ। ਮੈਂ ਚੰਗੇ ਆਗੂਆਂ ਦਾ ਜਿਹੜਾ ਇਤਿਹਾਸਕ ਭੂਮਿਕਾ ਉਹਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ, ਪਰ ਮੈਂ ਸੁਜੈਸਟ ਹਮੇਸ਼ਾ ਇਹੀ ਕਰੂੰਗਾ, ਮੇਰਾ ਸੁਝਾਅ ਇਹੀ ਹੈ ਕਿ ਜਿਹੜੀ ਇੱਕ ਬੰਦੇ ਦੀ ਲੀਡਰਸ਼ਿਪ ਹੈ ਉਹ ਸਿੱਖਾਂ ਨੂੰ ਛੱਡਣੀ ਚਾਹੀਦੀ ਹੈ ਅਤੇ ਕੁਲੈਕਟਿਵ ਲੀਡਰਸ਼ਿਪ ਦਾ ਰਾਹ ਅਪਣਾਉਣਾ ਚਾਹੀਦਾ। ਕਿਸੇ ਵੀ ਸਿੱਖ ਜਥੇਬੰਦੀ ਦਾ ਇੱਕ ਆਗੂ ਨਹੀਂ ਹੋਣਾ ਚਾਹੀਦਾ, ਪੈਨਲ ਹੋਣੇ ਚਾਹੀਦੇ ਜ਼ਿਆਦਾ ਵੱਡੇ, ਜਿਵੇਂ 21 ਮੈਂਬਰੀ, 31 ਮੈਂਬਰੀ, 52 ਮੈਂਬਰੀ। ਇਸ ਇੰਨੇ ਵੱਡੇ ਪੈਨਲ 'ਚ ਅੱਜ ਦੇ ਦੌਰ 'ਚ ਕੰਮ ਕਰਨਾ ਲਗਭਗ ਅਸੰਭਵ ਹੈ। ਇਸ ਅਸੰਭਵ ਨੂੰ ਸੰਭਵ ਬਣਾਉਣਾ ਹੀ ਸਿੱਖਾਂ ਦਾ ਅਸਲ ਇਮਤਿਹਾਨ ਹੈ। ਜੇ ਅਸੀਂ ਇਹਦੇ 'ਚੋਂ ਪਾਸ ਨਹੀਂ ਹੁੰਦੇ ਤਾਂ ਸਾਡੇ ਭਵਿੱਖ ਦਾ ਜਿਹੜਾ ਸਾਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ। ਜੇ ਅਸੀਂ ਇਸ ਇਮਤਿਹਾਨ 'ਚ ਪਾਸ ਹੋ ਜਾਂਦੇ ਹਾਂ ਤਾਂ ਸਾਡੀਆਂ ਜਿਹੜੀਆਂ ਕੋਈ ਸੋਲਿਡ ਐਕਟੀਵਿਟੀਜ਼ ਆ ਉਹ ਸ਼ੁਰੂ ਹੋਣਗੀਆਂ। ਸੋ ਕੁਲੈਕਟਿਵ ਲੀਡਰਸ਼ਿਪ ਇੱਕ ਮਸਟ ਆ ਸਾਡੇ ਵਾਸਤੇ, ਬੁਨਿਆਦੀ ਸਾਡੀ ਲੋੜ ਆ ਅਤੇ ਹਮੇਸ਼ਾ ਉਹਦਾ ਥਾਂ ਬਣਿਆ ਰਹਿਣਾ ਚਾਹੀਦਾ। ਇੰਨੀਆਂ ਬੇਨਤੀਆਂ ਅੱਜ ਦੀ ਟੋਕ ਬਾਰੇ, ਇਹ ਵਿਸ਼ਾ ਸਾਡੇ ਲਈ ਬਹੁਤ ਅਹਿਮ ਹੈ ਅਤੇ ਅੱਜ ਦੀ ਗੱਲਬਾਤ ਦੇ ਵਿੱਚ, ਜਿਵੇਂ ਗੱਲਬਾਤ ਦੇ ਵਿੱਚੋਂ ਵੀ ਤੁਸੀਂ ਬਹੁਤ ਕੁਛ ਸਿੱਖਦੇ ਹਾਂ, ਬਹੁਤ ਕੁਛ ਜਿਹੜਾ ਅਨਐਕਸਪੈਕਟਡ ਹੁੰਦਾ ਹੈ। ਸੋ ਗੱਲਬਾਤ ਦੇ ਵਿੱਚੋਂ ਜਿਹੜੀ ਗੱਲ ਮੈਨੂੰ ਸਮਝ ਆਈ ਹੈ ਉਹ ਇਹ ਹੈ ਵੀ ਜਿਹੜੇ ਜ਼ਿੰਦਗੀ ਦੇ ਪੱਖ ਤਾਂ ਬਹੁਤ ਆ ਡਿਸਕਸ ਕਰਨ ਵਾਲੇ ਅਤੇ ਸਾਰੇ ਪੱਖਾਂ 'ਤੇ ਕਿਸੇ ਨਾ ਕਿਸੇ ਨੂੰ ਵਿਚਾਰ ਵਟਾਂਦਰਾ ਕਰਨਾ ਵੀ ਚਾਹੀਦਾ, ਪਰ ਜਿਹੜੇ ਥੋੜ੍ਹੇ ਜਿਹੇ ਬਰੀਕ ਵਿਸ਼ੇ ਆ ਜਿਨ੍ਹਾਂ 'ਚ ਸਾਡੇ ਅੰਦਰਲੇ ਅਨੁਭਵ ਦੀ ਬਾਤ ਪਾਈ ਗਈ ਹੈ, ਸਾਡੇ ਅੰਦਰਲੇ ਸਫ਼ਰ ਨੂੰ ਸਾਡੇ 'ਤੇ ਜਿਹੜੇ ਵਾਪਰੇ ਦੁਖਾਂਤ ਹੈ ਉਹਨਾਂ ਨਾਲ ਜੋੜਿਆ ਗਿਆ ਅਤੇ ਸਾਡੇ ਅੰਦਰਲੇ ਸਫ਼ਰ ਦਾ ਅਤੇ ਦੁਖਾਂਤ ਦਾ ਤਾਲਮੇਲ ਬਣਾਇਆ ਗਿਆ, ਇਸ ਤਰ੍ਹਾਂ ਦੀ ਜਿਹੜੀ ਦੀਰਘਤਾ ਇਸ ਪਾਸੇ, ਇਸ ਤਰ੍ਹਾਂ ਦਾ ਪੜ੍ਹਨ ਵੱਲ ਅਤੇ ਇਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਵੱਲ ਸਾਨੂੰ ਜ਼ਿਆਦਾ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ। ਜਿਹੜਾ ਸਰਤਾਜ ਸਿੰਘ ਨੇ ਗਾਇਆ ਉਹ ਅੰਤ ਹੀ ਸੀ ਅਤੇ ਸਰਤਾਜ ਸਿੰਘ ਦੀ ਬਹੁਤ ਮਿਹਰਬਾਨੀ, ਜੇ ਗਾਂਹ ਨੂੰ ਸਰਤਾਜ ਸਿੰਘ ਆਵੇ ਅਤੇ ਦੁਬਾਰਾ ਵੀ ਗਾਵੇ। ਗਾਇਕੀ ਬਾਰੇ ਇੱਕ ਗੱਲ ਸਮਝਣ ਦੀ ਲੋੜ ਹੈ, ਜਦੋਂ ਕੋਈ ਗਾਇਕ ਇੱਕ ਗੀਤ ਗਾਉਂਦਾ ਹੈ ਉਹਦੇ 'ਚ ਦੁਹਰਾ ਹੁੰਦਾ, ਵਾਰ ਵਾਰ ਇੱਕੋ ਤੁੱਕ ਜਿਹੜੀ ਉਹ ਕਈ ਵਾਰ ਦੁਹਰਾਈ ਜਾਂਦੀ ਹੈ। ਗਾਇਕੀ ਦੁਹਰਾ ਦੇ ਨਾਲ ਹੋਰ ਨਿਖਰਦੀ ਹੈ, ਉਹਦਾ ਅਸਰ ਹੋਰ ਡੂੰਘਾ ਹੁੰਦਾ। ਸੋ ਗਾਇਕੀ ਜਿਹੜੀ ਹੈ ਉਹ ਕਦੇ ਪੁਰਾਣੀ ਨਹੀਂ ਹੋ ਸਕਦੀ। ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਸ਼ਾਇਰ ਸੀਗੇ, ਗਾਉਂਦੇ ਵੀ ਸੀ ਆਪਦੀਆਂ ਕਵਿਤਾਵਾਂ, ਪਰ ਇੱਕ ਵਾਰੀ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਇਹ ਫੈਸਲਾ ਕਰਨਾ ਬਹੁਤ ਔਖਾ ਹੈ ਵੀ ਕੀ ਵੱਡਾ ਰਾਗ ਕਿ ਕਾਵਿ। ਉਹ ਮੈਨੂੰ ਕਹਿੰਦੇ ਕੋਈ ਔਖਾ ਨਹੀਂ, ਫੈਸਲਾ ਹੋਇਆ ਹੋਇਆ, ਰਾਗ ਹੀ ਵੱਡਾ। ਅਤੇ ਇਹ ਜਿਹੜੀ ਗੱਲ ਹੈ ਇਹ ਬਹੁਤ ਅਰਥ ਭਰਪੂਰ ਹੈ
ਜਿਹੜਾ ਗਾਇਕੀ ਜਿਹੜੀ ਆਉਂਦੀ ਆ ਉਹ ਐਂ ਥੋੜ੍ਹਾ ਹੁੰਦਾ ਵੀ ਰਾਗ ਦੀ ਕੋਈ ਮੈਥਮੈਟੀਕਲ ਕੰਪੋਜੀਸ਼ਨ ਹੈ ਅਤੇ ਉਹਨਾਂ ਸੁਰਾਂ ਦੇ ਵਿੱਚ ਬੰਦਾ ਜਿਹੜੀ ਟੈਕਸਟ ਹੈ ਉਹਨੂੰ ਸੈੱਟ ਕਰਦਾ ਅਤੇ ਉਹ ਪੇਸ਼ ਕਰਦਾ ਹੈ, ਇਹਦਾ ਟੈਕਨੀਕਲ ਆਸਪੈਕਟ ਹੈ ਜਿਹੜਾ ਕਿ ਸਹੀ ਹੈ ਐਕਚੁਅਲੀ। ਪਰ ਜਦੋਂ ਗਾਇਕੀ ਆਉਂਦੀ ਹੈ ਉਹਦੇ ਨਾਲ ਉਸ ਵਿਸ਼ੇ ਨਾਲ ਜੁੜਿਆ ਜਿਹੜਾ ਬੰਦੇ ਦਾ ਅਨੁਭਵ ਹੈ, ਉਹ ਅਨੁਭਵ ਦੇ ਵਿੱਚ ਜਿਹੜੀ ਸੁਚਮਤਾ ਪਈ ਹੈ, ਉਹ ਅਨੁਭਵ ਦੇ ਵਿੱਚ ਜਿਹੜੀ ਵੇਦਨਾ ਪਈ ਹੈ, ਉਹ ਸੁਚਮਤਾ ਅਤੇ ਵੇਦਨਾ ਇਕੱਠੀਆਂ ਹੋ ਕੇ ਗਾਇਕੀ ਦੇ ਰਾਹੀਂ ਸਾਡੇ ਸਾਰਿਆਂ ਦੇ ਅਨੁਭਵ ਨੂੰ ਸਰਸ਼ਾਰ ਕਰਦੀਆਂ। ਸੋ ਜੇ ਤੁਸੀਂ ਦੁਬਾਰਾ ਆ ਸਕੋ ਅਤੇ ਸਾਨੂੰ ਕੋਈ ਹੋਰ ਮਹਿਬੂਬ ਸਾਹਿਬ ਦੀਆਂ ਕਵਿਤਾਵਾਂ ਸੁਣਾ ਸਕੋ, ਸਰਤਾਜ ਸਿੰਘ, ਸੁਖਮਨ, ਅਮਰੀਕ ਸਿੰਘ, ਤੁਹਾਡੀ ਸਾਰਿਆਂ ਦੀ ਬਹੁਤ ਮਿਹਰਬਾਨੀ। ਸੁਖਮਨ ਨੇ ਬਹੁਤ ਸੋਹਣਾ ਗਾਇਆ, ਬਹੁਤ ਕਮਾਲ ਦੀ ਆਵਾਜ਼ ਹੈ। ਸੁਖਮਨ ਕਵਿਤਾ ਵੀ ਬਹੁਤ ਸੋਹਣੀ ਲਿਖਦੀ ਹੈ, ਅਮਰੀਕ ਸਿੰਘ ਨੇ ਬਹੁਤ ਵਧੀਆ, ਅਮਰੀਕ ਸਿੰਘ ਦੀ ਆਵਾਜ਼ ਜਿਹੜੀ ਹੈ ਉਹ ਉਹਦੇ ਜਿਹੜਾ ਵਾਇਲਡ ਐਲੀਮੈਂਟ ਹੈ ਉਹ ਮਤਲਬ ਮੈਨੂੰ ਜਦੋਂ ਦਾ ਮੈਂ ਅਮਰੀਕ ਨੂੰ ਜਾਣਦਾ ਉਦੋਂ ਦਾ ਹੀ ਮੈਨੂੰ ਚੰਗਾ ਲੱਗਦਾ। ਸੋ ਆਪਾਂ ਸਾਰੇ ਜੁੜੇ ਹਾਂ, 84 'ਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਇਹ ਹਮਾਕਤ ਨਾ ਅਸੀਂ ਕਦੇ ਭੁੱਲਣੀ ਹੈ ਅਤੇ ਨਾ ਅਸੀਂ ਕਦੇ ਮਾਫ ਕਰਨੀ ਹੈ, ਇਹ ਅਸੀਂ ਯਾਦ ਰੱਖਾਂਗੇ ਹਮੇਸ਼ਾ। ਅਤੇ ਜਿਨ੍ਹਾਂ ਨੇ ਹਮਾਕਤ ਕੀਤੀ ਹੈ ਉਹਨਾਂ ਨੂੰ ਸਦਾ ਸਦਾ ਲਈ ਜਿਹੜੇ ਸਿੱਟੇ ਭੁਗਤਣੇ ਪੈਣਗੇ। ਆਪਣੇ ਆਪ ਨੂੰ ਅਸੀਂ ਅੰਦਰੋਂ ਜਿਉਂਦੇ ਕਿਵੇਂ ਰੱਖਣਾ ਇਹਦੇ ਬਾਰੇ ਸੋਚਣਾ। ਬੰਦਾ ਭਾਸ਼ਾ ਦੇ ਵਿੱਚ ਜਿਉਂਦਾ, ਭਾਸ਼ਾ ਦੇ ਜਿਹੜੇ ਆਪਣੇ ਕਨੈਕਸ਼ਨ ਹੈ, ਆਪਣੇ ਸੰਪਰਕ ਹੈ, ਉਹ ਹੋਰ ਬਹੁਤ ਡੂੰਘੇ ਹੁੰਦੇ ਆ, ਜਿਨ੍ਹਾਂ ਦੀ ਥਾਂ ਪਾਉਣ ਲਈ ਸਾਨੂੰ ਇਹਦੇ 'ਤੇ ਹੋਰ ਲੰਮੀ ਚੌੜੀ ਗੱਲਬਾਤ ਕਰਨੀ ਚਾਹੀਦੀ ਆ। ਤੁਸੀਂ ਸਾਰਿਆਂ ਨੇ ਬਹੁਤ ਕਮਾਲ ਦੇ ਸਵਾਲ ਕੀਤੇ, ਤੁਸੀਂ ਸਾਰਿਆਂ ਨੇ ਬਹੁਤ ਕਮਾਲ ਦਾ ਸਬਰ ਵਿਖਾਇਆ, ਤੁਹਾਡੀ ਸਾਰਿਆਂ ਦੀ ਬਹੁਤ ਮਿਹਰਬਾਨੀ। ਇੰਨੀਆਂ ਬੇਨਤੀਆਂ ਨਾਲ ਕਿਵੇਂ ਦੇ ਜਾ ਚੁੱਕਾਂ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।